ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜਿਓ ਕਿਲਾਸ ਰਹਿਓ। ਜੈਸੇ ਕੋਟ ਬਰਸ ਤਬ ਉਰਦ ਮੁਖੀ ਬੈਸਨ ਧਰਮੀ ਤਨ ਦਹਿ ਦਇਓ। ਹੁਣੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨੀ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕੰਨੀ ਸੁਣੀਏ ਗੁਰਾਂ ਜੀ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਕੰਨੀ ਸੁਣੀਏ ਜੀ ਗੁਰਾਂ ਜੀ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਸੰਗਤ ਸਿਮਰ ਮਾਧੋ ਹੋਵੇ ਪਤਿਤ ਪੁਨੀਤ। ਕਾਲ ਬਿਆਲ ਜਿਉ ਪਰਿਉ ਡੋਲੈ, ਮੁਖ ਪਸਾਰੈ ਨੀਤ। ਆਜ ਕਲ ਫੁਨ ਤੁਹੇ ਗਰਸ ਹੈ, ਸਮਝ ਰੱਖੋ ਚੀਤ। ਕਹਿ ਨਾਨਕ ਰਾਮ ਭਜ ਲੈ, ਜਾਸ ਅਵਸਰ ਬੀਤ। ਕੰਨੀ ਸੁਣੀਏ ਜੀ ਗੁਰਾਂ ਜੀ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਕੰਨੀ ਸੁਣੀਏ ਜੀ ਗੁਰਾਂ ਜੀ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਸਾਧ ਸੰਗਤ ਆਪ ਸਭ ਮਾਈ ਭਾਈ, ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਬਾਣੀ ਵਿਚਾਰ, ਗੁਰੂ ਘਰ ਦੀ ਕਥਾ, ਇਹਨੂੰ ਅਮਰ ਕਥਾ ਆਖਦੇ ਨੇ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਕੋਈ ਗਾਵੇ ਕੋ ਸੁਣੇ, ਹਰਨਾਮਾ ਚਿਤ ਲਾਏ ਕਹਿ ਕਬੀਰ, ਸੰਸਾ ਨਹੀਂ ਅੰਤ ਪਰਮਗਤ ਪਾਏ। ਵਾਰੀ ਆਈ ਤੇ ਸ਼ਬਦ 'ਚ ਬੋਲੋ, ਪਹਿਲਾਂ ਦਾਸ ਬੋਲਦਾ ਹੈ, ਫਿਰ ਸਾਰੇ ਭਾਈ ਮਿਲ ਕੇ ਬੋਲੋ। ਤੀਸਰੇ ਹਿੱਸੇ ਵਿੱਚ ਸਭ ਮਾਈਆਂ ਬੀਬੀਆਂ
ਗੁਰਬਾਣੀ ਦੇ ਹੀ ਸ਼ਬਦ ਹਨ। ਪਹਿਲੇ ਦੀਵਾਨ 'ਤੇ ਵਿਚਾਰ ਹੋਈ ਸੀ ਬੇਨਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦਿਵਸ ਇਹਦੇ ਬਾਰੇ ਬੇਨਤੀਆਂ ਹੋਈਆਂ, ਵਿਚਾਰਾਂ ਹੋਈਆਂ, ਔਰ ਇਹ ਵੀ ਨਾਲ ਬੇਨਤੀ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ 14 ਸੌ 30 ਅੰਗ ਹੈ, ਕਈ ਮਹਾਰਾਜ ਦੇ ਸਰੂਪ 865 ਅੰਗ ਹਨ, ਕੋਈ 950 ਅੰਗ ਹੈ, ਕੋਈ 1200 ਅੰਗ ਹੈ, ਪਰ ਸਾਰਿਆਂ ਵਿੱਚ ਅੱਖਰ ਇੱਕੋ ਜਿੰਨੇ ਹੋਣ ਕਰਕੇ 1,24,000 ਅੱਖਰ ਹੈ। ਅਰਦਾਸ ਅੱਖਰਾਂ ਦੇ ਹਿਸਾਬ ਨਾਲ ਮੱਧਦੀ ਹੁੰਦੀ ਹੈ, ਨਾ ਕਿ ਅੰਗਾਂ ਦੇ ਹਿਸਾਬ ਨਾਲ। ਫਿਰ ਪਰਸੋਂ ਵਿਚਾਰ ਹੋਈ ਸੀ, ਗੁਰੂ ਅਮਰਦਾਸ ਜੀ ਨਗਰ ਤੋਂ ਚੱਲੇ, ਤੀਰਥਾਂ 'ਤੇ ਕਿਵੇਂ ਜਾਈਦਾ ਹੈ, ਇਹਦੀ ਕੀ ਵਿਧੀ ਹੈ, ਕਿਸ ਤਰ੍ਹਾਂ ਤੀਰਥਾਂ 'ਤੇ ਜਾਈਏ ਔਰ ਤੀਰਥਾਂ ਦਾ ਪੂਰਾ ਫਲ ਮਿਲਦਾ ਹੈ, ਕਿਸ ਤਰ੍ਹਾਂ ਜਾਈਏ ਨਹੀਂ ਮਿਲਦਾ, ਅਤੇ ਗੁਰੂ ਵਾਲੇ ਬਣਨਾ। ਕੱਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਰਚਨਾ ਕੀਤੀ, ਸਿੱਖ ਸੰਗਤਾਂ ਆਈਆਂ, ਗੁਰੂ ਘਰ 'ਤੇ ਮੁਕੱਦਮੇ ਚੱਲੇ, ਗੋਂਦੇ ਦੇ ਮੁੰਡੇ ਨੂੰ ਕਿਵੇਂ ਕੁੱਟ ਪਈ, ਨਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਰੇ ਇਹ ਧਾਰਨਾ ਦਿੱਤੀਆਂ ਗਈਆਂ। ਕਈ ਵਾਰੀ ਐਸਾ ਹੁੰਦਾ ਹੈ, ਕਈ ਕਹਿ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਨਹੀਂ, ਸਤਸੰਗ ਬਹੁਤ ਹੈ। ਇਹ ਤਾਂ ਠੀਕ ਹੈ ਵੀ ਜਿਵੇਂ ਅਸੀਂ ਆਮ ਜਾਣਦੇ ਹਾਂ ਉਨਾ ਨਹੀਂ, ਪਰ ਫਿਰ ਵੀ ਬਹੁਤ ਹੈ। ਇਹ ਕਹਿ ਦੇਣਾ ਕਿ ਇਤਿਹਾਸ ਹੈ ਹੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਬਾਣੀ ਵਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਅੱਜ ਜੋ ਹੈ ਜਿੱਥੇ 5 ਦੀਵਾਨ ਹੁੰਦੇ ਨੇ, 4 ਗੁਰੂ ਮਹਾਰਾਜ ਬਾਰੇ, 5ਵਾਂ ਭਗਤਾਂ ਦਾ, ਜੇ 10 ਇਕੱਠੇ ਹੋਣ ਤਾਂ 10ਵਾਂ ਭਗਤਾਂ ਦਾ, 4 ਨੇ ਤਾਂ ਅੱਜ ਭਗਤਾਂ ਬਾਰੇ ਹੀ ਸਭ ਬੇਨਤੀਆਂ ਹੋਣੀਆਂ ਨੇ। ਭਗਤ ਕਬੀਰ ਜੀ ਭਗਤਾਂ ਵਿੱਚੋਂ ਸ਼੍ਰੋਮਣੀ ਮੰਨੇ ਜਾਂਦੇ ਨੇ, ਇਹ ਗੁਰੂ ਨਾਨਕ ਜੀ ਦੇ ਸਮੇਂ ਹੋਏ ਨੇ। ਰਵਿਦਾਸ ਜੀ, ਕਬੀਰ ਜੀ, ਸਦਨਾ ਜੀ, ਸਦਨਾ ਜੀ ਬਾਰੇ ਬੜੀ ਵਿਸਤਾਰ ਨਾਲ ਕਾਨੂੰ ਵਾਲ ਵਿਚਾਰ ਹੋਈ ਕਿ ਪਿਛਲੇ ਜਨਮ ਵਿੱਚ ਬਨਾਰਸ ਵਿੱਚ ਪੰਡਿਤ ਸਨ, ਸੇਵਾ ਕੀਤੀ, ਉਰੇਖੀ ਜੀ ਦਾ ਬਚਨ ਹੋਇਆ ਕਿ ਜਦੋਂ ਗੱਲ ਕਰਦਾ ਕਸਾਈਆਂ ਦੀ ਤੂੰ ਕਸਾਈ ਬਣੇਗਾ। ਮਹਾਂ ਕਸਾਈ ਸੁਰੀ ਸੱਟ ਪਾਈ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਇਹਦੇ ਅੰਦਰੋਂ ਆਵਾਜ਼ ਆਈ, ਸੁਰੀ ਸੁੱਟ ਦਿੱਤੀ। ਇਹ ਚੱਲਦਾ ਚੱਲਦਾ ਇਲਾਹਾਬਾਦ ਤੋਂ ਮਸਾਂ ਬਚਿਆ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ, ਫਿਰ ਅਯੋਧਿਆ ਆਇਆ। ਗੁਰੂ ਨਾਨਕ ਮਹਾਰਾਜ ਜੀ ਨੇ ਇਹਦੇ 'ਤੇ ਕਿਰਪਾ ਕੀਤੀ, ਸਿੱਖੀ ਪ੍ਰਚਾਰ ਵਿੱਚ ਲੱਗ ਗਿਆ। ਸਰਹੰਦ ਤੁਹਾਡੇ ਨੇੜੇ ਹੀ ਹੈ, ਇੱਥੇ ਇਹਨਾਂ ਦਾ ਆਸ਼ਰਮ ਹੈ, ਇੱਥੇ ਇਹਨਾਂ ਨੇ ਸਰੀਰ ਛੱਡਿਆ। ਸੋ ਅੱਜ ਭਗਤਾਂ ਬਾਰੇ ਆਪਾਂ ਬੇਨਤੀ ਕਰਨੀ ਹੈ, ਕੋਈ ਰਸਨਾ ਖਾਲੀ ਨਾ ਰਹੇ। ਸਾਰੇ ਵਾਰੀ ਅੱਜ ਦੇ ਬੋਲੋ, ਰਾਮ ਸਿਮਰ ਪਛਤਾਏਗਾ ਮੇਰੇ ਮਨ ਰਾਮ ਸਿਮਰ, ਰਾਮ ਸਿਮਰ ਪਛਤਾਏਗਾ ਮੇਰੇ ਮਨ ਰਾਮ ਸਿਮਰ। ਸਿਮਰ ਪਛਤਾਏਗਾ ਮੇਰੇ ਮਨ ਰਾਮ ਸਿਮਰ, ਰਾਮ 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 ਸਿਮਰ ਪਛਤਾਏਗਾ ਮੇਰੇ ਰਾਮ ਸਿਮਰ ਪਛਤਾਏਗਾ ਮਨ। ਪਾਪੀ ਜਿਹੜਾ ਲੋਭ ਕਰਤਾ ਹੈ ਆਜ ਕੱਲ ਉੱਠ ਜਾਏਗਾ। ਪਾਪ ਕਈ ਕਿਸਮ ਦਾ ਹੁੰਦਾ, ਪਰ ਪਾਪਾਂ ਦੇ ਅੰਕੜੇ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਲਾਏ ਨੇ। ਇਹ ਸਮਝ ਲਿਆ ਜਾਏ ਕਿ ਬੇਅੰਤ ਕਿਸਮ ਦੀਆਂ ਹੱਤਿਆ ਹੁੰਦੀਆਂ ਨੇ, ਹੱਤਿਆ 6 ਕਿਸਮ ਦੀ, ਗਊ ਹੱਤਿਆ, ਵਣਸ ਹੱਤਿਆ, ਆਪਣੇ ਸਰੀਰ 'ਤੇ ਆਪ ਕੁਛ ਕਰ ਲੈਣਾ, ਰਿਣ ਹੱਤਿਆ, ਕਰਜ਼ਾ ਲੈ ਕੇ ਮੁੱਕਰ ਜਾਣਾ,
ਇਸੇ ਤਰ੍ਹਾਂ ਆਮ ਕਿਸੇ ਬੰਦੇ ਨੂੰ ਮਾਰ ਦੇਣਾ, ਮਾਰੋ ਜਿਵੇਂ 100 ਗਾਈ ਮਾਰ ਦਿੱਤੀ। ਕੋਈ ਮਨੁੱਖ ਸੰਸਾਰ 'ਤੇ ਜਨਮ ਲਵੇ, ਹਰ ਜਨਮ ਵਿੱਚ ਉਹ ਐਸਾ ਹੀ ਕੰਮ ਕਰੇ, ਜਿਹਨੇ ਜਨਮ ਲੈ ਲਿਆ, ਸਿਆਣੀ ਉਮਰ ਹੋ ਗਈ, ਆਪਣੇ ਪਿਓ ਨੂੰ ਮਾਰ ਦਿੱਤਾ, ਇਹ ਸਮਝ ਲਓ ਕਿ ਜਿਵੇਂ 100 ਬੰਦਾ ਮਾਰ ਦਿੱਤਾ। ਹਰ ਜਨਮ ਵਿੱਚ ਆ ਕੇ ਆਪਣੇ ਪਿਓ ਨੂੰ ਮਾਰੇ, ਇੱਕ ਜਨਮ ਵਿੱਚ ਆਪਣੀ ਮਾਂ ਨੂੰ ਮਾਰ ਦੇਵੇ, ਬਰਾਬਰ ਦਾ ਪਾਪ। ਇਹੋ ਜਿਹੇ ਨੂੰ ਮਨੁੱਖ ਜਨਮ ਮਿਲਦਾ ਤਾਂ ਨਹੀਂ, ਪਰ ਫਰਜ਼ ਕਰ ਲਓ ਪਾਪ ਦੇ ਅੰਕੜੇ ਲਾਉਣ ਵਾਸਤੇ ਉਹਨੂੰ ਫਿਰ ਮਨੁੱਖ ਜਨਮ ਦੇ ਦਿੱਤਾ ਜਾਏ, ਫਿਰ ਦੇ ਦਿੱਤਾ ਜਾਏ। ਇਸੇ ਤਰ੍ਹਾਂ ਹਰ ਜਨਮ ਵਿੱਚ ਆ ਕੇ ਪਿਓ ਨੂੰ ਮਾਰੇ, ਇੱਕ ਜਨਮ ਵਿੱਚ ਮਾਂ ਨੂੰ ਬਰਾਬਰ ਦਾ ਪਾਪ। ਇਸੇ ਤਰ੍ਹਾਂ 100 ਵਾਰ ਹਰ ਜਨਮ ਵਿੱਚ ਆ ਕੇ ਆਪਣੀ ਮਾਂ ਨੂੰ ਮਾਰੇ, ਇੱਕ ਜਨਮ ਵਿੱਚ ਆ ਕੇ ਕਿਸੇ ਬ੍ਰਹਮ ਗਿਆਨੀ ਦਾ ਕੋਈ ਹੱਥ ਪੈਰ ਤੋੜ ਦੇਵੇ, ਬਰਾਬਰ ਦਾ ਪਾਪ। ਪਰ ਜੋ ਗੁਰੂ ਮਹਾਰਾਜ ਦੀ ਬੇਦਬੀ ਹੈ, ਇਹਦੇ ਕੋਈ ਅੰਕੜੇ ਨਹੀਂ ਲਾਏ ਜਾ ਸਕਦੇ। ਗੁਰੂ ਮਹਾਰਾਜ ਵਾਹਿਗੁਰੂ ਦਾ ਅਵਤਾਰ ਹਨ, ਵਾਹਿਗੁਰੂ ਗੁਰੂ ਨਾਨਕ ਸਾਹਿਬ। ਸੋ ਪਾਪ ਬੇਅੰਤ ਕਿਸਮ ਦਾ ਹੈ, ਅੱਖਾਂ ਨਾਲ ਵੀ ਹੁੰਦਾ ਹੈ, ਕੰਨਾਂ ਨਾਲ ਵੀ ਹੁੰਦਾ ਹੈ, ਕਲਮ ਨਾਲ ਵੀ ਹੁੰਦਾ ਹੈ, ਪੈਰਾਂ ਨਾਲ ਵੀ ਹੁੰਦਾ ਹੈ, ਮਨ ਨਾਲ ਵੀ ਹੁੰਦਾ ਹੈ। ਇਹਦੇ ਬੇਅੰਤ ਢੰਗ ਤਰੀਕੇ ਹਨ। ਸੋ ਪਾਪੀ ਜਿਹੜਾ ਲੋਭ ਕਰਦਾ, ਲੋਭ ਦਾ ਵਾਸਾ ਜ਼ਬਾਨ 'ਤੇ ਹੈ। ਜਦੋਂ ਇਨਸਾਨ ਸਿਮਰਨ ਸ਼ੁਰੂ ਕਰਦਾ ਹੈ, ਭਗਤੀ ਕਰਦੇ 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 ਇਹਦੀ ਜ਼ਬਾਨ 'ਤੇ ਦਇਆ ਆ ਜਾਏਗੀ, ਖਿਮਾ ਆ ਜਾਏਗੀ, ਲੋਭ ਚਲਾ ਜਾਏਗਾ, ਫਿਰ ਇਹ ਪਾਪ ਨੂੰ ਵੀ ਛੱਡ ਦੇਗਾ। ਜਿਹੜਾ ਕਾਮ ਦਾ ਨਿਵਾਸ ਹੈ, ਬਿਲਕੁਲ ਦਿਲ ਦੇ ਨਾਲ ਕਰਕੇ ਹੈ। ਜਿੰਨੀ ਦੇਰ ਤੱਕ ਸਾਧਸੰਗ ਹਿਰਦੇ 'ਚ ਨਾਮ ਨਾ ਵਸੇ, ਕਾਮ ਦੀ ਜਾੜੀ ਨਹੀਂ ਪੁੱਟੀ ਜਾਂਦੀ। ਪਾਪੀ ਹੀ ਐਵੇਂ ਕਾਮ ਵਸਾਏ, ਮਨ ਚੰਚਲ ਜਾਤੇ ਗਏ ਹੋ ਨਾ ਜਾਏ, ਜੋਗੀ ਜੰਗਲ ਔਰ ਸੰਨਿਆਸ ਪਰ ਡਾਰੀਏ ਫਾਸ। ਇਸ ਰਹਿਣਾ ਦੇ ਲੈਣ ਰਹਿਣ ਦੀਆਂ ਲੈਦਾ ਲੈਦਾ ਜਗ੍ਹਾ ਹਨ। ਸੋ ਪਾਪੀ ਜੀਰਾ ਲੋਭ ਕਰਦਾ, ਅਸਕਰ ਲੋਭੀ ਪਾਪੀ ਹੁੰਦਾ ਹੈ, ਉਹ ਕਿਸੇ ਦਾ ਵੀ ਸੱਕਾ ਨਹੀਂ ਹੁੰਦਾ। ਆਜ ਕੱਲ੍ਹ ਉੱਠ ਜਾਏਗਾ, ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਧਨ ਜੋ ਬਨਕਾ ਗਰਬ ਨਾ ਕੀਜੈ, ਹੰਕਾਰ ਛੇ ਕਿਸਮ ਦਾ ਕੱਲ ਵਿਚਾਰ ਹੋਈ ਸੀ, ਕਹਿੰਦੀ ਨਾ ਕਰ। ਧਨ ਦਾ, ਸਰੀਰ ਦਾ, ਧਨ ਜੋ ਬਨਕਾ ਗਰਬ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ। ਜਬ ਜਮ ਆਏ ਕੇਸ ਗਏ ਪਟਕੇ, ਜਬਰਾਇਲ ਮਹਿਕਾਇਲ ਅਜਰਾਇਲ ਫਜ਼ਰਾਇਲ। ਚਾਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਅਜਰਾਇਲ ਦਾ ਸਾਰਿਆਂ ਤੋਂ ਜ਼ਿਆਦਾ ਹੈ। ਇਸ ਕਰਕੇ ਜਦੋਂ ਆ ਕੇ ਉਹ ਲੈ ਹੀ ਗਿਆ, ਫਿਰ ਤੇਰਾ ਹੱਥ ਕੀ ਰਹੇ। ਜਬ ਜਮ ਆਏ ਕੇਸ ਗਏ ਪਟਕੇ, ਤਾਂ ਦਿਨ ਕਿਸੂ ਨਾ ਵਸਾਏਗਾ, ਸਿਮਰਨ ਭਜਨ ਦਇਆ ਨਾ ਕੀਨੀ। ਸਿਮਰਨ ਹੋਰ ਹੁੰਦਾ, ਭਜਨ ਹੋਰ ਹੁੰਦਾ। ਸਿਮਰਨ ਹੁੰਦਾ ਜਿਵੇਂ ਵਾਹਿਗੁਰੂ ਵਾਹਿਗੁਰੂ ਕਰਨਾ, ਰੱਬ ਰੱਬ ਕਰਨਾ। ਭਜਨ ਹੈ, ਭਜਨ ਗਾਏ ਜਾ ਰਹੇ ਨੇ। ਤੁੰਬਰੇ ਭਜਨ ਕੱਟੇ ਜਮ ਫਾਸਾ, ਭਗਤ ਹੀ ਤਾਂ ਗਾਵੈ ਰਵਦਾਸ। ਭਜਨ ਕਰਦਿਆਂ ਕਰਦਿਆਂ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਇਹ ਵੀ ਬਹੁਤ ਉੱਚਾ ਲੈ ਜਾਂਦੇ ਨੇ ਸਿਮਰਨ ਵੀ। ਇਸ ਕਰਕੇ ਸਿਮਰਨ ਭਜਨ ਦਇਆ, ਤੀਸਰੀ ਹੈ ਦਇਆ। ਸਭ ਤੋਂ ਪਹਿਲਾਂ ਤਾਂ ਆਪਣੇ ਆਪ 'ਤੇ ਹੀ ਕਰੇ। ਪਤਾ ਨਹੀਂ ਕਦੋਂ ਦੇ 84 'ਚ ਪਏ ਧੱਕੇ ਖਾਂਦੇ ਹਾਂ, ਅਤੇ ਹੁਣ ਆਪਾਂ ਗੁਰੂ ਵਾਲੇ ਬਣ ਕੇ ਸਿਮਰਨ ਕਰੀਏ, ਨਾਮ ਜਪੀਏ। ਦਇਆ ਜਾਣੇ ਦੀ ਕਿ ਕਿਸ ਪੁੰਨ ਦਾਨ ਕਰੇ। ਦਾਨ ਹੋਰ ਹੁੰਦਾ, ਪੁੰਨ ਹੋਰ ਹੁੰਦਾ, ਇਹਦੇ ਬਾਰੇ ਕੱਲ੍ਹ ਵਿਚਾਰ ਹੋਈ ਸੀ। ਸੋ ਇਸ ਤਰ੍ਹਾਂ ਸਿਮਰਨ ਭਜਨ ਦਇਆ ਨਾ ਕੀਨੀ, ਤਾਂ ਮੁੱਖ ਚੋਟਾਂ ਖਾਏਗਾ। ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਭਗਤ ਕਬੀਰ ਜੀ ਦੀ ਬਾਣੀ ਹੈ, ਬਨਾਰਸ ਵਿੱਚ ਹੋਏ ਨੇ, ਛੋਟੇ ਜਿਹੀ ਉਮਰ ਸੀ, ਜਲਾਇਆਂ ਦੇ ਘਰ ਹੋਇਆ ਜਨਮ। ਅੱਜ ਕੱਲ੍ਹ ਦੀਆਂ ਕਿਤਾਬਾਂ ਪੜ੍ਹੋ, ਇਹ ਜੀ ਫੁੱਲ ਵਿੱਚੋਂ ਪ੍ਰਗਟ ਹੋਏ, ਇਹ ਤਾਂ ਪੱਕਾ ਬ੍ਰਾਹਮਣ ਸੀ, ਇਹ ਤਾਂ ਫਲਾਣੇ ਥਾਂ ਤੋਂ ਚੁੱਕ ਲਿਆ, ਇਹ ਤਾਂ ਇਉਂ ਹੋ ਗਿਆ। 3600 ਕਹਾਣੀਆਂ ਨੇ। ਭਗਤਾਂ ਦੀ ਬਾਣੀ ਵਿੱਚ ਆਪ ਹੀ ਆਉਂਦਾ, ਹੀਨੜੀ ਜਾਤ ਮੇਰੀ ਜਾਤ ਜਲਾਹ। ਭਗਤ ਕਬੀਰ ਜੀ ਦਾ ਇੱਕ ਤਾਇਆ ਸੀ, ਇੱਕ ਚਾਚਾ ਸੀ, ਇਹ ਵਿਚਾਲੇ ਦਾ ਪੁੱਤਰ ਸੀ। ਜਿਵੇਂ ਇੱਥੇ ਕਹਿ ਦਿੰਦੇ ਨੇ ਇੱਕ ਚਾਚਾ ਅਤੇ ਇੱਕ ਮੇਰਾ ਤਾਇਆ ਐਸਾ। ਅਤੇ ਉੱਧਰ ਜਦੋਂ ਬਾਹਰ ਦੀਆਂ ਸਟੇਟਾਂ ਵਿੱਚ ਜਾਈਏ,
तो कहते मछले भैये का लड़का मतलब विचकार लेता। एक कबीर जी का ताया सी सक्का, एक चाचा सी विचाले दा सुपुत्र सी, मानो इहदा पिता तीन भरा सन सके। चूरा आश्रम है उत्थे इन्हां दा काम सी खेस खूस बुण दे। इन्हां नूं पता लगा कोई पिछली ऐसी बंदगी सी कि स्वामी रामानंद जी ब्रह्म ज्ञानी हन, कारक अवतार हन। उन्हां दा एक शब्द है गुरु ग्रंथ साहिब विच, चलो आपां नाम लै लैंदे आ गल करने आ, पर जिहड़े नेड़े नेड़े सन ना वो नेड़े नहीं सी लगन देंदे, आपां ही ठीक हाँ। साध संगत बड़े बड़े महापुरशां दे तुसीं दर्शन कीते होणे ने, बड़े इतिहास पढ़े होणे ने, इहो जिही गल नहीं। जिहड़े नाल हुंदे ने बड़े सुलझे हुए चाहीदे, बहुत ही समझदार, नहीं तो उन्हां दा की हुंदा, फलाणा ऐ करदा, उन्हां माड़ा जिहा रसना ही लाउणी अगले दा सत्यानाश हो जाणा। उन्हां दा काम तो यह चाहीदा सी, नहीं उहनूं खिमा करो जी, कोई इहो जिही गल ही नहीं है, ऐसा नहीं है। तुसीं राजा जनक ते वैसे 72 होए ने, 17वां श्री तब जनक जी सीता जी का पिता बने, पर पहला जनक जिन्हें नरक खाली किए, नरक खाली कर दते, दुनिया सुधार के रख दी मिथिलापुरी का राजा जनक, पर लंघ ही ना सुधरे। उन्हें ओदी शिकायत, उन्हें ओदी शिकायत, उन्हें ओदी शिकायत, उन्हें कुछ ना कुछ कह देना, तत् बेते सन उन्होंने भुगतनिया ही पईआं। तो जो थोड़ा जिहा रख दे, चलो अज इहदी वारी आई, कल मेरी आ जाएगी, नहीं जी कोई गल नहीं, खिमा करो। उन्हें कहना सी अच्छा ठीक है। ता महाराज कहिंदे अकल तो कम लाओ, अकली साहब सेवी है, अकली पाई है मान, अकली पढ़ के बुझी है, अकली की चैदान, नानक आखे राय होर गल्ला शैतान। आनंदपुर साहब एक बारी सिख कहन लगा, महाराज दान किनू करना चाहिए, कित्थे करना चाहिए? गुरु जी कहिंदे लै आ सोने की मोर 5 रुपये की, जिहड़ा तेरी निगाह विच गरीब है ना, जा उहनूं दे आ। वो आ गया रोपड़ वाले पासे नूं, उधर आ के की देखिया, एक जान की अखां मीटी जाए, दिसदा नहीं है कि अगे वो रेड़ी जावे, वो मिट्टी का हुंदा बनाया हुण ते लोहे दे ने, उहने उहदे विच 5 रुपये की सोने की मोहर पा दित्ती। महाराज मैं कर आया दान, कहिंदे अच्छा अज फिर लै जा, उहदे पिछे पिछे जाई। गया तो टाली दे कोल, उहने दब दित्तियां मोहरां। गुरु जी कहिंदे अज फिर लै जा, ते इस तरह करी उत्थे चरस्ता है ना, 4 रस्ते, एक ऐ लंघ गया, एक ऐ अगों 4 हो गए, चरस्ता कहिंदे, चराया उत्थे खड़ा हो जा। जदों माड़ा जिहा दिन ढलेगा, एक घोड़े ते पठान आएगा, उहदे पिछे पिछे गुरु जी कहिंदे जाई, ते प्रीतम सिंह ऐ करी जदों उह खलो जाएगा, उहनूं आ सोने की मोहर दे दी। खड़ा दुपहरा, दोपहर दिन बीत गया। पुराने समय में अज कल दी घड़ियां नहीं, पर एडिए बड़े पक्के ऐ देख लेंदे, पर छावें नवी इन्ने जी इन्ने जी। गुरु जी ने कहा सी आएगा जरूर। माड़ा जिहा दिन ढलिया, एक घोड़े ते चढ़िया पठान आ गया, उहदे सिंह पिछे पिछे जा रहा। उहने एक तां घोड़ा खिलारिया, रोण लग गया, कहिंदा देख मैनू भी 3-4 दिन कुछ नहीं मिलिया, भुख लगी है, ते भरावा तेनू भी नहीं। सूरमा हाँ जंगी, मेरे को शास्त्र ने, मंगना मैं किस को आया नहीं, अपने आप कोई दे नहीं रहा, चंगा हो कट्टो फाके, अखा चो पानी जा रहा, भुख बहुत बुरी चीज़ है। तो सिख नूं दे के एकदम संभल गया, हाँ जी दसो खालसा जी किवें आए? पठान जी आ मोहर लै लो। किन्ने दित्ती? उदों 1 रुपये 8 मण काले छोले आउंदे सी। श्री गुरु गोबिंद सिंह जी ने कहिंदे सी उहनूं दे दी दान। महाराज जाणदे ने माड़ा जिहा दिन ढले आएगा, इहो जिहा भुखा है सब कुछ। ऐसे तो गुरु महाराज कोल मैं छेती ही जाणा चाहुंदा। खैर गल लम्मी है, महाराज दे चरणां 'च आ गया। खेत पछाण बीजै दान, आम मंगण वाले तुसीं देखो साडे कोल पैसे तो लै लैंदे ने, ड्रामे जे कर शराबां पीते, सिलमे वेंदे, पुठियां थावां ते लाउंदे, इहनां दे वी ठेके हुंदे। जे दान नाल पाप कीता जाए, अद्धा पाप घर बैठे लग जाणा। याद रहे सिद्धा ने पुछिया गुरु नानक जी नूं, सच्चे पातशाह दान बारे दसो। गुरु जी कहन लगे, गोरख जी जोगी राज, ए जोगियां दे राजे,
ਕੋਈ ਧਰਮ ਸਥਾਨ ਬਣਦਾ ਹੈ, ਚੰਗਾ ਕੰਮ ਹੋ ਰਿਹਾ ਹੈ, ਉਹਦੇ ਵਿੱਚ ਜਿਹੜਾ ਪੈਸਾ ਲਾਉਂਦਾ ਹੈ ਉਹ ਯੋਗੀ ਰਾਜ ਰੂਹ ਕਿਤੇ ਵੀ ਚਲੀ ਜਾਏ ਉਹਨੂੰ ਉਹਦਾ ਹਿੱਸਾ ਮਿਲਦਾ ਹੀ ਰਹਿੰਦਾ ਹੈ ਜਦੋਂ ਤੱਕ ਉਹ ਧਰਮ ਸਥਾਨ ਧਰਤੀ 'ਤੇ ਰਹੇਗਾ। ਪਰ ਯੋਗੀ ਰਾਜ ਜੇ ਕੋਈ ਬੁੱਚੜਖਾਨੇ 'ਚ ਲਾ ਦੇਵੇ, ਜਿੰਨੀ ਦੇਰ ਤੱਕ ਉਹ ਜੜੋਂ ਖਤਮ ਨਹੀਂ ਹੋ ਜਾਂਦਾ ਗੋਰਖ ਜੀ, ਉਹ ਰੂਹ ਕਿਤੇ ਵੀ ਚਲੀ ਜਾਏ ਦੁਖੀ ਰਹੇਗੀ ਅਤੇ ਉਹਨੂੰ ਪਾਪ ਦਾ ਫਲ ਮਿਲਦਾ ਹੀ ਰਹੇਗਾ। ਫਿਰ ਮਹਾਰਾਜ 'ਤੇ ਤਾਂ ਬੜਾ ਸੋਚ ਸਮਝ ਕੇ ਐਸਾ ਕਰਨਾ ਚਾਹੀਦਾ। ਗੁਰੂ ਜੀ ਕਹਿੰਦੇ ਹਾਂ ਤਦੇ ਤਾਂ ਤੁਹਾਨੂੰ ਸਮਝਾਉਂਦੇ ਹਾਂ, ਖੇਤ ਪਛਾਣ ਬੀਜੈ ਦਾਨ। ਇਸ ਕਰਕੇ ਐਸੀ ਵਿਚਾਰ ਇਹ ਹੋ ਰਹੀ ਸੀ, ਸਾਧ ਸੰਗਤ ਤਰ ਜਾਏਗਾ, ਉਹ ਜਿਹੜੇ ਨਾਲ ਦੇ ਸੀ ਨਾ ਸਵਾਮੀ ਰਾਮਾਨੰਦ ਦੇਵ, ਕੁਝ ਜ਼ਿਆਦਾ ਪੜ੍ਹੇ ਹੋਏ ਸੀ, ਇਹ ਕਿਵੇਂ ਜਲਾਇਆ ਤਾਂ ਮੁੰਡਾ, ਨਹੀਂ ਜੀ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਸੰਤਾਂ ਨਾਲ, ਤੁਸੀਂ ਮਿਲ ਹੀ ਨਹੀਂ ਸਕਦੇ, ਬੜੇ ਇਹੋ ਜਿਹੇ ਹੁੰਦੇ ਨੇ ਉਹ ਜੀ, ਤੁਸੀਂ ਤਾਂ ਬਸ ਦੂਰ ਹੀ ਦੂਰ। ਥੋੜ੍ਹੇ ਦਿਨ ਇੱਕ ਪ੍ਰੇਮੀ ਮਿਲਿਆ, ਅੱਜ ਆਉਣਾ ਸੀ ਉਹਨੇ, ਉਹਦਾ ਨਾਂ ਜਰਨੈਲ ਸਿੰਘ ਸ਼ਾਇਦ ਆਇਆ ਹੀ ਹੋਵੇ, ਕਹਿੰਦਾ ਜੀ ਇੱਕ ਮਹਾਂਪੁਰਸ਼ਾਂ ਕੋਲ ਬੈਠੇ ਅਤੇ ਇੱਕ ਹੋਰ ਬੈਠਾ, ਕਹਿੰਦਾ ਓਏ ਤੁਹਾਡਾ ਕੱਪੜਾ ਲੱਗਿਆ ਸੰਤਾਂ ਨੂੰ। ਮੈਂ ਕਿਹਾ ਕੀ ਗੱਲ ਸੰਤ ਭੇਟੇ ਗਏ, ਐਡੇ ਹੀ ਅਸੀਂ ਭੈੜੇ ਹੋ ਗਏ ਅੰਮ੍ਰਿਤਧਾਰੀ। ਇਹੋ ਜਿਹੇ ਲੋਕ ਨੇੜੇ ਨੇੜੇ ਲੱਗ ਗਏ ਵੀ ਬਸ ਇੰਨੀ ਛੂਤ ਛਾਤ। ਕਹਿੰਦੇ ਮੈਂ ਫਿਰ 500 ਰੁਪਈਆ ਦਿੱਤਾ, ਉਹਨਾਂ ਰੱਖ ਲਿਆ। ਮੈਂ ਕਿਹਾ ਜੀ ਇਹ ਤਾਂ ਨਹੀਂ ਪਿੱਟਿਆ ਗਿਆ, ਜੇਬ 'ਚੋਂ ਦਿੱਤਾ ਹੈ ਮਾੜੇ ਅਸੀਂ। ਕਹਿੰਦੇ ਮੇਰੇ ਮੂੰਹ ਵੱਲ ਵੇਖੇ। ਸੋ ਇਸ ਤਰ੍ਹਾਂ ਉਹ ਜਿਹੜੇ ਨੇੜੇ ਨੇੜੇ, ਹਾਂ ਜਲਾਇਆ ਤਾਂ ਮੁੰਡਾ, ਇਹ ਕਿਵੇਂ, ਉਹਨੇ ਕਾਰਡ ਕੱਢੀ ਕਿਸੇ ਕੋਲੋਂ, ਕਿੱਥੇ ਜਾਂਦੇ ਨੇ, ਕਦੋਂ ਜਾਂਦੇ ਨੇ, ਮੈਂ ਇਹਨਾਂ ਨੂੰ ਮਿਲਣਾ ਹੈ। ਮਹਾਂਪੁਰਸ਼ ਨੇ ਸਵਾਮੀ ਰਾਮਾਨੰਦ ਜੀ ਵਿਰਕਤ ਸੰਤ ਹੋਏ ਨੇ, ਉਹ ਪੈਸੇ ਨੂੰ ਹੱਥ ਨਹੀਂ ਸਰ ਲਾਉਂਦੇ, ਜਿਹੜਾ ਪੈਸੇ ਨੂੰ ਹੱਥ ਨਾ ਲਾਏ ਉਹਨੂੰ ਵਿਰਕਤ ਮਹਾਂਪੁਰਸ਼ ਕਹਿੰਦੇ ਨੇ, ਵਿਰਕਤ। ਉਹ ਉਹਨਾਂ ਦੇਖਿਆ ਵੀ ਜਦੋਂ ਅੱਧੀ ਇੱਕ ਰਾਤ ਹੁੰਦੀ ਨਾ ਗੰਗਾ 'ਤੇ ਜਾਂਦੇ ਨਹਾਉਣ, ਅਤੇ ਜਦੋਂ 3 ਕੁ ਵੱਜਣ ਵਾਲੇ ਹੁੰਦੇ ਨੇ ਪੈਰ ਸਵਾ ਪੈਰ ਇਸ਼ਨਾਨ ਕਰਕੇ ਅਤੇ ਪੱਗ ਡੰਡੀ ਹੁੰਦੀ ਵਾਪਸ ਆਉਂਦੇ ਨੇ, ਉਹ ਸ਼ਾਮ ਨੂੰ ਹੀ ਚਲਾ ਗਿਆ ਅਤੇ ਕਾਨਿਆਂ ਵਿੱਚ ਬੈਠਾ ਰਿਹਾ, ਦੇਖਦਾ ਰਿਹਾ ਵੀ ਕਿੱਧਰ ਜਾਂਦੇ ਨੇ। ਸਵਾਮੀ ਜੀ ਚਲੇ ਗਏ, ਜਦੋਂ ਇਸ਼ਨਾਨ ਕਰਕੇ ਆ ਰਹੇ ਉਹਨੇ ਦੇਖਿਆ ਪੱਗ ਡੰਡੀਆਂ ਤਾਂ ਬੜੀਆਂ ਨੇ। ਸਾਧ ਸੰਗਤ ਉੱਥੇ ਬਨਾਰਸ ਜਾਈਏ, ਉੱਥੇ 1100 ਘਰ ਹੈ ਸਿੱਖਾਂ ਦਾ, ਉੱਥੇ ਵੀ ਦੀਵਾਨ ਹੋਏ ਸੀ, ਅਯੁੱਧਿਆ 600 ਘਰ ਹੈ ਉੱਥੇ ਵੀ ਹੋਏ ਸੀ। ਸੋ ਉੱਥੇ 84 ਘਾਟ ਨੇ ਸੰਤਾਂ ਦੇ, 84 ਆਸ਼ਰਮ ਨੇ ਕੰਢੇ 'ਤੇ ਨਾਲ ਨਾਲ, ਅਤੇ ਪੱਗ ਡੰਡੀਆਂ ਤਾਂ ਹੁਣ ਵੀ ਬਣੀਆਂ ਨੇ, ਹੁਣ ਤਾਂ ਹੌਲੀ ਹੌਲੀ ਪੱਕਾ ਹੀ ਕਰੀ ਜਾਂਦੇ ਨੇ, ਪਰ ਬੜਾ ਔਖਾ ਉਹ ਨਦੀ ਦਾ ਕੰਢਾ ਪੱਕਾ ਹੀ ਕਰ ਲੈਣਾ। ਉਹਨੇ ਦੇਖਿਆ ਵੀ ਇਸ ਪੱਗ ਡੰਡੀ 'ਚ ਗਏ ਨੇ ਅਤੇ ਇਹਦੇ 'ਚ ਹੀ ਉਹਨਾਂ ਆਉਣਾ ਹੈ, ਕੜਾਵਾਂ ਪਾਈਆਂ ਸੀ ਆ ਰਹੇ ਸੀ। ਉਹ ਸਿਰ ਕਰ ਲਿਆ ਵਿੱਚ, ਬਾਕੀ ਸਰੀਰ ਕਾਨਿਆਂ 'ਚ, ਅਤੇ ਮੱਥਾ ਕਰ ਲਿਆ ਉੱਧਰ। ਚੱਲਦੇ ਚੱਲਦੇ ਸੱਜਾ ਚਰਨ ਵੱਜਾ, ਉਸ ਪਾਸੇ ਹੀ ਪਏ ਸਨ। ਕਹਿੰਦੇ ਰਾਮ ਕੇ ਰਾਮ ਕਹੋ, ਅੱਗੇ ਲੰਘ ਗਿਆ। ਕਹਿੰਦੇ ਠੀਕ ਹੈ ਜੀ। ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈਂ, ਅੱਗੋਂ ਹਿੰਦੀ ਜਾਏ ਕਿ ਲੰਮਾ ਪਿਆ ਕਬੀਰ ਥਾਈਂ। ਉਹ ਪਹਿਲਾਂ ਹੀ ਜਾ ਕੇ ਲੰਮਾ ਪੈ ਗਿਆ, ਪੈਰੀਂ ਟੁੰਬ ਉਠਾਇਆ, ਬੋਲ ਰਾਮ ਸਿੱਖ ਸਮਝਾਈ, ਚਲੇ ਗਏ। ਹੁਣ ਲੱਗੇ ਸਿਮਰਨ ਕਰਨ ਕਬੀਰ ਜੀ, ਦਿਨ ਰਾਤ ਜ਼ਬਾਨ ਤੋਂ ਸ਼ੁਰੂ ਕਰ ਦਿੱਤਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜਦੋਂ ਇਹ ਰਸਨਾ ਸੁੱਚੀ ਹੋ ਜਾਏ, ਸਿਮਰਨ ਕਰਦੇ ਕਰਦੇ ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ, ਸਾਰੀਆਂ ਬੁਲਾਵਾਂ ਤਾਂ ਜ਼ਬਾਨ ਤੋਂ ਲਹਿ ਜਾਂਦੀਆਂ ਨੇ, ਉਦੋਂ ਫਿਰ ਜ਼ਬਾਨ ਬੰਦ ਹੋ ਜਾਂਦੀ ਹੈ ਅਤੇ ਅੰਦਰ ਜਿਹੜੀ ਦੇਵ ਰਸਨਾ ਹੈ ਉਹ ਆਪੇ ਹੀ ਚੱਲ ਪੈਂਦੀ, ਸਿਮਰਨ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਕੰਨਾਂ ਨਾਲੋਂ ਬਾਣੀ ਸੁਣੀ ਜਾਓ, ਸਿਮਰਨ ਸੁਣੀ ਜਾਓ, ਜਦੋਂ ਅੰਦਰ ਦੇ ਕੰਨ ਜਾਗ ਪਏ ਉਹ ਬੜੀ ਦੂਰੋਂ ਸੁਣ ਲੈਂਦੇ ਨੇ, ਉਹਨੂੰ ਦੇਵ ਸਰਵਣ ਕਹਿੰਦੇ ਨੇ। ਇਸੇ ਤਰ੍ਹਾਂ ਦੇਵ ਨੇਤਰ ਹਨ, ਉਹਦੇ 'ਤੇ ਬੰਦੇ ਨੂੰ ਥੋੜ੍ਹਾ ਦਿਸਦਾ ਨਾ, ਉਹ ਪਤਾ ਨਹੀਂ ਕਿੱਥੋਂ ਤੱਕ ਦੇਖ ਲੈਂਦੇ ਨੇ। ਇਸੇ ਤਰ੍ਹਾਂ ਹੀ ਰਸਨਾ ਹੈ, ਉਹ ਜਾਗ ਪਈ, ਉਹ ਜ਼ਬਾਨ ਬੰਦ ਹੈ। ਬਿਨ ਜੇਬਾ ਜੋ ਜਪੇ ਆਓ ਕੋਈ ਜਾਣੇ, ਕੈਸਾ ਨਾ ਉਹ ਸਿਮਰਨ ਹੋ ਰਿਹਾ, ਸਰੀਰ ਵਿੱਚ ਹੋ ਰਿਹਾ, ਨਬਜ਼ਾ ਨਾਲ ਮਿਲ ਕੇ ਹੋ ਰਿਹਾ, ਰੋਮ ਰੋਮ ਕਰਕੇ ਹੋ ਰਿਹਾ, ਅੱਜ ਹੋਰ ਕੱਲ੍ਹ ਹੋਰ, ਗੁਰਮੁਖ ਵਧੇ ਰੋਜ਼ ਨਿੱਤ ਦੂਣ ਸੁਹਾਇਆ। ਤਨ ਤਨ ਹੋ ਰਹੀ ਹੈ ਕਬੀਰ ਜੀ ਦੀ, ਜੇ ਕੋਈ ਵਚਨ ਕਰੇ ਪੂਰਾ ਹੋ ਜਾਏ। ਇੱਕ ਅਵਸਥਾ ਹੁੰਦੀ ਹੈ, ਇਸ ਤੋਂ ਅੱਗੇ ਥੋੜ੍ਹਾ ਜਿਹਾ ਚਲੇ ਜਾਓ
कि अंदर एक कंट्रोल सिस्टम होता है, तीसरे किसी ने कुछ कही जो कुछ नहीं होएगा, कह दो तेरा आ हो जाए नहीं होएगा, ना भले का ना बुरे का, रसना ना कही जो कुछ, ना किसी का भला ना किसी का बुरा, अंदर कंट्रोल होता है। वह नाम दियाँ सिमरन दियाँ करते करते जुगती उस तो अगे जो अवस्था जाती है, फिर तो मैं अर्ज की पहले दुकान पर कि फुरने का राज चलता है, थोड़ी जी अर्ज की। सो इस तरह कबीर जी हुण सिमरन करते करते नाम वाले दे किसी का कोई दसना पुछना पैंदा। भाई गुरदास ही लिखते ने धन धरती विच दबी है मस्तक परवान है, किसी ने जमीन च पैसा दबिया होवे उहदा चेहरा ही दसदा वी है कोई गल, वह बोले भावें ना ही। इसी तरह जिहड़ियां सिमरन वालियां रूहां ने उहदे विच वी साध संगत भेत है, जिवें आ जमातां ने दूजी तीजी चौथी, इस तरह जिहड़ा रूहानियत विच अगे हुंदा ना उहदे तों जिन्ने भी छोटे बंदगी वाले हुंदे ने उहनां नूं दसण दी लोड़ नहीं कि मैं किन्ना क सिमरन हाँ, वह अंदरों ही देख लेंदे वी इन्नी कि दी बंदगी है। पर वड्डियां नूं छोटे नहीं देख सकते कि इहनां दी किन्नी कमाई है, इस करके उहनां दा चेहरा ही कबीर जी का दसदा है कोई सिमरन वाली रूह है। किसी ने पुछया तुसीं भजन करदे हो, माला नहीं तुहाडे कोल, कहिंदे माला स्वामी जी ने दित्ती नहीं, वैसे लगे रहिंदे आ बैठे रहिंदे आ तुरदे फिरदे हर तरीके सिर, उठत बैठत सोवत ध्याई है, सौंदा की है शरीर, रूह तो कदे सुती नहीं। सिमरन वालियां आत्माएं इस गल नूं जाणदियां ने कि शरीर सौं गया, जिवें माँ बच्चे नूं सवा देंदी पै जा मैं कम कर लां, ते आप सिमरन करदे रहना, जदों जी करना शरीर चों निकल जाना, जदों जी करना आ जाना फिर शरीर नूं चुक लैणा, चलो हुण इहदे वाले कम कर लैने। हुण भगत कबीर जी इसी तरह रोज़ करदे ने, वो चर्चा चल गई स्वामी नूं लगे चुगनियां लाउण, तुसीं चेला बनाया कबीर जी नूं, कहिंदे नहीं, नाम दित्ता है, कहिंदे नहीं कोई इहो जी गल नहीं, वो तो कहिंदा मेरे गुरदेव ही उह ने। एक होर बोलिया स्वामी जी उहनूं इत्थे सद्दो चंगी तरह गल करिए जरा, कहिंदे कोई ना कल सवेरे बुला लो। कबीर जी नूं संदेशा चला गया, कल पहर सवा पहर दिन चढ़े स्वामी जी दे आश्रम विच आउणा होएगा। आश्रम तो होर भी बड़े सन, रामानंद जी का अजे भी उत्ते है चलता, इन्हों का घर वाहवा दूर है, मैं तो जगह देखी हुई है, किलोमीटर का फासला। हुण कबीर जी कहन लगे सवेरे चलना, माता पिता ताया ते एक चाचा जिवें मैं पहले दस्या सारे जिला इकट्ठे हो गए, कहिंदे देखो स्वामी रामानंद दे नेड़े नेड़े ब्राह्मण बहुत ने, ऐसे ना होवे साडे मुंडे नूं कुट्टण ही, कित्थों नाम लई फिरदा, चलिए भाई इकट्ठे हो के। कबीर नाल नाल ते चल पे सारे, ये जी स्वामी जी ने याद कीता है हुण डकेराज केड़ा, चलो जी चलो जी चलो जी, आ के बड़े प्यार नाल नमस्कार कीती, गलबात बचन बिलास छिड़ पे। स्वामी रामानंद जी कहन लगे अपना नाम की है, कहिंदे मेरा नाम मेरी माँ ने कबीर रख्या है। बहुत अच्छा, कबीर दा अर्थ हुंदा है सब तो वड्डा, ना तो बड़ा चंगा है, कादा सिमरन करदे हुंदे हो जी, राम 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 राम, ठीक गुरें कि गुरु वाला जी, गुरु वाला, अच्छा बहुत अच्छा, अपना गुरु कौन है जिदे ते ऐसी जिन्होंने कृपा की, महाराज आप जी, अच्छा ये कदों की गल है जदों तुहानूं इस पासे लाया, हो गए 4 साल, आप जी इशनान करके आ रहे सी, मैं रस्ते विच काई च पिया सी, आप जी दा पित्र चरण लगा, राम के राम कहो, मैं जी कहन लग पिया, बहुत अच्छा, कहिंदे गल सुनो ए नाल दिओ, वो तुहानूं रोज़ समझाईदा, सिमरन करो बंदगी करो, सिमरन करो बंदगी करो, इहनूं माड़ा जिहा इशारा कीता दिन रात एक कीता होया, अच्छा बेटा लै माड़ा 108 मणके दी तस्वी हुंदी आ, उहनूं 100 मणका हुंदा, माला नूं 108 ते सिमरन करिया कर, बहुत अच्छा चंगा, हुण चल पिया
ਦੇਖਦੇ ਵੀ ਜਿਹੜੀ ਗੱਲ ਅਸੀਂ ਕਹਿੰਦੇ ਉਹ ਤਾਂ ਬਣੀ ਕੋਈ ਨਹੀਂ, ਇਹ ਤਾਂ ਹੋਰ ਹੋ ਗਈ, ਸਗੋਂ ਮਾਲਾ ਮਿਲ ਗਈ। ਜਦੋਂ ਸਿਮਰਨ ਕਰਦੇ ਰਹਿੰਦੇ ਨੇ, ਬੈਠੇ ਰਹਿੰਦੇ ਨੇ, ਤਾਂ ਕਹਿੰਦੇ ਹੁਣ ਮਾਤਾ ਜੀ ਖੇਸ ਖੋਸ ਤਾਂ ਕੀ ਬਣਨੇ ਨੇ, ਸਿਮਰਨ ਨਹੀਂ ਠੀਕ ਹੈ। ਮਨ ਬੜਾ ਦੁਖਿਆ ਵੀ ਹੈ ਤਾਂ ਮੁੰਡਾ ਵਿਗੜ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਨਿਤ ਉੱਠ ਕੋਰੀ ਗਾਗਰ ਆਨੇ ਲੀਪਤ ਜੀਓ ਗਇਓ, ਤਾਨਾ ਬਾਨਾ ਕਛੂ ਨਾ ਸਜਿਓ, ਹਰ ਹਰ ਰਸ ਲਪਟਿਓ, ਹਮਰੇ ਕੁਲ ਕੌਨੇ ਰਾਮ ਕਹਿਓ। ਕਾਕਾ ਤੇਰੇ ਪਿਓ ਦਾਦੇ ਅੱਜ ਤੱਕ ਕਿਸੇ ਮਾਲਾ ਫੇਰੀ? ਕਿਹੜੇ ਪਾਸੇ ਲੱਗ ਗਿਆ? ਪੈਸੇ ਕਮਾ, ਕਿਉਂਕਿ ਦੁਨੀਆ ਦਾ ਰੁੱਖ ਪੈਸੇ ਵੱਲ ਨੂੰ ਹੈ। ਜਿਹੜਾ ਪੈਸੇ ਕਮਾ ਕੇ ਲਿਆਏ, ਬੱਚਾ ਵੀ ਚੰਗਾ ਹੋ, ਬੱਚਿਆਂ ਦਾ ਪਿਓ ਵੀ ਚੰਗਾ, ਰਿਸ਼ਤੇਦਾਰ ਵੀ ਚੰਗਾ, ਅਤੇ ਜੇ ਕੋਈ ਸਿਮਰਨ, ਇਹ ਤਾਂ ਪਤਨੀ ਵਿਹਲਿਆਂ ਦਾ ਕੰਮ ਹੈ, ਤੂੰ ਕਿਹੜੇ ਪਾਸੇ ਲੱਗ ਗਿਆ? ਮਾਤਾ ਜੀ ਸਿਮਰਨ ਕਰਨ, ਉਹ ਤਾਂ ਮੈਂ ਕਹਿੰਦੀ ਇਸ ਤਰ੍ਹਾਂ ਨਹੀਂ, ਹਮਰੇ ਕੁਲ ਕੌਣੇ ਰਾਮ ਕਹਿ, ਜਬਕਿ ਮਾਲਾ ਲਈ ਨ ਪੁੱਤੇ ਨੀ ਪੁੱਤੇ ਨੀ ਦਰਾਣੀਏ, ਮੇਰੇ ਪੁੱਤਰ ਨੇ ਜਦੋਂ ਦੀ ਮਾਲਾ ਲਈ ਹੈ ਨਾ ਸਵਾਮੀ ਕੋਲੋਂ, ਤਬ ਤਾਂ ਸੁੱਖ ਨਾ ਪਇਓ, ਸਾਡਾ ਤਾਂ ਕਾਰੋਬਾਰ ਹੀ ਬੰਦ ਹੋ ਗਿਆ। ਬਾਣੀ ਵਿੱਚ ਇਉਂ ਦੱਸਿਆ ਹੈ, ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ, ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ, ਮਾਲਾ ਦਿੱਤੀ ਹੈ ਭਗਤ ਰਾਮਾਨੰਦ, ਮੁੰਡਾ ਮੇਰਾ ਵਿਗੜ ਗਿਆ, ਮਾਲਾ ਦਿੱਤੀ ਹੈ ਭਗਤ ਰਾਮਾਨੰਦ, ਮੇਰਾ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ, ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ, ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ, ਭਗਤ ਰਾਮਾਨੰਦ, ਮੁੰਡਾ ਮੇਰਾ ਕੀ ਮਾਲਾ ਲਈ ਨ ਪੁੱਤੇ ਤਬ ਤਾਂ ਸੁੱਖ ਨਾ ਪਇਓ, ਸਾਡੇ 'ਤੇ ਆਮਦਨੀ ਘੱਟ ਗਈ, ਬੜਾ ਮਾੜਾ ਹੋਇਆ। ਕਬੀਰ ਜੀ ਕਹਿਣ ਲੱਗੇ, ਮਾਤਾ ਜੀ ਕਿਉਂ ਇੰਨੀ ਚਿੰਤਾ ਕਰਦੇ ਹੋ? ਐਸਾ ਨਹੀਂ ਹੈ, ਸਰਬ ਸੁੱਖਾਂ ਕਾ ਦਾਤਾ ਹਰ ਸਵਾਮੀ ਸੋ ਗੁਰ ਨਾਮ ਦਿਓ। ਸੰਤ ਪ੍ਰਹਲਾਦ ਕੀ ਪੈਚ ਜਿਨ ਰਾਖੀ, ਹਰਨਾਕਿਸ਼ ਨਖ ਬਦਰਿਓ। ਮੈਂ ਤਾਂ ਬਹੁਤ ਚੰਗੇ ਪਾਸੇ ਲੱਗਿਆ, ਨਾ ਤੂੰ ਤਾਂ ਵਿਗੜ ਹੀ ਗਿਆ। ਮਾਤਾ ਜੀ ਸੱਚ ਕਿਹਾ ਤੁਸੀਂ, ਚਲੋ ਵਿਗੜ ਹੀ ਗਿਆ ਸਹੀ, ਪਰ ਮਾਤਾ ਜੀ ਮੇਰੀ ਗੱਲ 'ਤੇ ਧਿਆਨ ਨਾ ਸੁਣੋ। ਕਹਿੰਦੇ ਦੱਸ, ਗੱਲ ਇਸ ਤਰ੍ਹਾਂ ਮਾਤਾ ਜੀ, ਗੰਗਾ ਕੇ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ, ਚੰਦਨ ਕੇ ਸੰਗ ਤਰਵਰ ਵਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ, ਪਾਰਸ ਕੇ ਸੰਗ ਤਾਂਬਾ ਵਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰਾ ਰਾਮਾ ਹੋਏ ਨਿਬਰਿਓ। ਤੁਸੀਂ ਨਾਰਾਜ਼ ਕਿਉਂ ਹੋ ਰਹੇ ਹੋ? ਇਉਂ ਸਮਝਾਉਂਦੇ ਨੇ ਮਾਤਾ ਨੂੰ। ਸੋ ਇਸ ਤਰ੍ਹਾਂ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰਾ ਰਾਮਾ ਹੋਏ ਨਿਬਰਿਓ। ਵਾਹ 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 ਜੀ, ਰਾਮਾ ਹੋ ਕੇ ਨਿਬੜ ਗਿਆ, ਵਾਹ 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 ਵਾਹ, ਰਾਮਾ ਹੋ ਕੇ ਨਿਬੜ ਗਿਆ, ਵਾਹ ਵਾਹ ਵਾਹ,
ਕਬੀਰਾ ਵਿਗਰਿਓ ਸੋ ਕਬੀਰ ਰਾਮ ਨਿਬਰਿਓ ਰਾਮ ਹੋ ਕੇ ਨਿਬੜ ਗਏ ਵਾਵਾ ਵਾਵਾ ਰਾਮ ਹੋ ਕੇ ਨਿਬੜ ਮਾਤਾ ਕਹਿਣ ਲੱਗੀ ਰੋਈ ਪਈ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗਰਾਈ ਇਹਦਾ ਬਣੇਗਾ ਕੀ ਤਾਂ ਮਾਲਾ ਫੜ ਲਈ ਇਹਨੇ ਕਿੱਧਰ ਲੱਗ ਗਏ ਕੰਮ ਕਾਰ ਕਰਦਾ ਕੋਈ ਨਹੀਂ ਤਾਂ ਠੀਕ ਨਹੀਂ ਹੈ ਸਾਤ ਸੂ ਤਿੰਨ ਮੁੰਡੀਆਂ ਨੂੰ ਖੋਇਓ ਇਹ ਮੁੰਡੀਆ ਕਿ ਉਹਨਾਂ ਮੂਹੋ ਕਰਦਾ ਕੰਮ ਹੀ ਛੱਡ ਦਿੱਤਾ ਇਹਦੇ 'ਤੇ ਮਰ ਜਾਂਦਾ ਚੰਗਾ ਸੀ ਐਸਾ ਕਈ ਲੋਕ ਬੜੇ ਬੜੇ ਮਹਾਂਪੁਰਸ਼ਾਂ ਨੂੰ ਸਾਡੇ ਘਰ ਚਰਨ ਪਾਓ ਜੀ ਸਾਨੂੰ ਬਚਨ ਦਿਓ ਜੀ ਸਾਡੀ ਸੁਣੋ ਜੀ ਭਾਈ ਨਾਮ ਜਪਣ ਵਾਲੇ ਬੜੇ ਚੰਗੇ ਹਨ ਜੀ ਬੜੇ ਚੰਗੇ ਫਿਰ ਤੁਸੀਂ ਵੀ ਆਪਣੇ ਮੁੰਡੇ ਨੂੰ ਸੰਤਾਂ ਨਾਲ ਹੀ ਘੱਲ ਦਿਉ ਨਹੀਂ ਇਹ ਸਾਡਾ ਤਾਂ ਕਬੀਰ ਦੀ ਮਾਂ ਵਾਂਗ ਕੰਮ ਹੀ ਚੌੜ ਹੋ ਜਾਏਗਾ ਤੁਸੀਂ ਵੀ ਨਾਮ ਜਪਣ ਲੱਗ ਜਾਓ ਤੁਸੀਂ ਵੀ ਬੱਚਿਆਂ ਨੂੰ ਪੜ੍ਹਾਓ ਲਿਖਾਓ ਫੜਾਓ ਮਾਲਾ ਲਾਓ ਸਿੱਖੀ ਪ੍ਰਚਾਰ 'ਚ ਪਤਾ ਲੱਗੇ ਕਿੰਨੇ ਕੁ ਦਾਨੀ ਹੈ ਤੁਸੀਂ ਨਹੀਂ ਜੀ ਸਾਡਾ ਤਾਂ ਟਾਈਮ ਹੀ ਉਹ ਕਬੀਰ ਦੀ ਮਾਂ ਰੋ ਰਹੀ ਹੈ ਮੁਸ ਮੁਸ ਰੁਸ ਰੁਸ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਪਇਓ ਸਾਤ ਸੂ ਤਿੰਨ ਮੁੰਡੀਆਂ ਨੂੰ ਖੋਇਓ ਜਠਾਣੀ ਉਹ ਕਬੀਰ ਦੇ ਤਾਏ ਦੇ ਘਰੋਂ ਦਰਾਣੀ ਕਬੀਰ ਦੇ ਚਾਚੇ ਦੇ ਘਰੋਂ ਸੁਣੋ ਜਠਾਣੀ ਸੁਣੋ ਦਰਾਣੀ ਅਚਰਜ ਏਕ ਪਇਓ ਸਾਤ ਸੂ ਤਿੰਨ ਮੁੰਡੀਆਂ ਨੂੰ ਖੋਇਓ ਇਹ ਮੁੰਡੀਆ ਕਿਉਂ ਨਾ ਮੂਹੋ ਇਹਦੇ 'ਤੇ ਮਰ ਜਾਂਦਾ ਤਾਂ ਚੰਗਾ ਸੀ ਬੜਾ ਮਾੜਾ ਹੋਇਆ ਕੀਤਾ ਕੀ ਜਾਏ ਚਲੋ ਛੱਡੋ ਖੇੜਾ ਨਹੀਂ ਕਰਦਾ ਤਾਂ ਨਾ ਸੀ ਇਹਦਾ ਪਿਓ ਤਾਂ ਕਰਦਾ ਨਾ ਮੈਂ ਤਾਂ ਕੰਮ ਕਰਦੀ ਹਾਂ ਨਾ ਪਰ ਹੁਣ ਵਿਆਹ ਵੀ ਕਰ ਦਿੱਤਾ ਹੁਣ ਤਾਂ ਲੋਈ ਵੀ ਆ ਗਈ ਕਿੱਥੋਂ ਕੰਮ ਚੱਲੇਗਾ ਇਹਨਾਂ ਦਾ ਕਿਵੇਂ ਬਣੇਗਾ ਇੱਕ ਮਹਾਂਪੁਰਸ਼ ਹੁੰਦੇ ਸੀ ਉਹਨਾਂ ਕੋਲ ਇੱਕ ਬੱਚਾ ਆ ਗਿਆ ਲੱਗੇ ਗ੍ਰੰਥ ਪੜ੍ਹਨ ਕਹਿੰਦੇ ਬੇਟਾ ਰਹਿਣ ਦੇ ਸੰਤਾਂ ਦੀਆਂ ਕਿਤਾਬਾਂ ਨਹੀਂ ਪੜ੍ਹੀ ਦੀਆਂ ਹੁੰਦੀਆਂ ਜਿਵੇਂ ਰਾੜਾ ਸਾਹਿਬ ਨਿਰਪ ਸਿੰਘ ਆਇਆ ਅਤੇ ਕਿਤਾਬ ਪੜ੍ਹਨ ਲੱਗੇ ਭੋਰੇ 'ਚ ਪਈ ਕਹਿੰਦੇ ਬੇਟਾ ਰਹਿਣ ਦੇ ਇਹ ਠੀਕ ਨਹੀਂ ਹੈ ਜਿਵੇਂ ਪਹਿਲੀ ਦੂਜੀ 'ਚ ਪੜ੍ਹਦਾ ਉਹਨੂੰ ਐੱਮ ਏ ਦੀਆਂ ਕਿਤਾਬਾਂ ਦੇ ਦਿਉ ਸਮਝ ਹੀ ਨਹੀਂ ਆਉਣਾ ਨਹੀਂ ਹੁਕਮ ਕਰੋ ਮੈਂ ਥੋੜ੍ਹੀ ਜਿਹੀ ਪੜ੍ਹ ਲਾ ਅੱਛਾ ਪੜ੍ਹ ਲੈ ਉਹਦੇ ਵਿੱਚ ਇੱਕ ਸਾਖੀ ਆਈ ਕਿ ਬੀਬੀ ਜਦੋਂ ਰਾਤ ਨੂੰ ਤੁਰੀ ਜਾਂਦੀ ਹੈ ਅਤੇ ਰਸਤੇ 'ਚ ਲਾਈਟ ਹੁੰਦੀ ਮਹਾਰਾਜ ਜੀ ਉਹਨੇ ਸੱਲ ਲਾਏ ਹੋਣਗੇ ਕਹਿੰਦੇ ਨਹੀਂ ਕੋਈ ਹੋਰ ਤਾਰ ਲਾਈ ਹੋਏਗੀ ਕਹਿੰਦੇ ਨਹੀਂ ਅੱਛਾ ਕਹਿੰਦੇ ਇੱਕ ਵਜੇ ਰਾਤ ਨੂੰ ਨਿਰਪ ਸਿੰਘ ਆਈ ਰਾੜਾ ਸਾਹਿਬ ਮਹਾਰਾਜ ਦੀ ਗੱਲ ਹੈ ਆ ਗਿਆ ਗਰਮੀਆਂ ਦੇ ਦਿਨ ਨੇ ਕਹਿੰਦੇ ਚੱਲ ਲਓ ਪੁਰਾਣਾ ਸਕੂਲ ਹੁੰਦਾ ਚੱਲੀਏ ਵੱਡਾ ਗੇਟ ਨਾ ਬਾਹਰ ਆ ਗਿਆ ਸ਼ਰਕ ਅਤੇ ਨਹਿਰ ਕੋਲ ਕਹਿੰਦੇ ਦੇਖ ਕੋਈ ਸਾਡੇ ਕੋਲ ਸੱਲ ਹੈ ਨਹੀਂ ਮਹਾਰਾਜ ਜੀ ਦੇਖ ਲਿਆ ਅਸੀਂ ਬਨੈਣੀ ਪਾਈ ਹੈ ਸਿਰ 'ਤੇ ਕੇਸ ਕੀ ਹੈ ਚੰਗੀ ਤਰ੍ਹਾਂ ਦੇਖ ਲਿਓ ਬੇਟਾ ਕਿ ਨਹੀਂ ਇੱਕਦਮ ਛਾਤੀ 'ਚੋਂ ਲਾਈਟ ਨਿਕਲੀ ਕੀੜੀ ਤੁਰਦੀ ਦਿਸਦੀ ਜਿਵੇਂ ਸਰਜ ਲਾਈਟ ਇਹ ਮਹਾਰਾਜ ਕਿਵੇਂ ਕਹਿੰਦੇ ਉਹ ਵੀ ਸਾਡੀ ਭੈਣ ਸੀ ਬੰਦਗੀ ਬਣੀ ਸੀ ਰੋਜ਼ ਤੁਸੀਂ ਪੜ੍ਹਦੇ ਹੋ ਜਹ ਪੈਂਟੇ ਮਾਂ ਅੰਧ ਗਬਾਰਾ ਹਰ ਕਾ ਨਾਮ ਤਾਂ ਸੰਗ ਉਜਿਆਰਾ ਉਹ ਰੋਸ਼ਨੀ ਤਾਂ ਨਾਮ ਦੀ ਹੈ ਆ ਸੂਰਜ ਦੇ ਪਿੱਛੇ ਜਨਰੇਟਰ ਲੱਗਾ ਨਹੀਂ ਮਹਾਰਾਜ ਜੀ ਉਹਦੇ ਪਿੱਛੇ ਇੱਕ ਹੋਰ ਸੂਰਜ ਪਤਾ ਨਹੀਂ ਕਿਤਨੇ ਇੰਦ ਚੰਦ ਸੋਰ ਕੀਤੇ ਕੀਤੇ ਮੰਡਲ ਦੇ ਕਰੋੜਾਂ ਹੀ ਸੂਰਜ ਗੁਰੂ ਨਾਨਕ ਜੀ ਅੱਛਾ ਚਲੋ ਤੁਰੇ ਚਲੋ ਉਹਦੇ ਪਿੱਛੇ ਬੇਟਾ ਨਾਮ ਦੀ ਹੀ ਬਖਸ਼ਿਸ਼ ਹੈ ਨਾਮ ਦੀ ਹੀ ਰੋਸ਼ਨੀ ਹੈ ਦਿਨੇ ਵੀ ਨਾਮ ਦੀ ਹੈ ਅੰਦਰ ਵੀ ਨਾਮ ਦੀ ਰੋਸ਼ਨੀ ਹੈ ਪਰਲੋਕ ਨੂੰ ਜਾਈਏ ਤਾਂ ਵੀ ਹੈ ਤਾਂ ਹੀ ਤੈਨੂੰ ਕਿਹਾ ਸੀ ਨਾ ਸਾਡੀ ਕਿਤਾਬ ਨਾ ਪੜ੍ਹੀ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਸਾਡੇ ਦੇਸ਼ ਵਿੱਚ ਪ੍ਰਚਾਰਕਾਂ ਦਾ ਘਾਟਾ ਨਹੀਂ ਘਾਟਾ ਹੈ ਅਤੇ ਬੰਦਗੀ ਵਾਲਿਆਂ ਦਾ ਸਾਰੀ ਦੁਨੀਆ ਸੁਧਰ ਨਾ ਜਾਂਦੀ ਗੱਲਾਂ ਹੀ ਹੋਰ ਨੇ ਸੋ ਇਸ ਤਰ੍ਹਾਂ ਉਹ ਪੜ੍ਹਨ ਲੱਗ ਗਿਆ ਮਹਾਂਪੁਰਸ਼ਾਂ ਨੇ ਰੋਕਿਆ ਕਹਿੰਦੇ ਨਾ ਪੜ੍ਹ ਨਹੀਂ ਜੀ ਪੜ੍ਹ ਲੈਣ ਦਿਉ ਅੱਛਾ ਪੜ੍ਹ ਲੈ ਕੋਈ ਗੱਲ ਨਹੀਂ ਉਹਦੇ 'ਚ ਲਿਖਿਆ ਮਾਂ ਪਿਓ ਕੰਮ ਦੇ ਭੈਣ ਭਰਾ ਪੈਸੇ ਦੇ ਮਿੱਤਰ ਮੌਕੇ ਦਾ ਗੁਰੂ ਮਹਾਰਾਜ ਸਦਾ ਹੀ ਇਹ ਬਾਬਾ ਜੀ ਕੀ ਲਿਖਿਆ ਤੁਹਾਡੀ ਕਿਤਾਬ 'ਚ ਕਹਿੰਦੇ ਤੈਨੂੰ ਕਿਹਾ ਸੀ ਨਾ ਪੜ੍ਹ ਮੈਂ ਤਾਂ ਕਰਕੇ ਦੇਖਣਾ ਕਹਿੰਦੇ ਦੇਖ ਲੈ ਉਹ ਜਾ ਕੇ ਬਹਿ ਗਿਆ ਘਰ ਕਰਦਾ ਹੀ ਕੱਖ ਨਹੀਂ
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਖਾਰਾ ਸਿਆਣਾ ਬਹੁਤਾ ਪਾਰ, ਜਿੰਨਾ ਕੋਈ ਘਰ 'ਚ ਸਿਆਣਾ ਲੈ ਸਾਡਾ ਵੀ ਹਿਸਾਬ ਲਿਖੀ ਜਾ, ਗੁਆਂਢੀਆਂ ਦਾ ਵੀ ਲਿਖੀ ਜਾ, ਜੇ ਮੈਂ ਤਾਂ ਹੋਰ ਸਿਆਣਾ ਸਾਰੇ ਪਿੰਡ ਦਾ ਬੋਝ ਚੁੱਕ ਲੈ, ਜੇ ਮੈਂ ਤਾਂ ਬੜਾ ਸਿਆਣਾ ਸਾਰੇ ਇਲਾਕੇ ਦਾ ਬਣ ਜਾ ਠੇਕੇਦਾਰ ਕਰੀ ਜਾ ਕੰਮ, ਜੇ ਮੈਂ ਤਾਂ ਹੋਰ ਸਿਆਣਾ ਸਾਰੇ ਦੇਸ਼ ਦੀ ਜ਼ਿੰਮੇਵਾਰੀ ਲੈ ਲੈ, ਖਰਾ ਸਿਆਣਾ ਬਹੁਤਾ ਪਾਰ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੰਨਾ ਬੰਦਾ ਸਿਆਣਾ ਉਹਨਾਂ ਉਹਦੇ 'ਤੇ ਬੋਝ। ਹੁਣ ਬਹਿ ਗਿਆ ਕਹਿੰਦੇ ਮੈਂ ਤਾਂ ਬੁੱਧੂ ਹੀ ਹਾਂ, ਮਾਂ ਪਿਓ ਨੇ ਤਾਂ ਘਰੋਂ ਕੱਢਿਆ ਕੁੱਟ ਕੇ, ਕਹਿੰਦੇ ਮਰ ਚੱਲੇ ਕੰਮ ਤਾਂ ਕਰਦਾ ਹੀ ਨਹੀਂ। ਵਾਕਿਆ ਬਈ ਪਹਿਲੀ ਗੱਲ ਤਾਂ ਠੀਕ ਹੈ। ਹੁਣ ਗਿਆ ਭੈਣ ਜਿੱਥੇ ਵਿਆਹੀ ਸੀ ਬਾਗ 'ਚ, ਨੌਕਰ ਨੂੰ ਵੀ ਤੇਰਾ ਭਰਾ ਆਇਆ ਕੱਪੜੇ ਕਹਿੰਦੇ ਐਵੇਂ ਹੀ ਹੈ, ਪੈਰੋਂ ਨੰਗਾ ਐਵੇਂ ਜਿਹਾ ਹੀ ਹੈ, ਇਹ ਕੁਛ ਨਹੀਂ ਲੱਗਦਾ, ਦਫਾ ਜਿੱਧਰੋਂ ਆਇਆ। ਅੱਗੇ ਮੇਰੇ ਪਿਓ ਨੇ ਕੱਢਿਆ ਘਰੋਂ, ਚਲਾ ਗਿਆ। ਇੱਕ ਮਿੱਤਰ ਸੀ ਉੱਤੋਂ ਉੱਤੋਂ, ਕਹਿੰਦਾ ਭਰਾਵਾ ਆਹ ਗੱਲ ਹੋਈ ਆ, ਮੈਂ ਰਹਿਣਾ ਹੀ ਤੇਰੇ ਕੋਲ। ਕਹਿੰਦਾ ਮੈਂ ਇਹ ਕਿਹਾ ਸੀ ਮੇਰੇ ਘਰ ਹੀ ਆ ਜਾ ਛੱਡ ਛਡਾ ਕੇ, ਮਿੱਤਰ ਤਾਂ ਆਹੀ ਹੁੰਦੀ ਕਿਤੇ ਰਾਹ ਖੇੜੇ ਦੀ। ਇੱਕ ਹੋਰ ਸੀ ਉਹਦੇ ਕੋਲ ਗਿਆ, ਉਸ ਸਮੇਂ ਦਾ ਸੱਚਾ ਮਿੱਤਰ ਸੀ, ਉਹ ਕਹਿੰਦਾ ਦੇਖ ਭਰਾਵਾ ਮੇਰੀ 8 ਕਿੱਲੇ ਪੈਲੀ, ਜਿਨ੍ਹਾਂ ਦੀ ਨਹੀਂ ਹੁੰਦੀ ਕੋਈ ਰੱਬ ਰੋਟੀ ਨਹੀਂ ਦਿੰਦਾ, 4 ਤੇਰੀ 4 ਮੇਰੀ, ਇੱਥੇ ਰਹੋ ਤੂੰ ਮੇਰਾ ਭਰਾ ਹੈ। ਰਹਿਣ ਲੱਗ ਪਿਆ, ਟਿੱਬਾ ਹਾਲ ਬਣਾਉਂਦੇ, ਕਿਰਾਇਆ ਮਾਇਆ ਬੜੀ ਮਿਲੀ। ਬੇਨਤੀ ਹੈ ਮਾਇਆ ਧਰਤੀ ਵਿੱਚ ਕਿਤੇ ਵੀ ਨਹੀਂ ਅਤੇ ਮਾਇਆ ਹਰ ਇੱਕ ਥਾਂ 'ਤੇ ਹੈ। ਮਾਇਆ ਇੱਕ ਕੁਦਰਤੀ ਕ੍ਰਿਸ਼ਮਾ ਹੈ, ਆ ਸਰੀਰ ਵੀ ਤਾਂ ਮਾਇਆ ਹੀ ਹੈ। ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭਣ ਗਾਏ, 5 ਤੱਤ ਵੀ ਮਾਇਆ ਹੀ ਹੈ। ਜਿਹੜੀ ਚੀਜ਼ ਪਹਿਲਾਂ ਨਾ ਹੋਵੇ ਫਿਰ ਹੋਵੇ ਫਿਰ ਨਾ ਹੋਵੇ ਉਹਨੂੰ ਕਹਿੰਦੇ ਮਾਇਆ। ਮਾਇਆ ਕਿਸ ਨੂੰ ਆਖੀਏ, ਕਿਹਾ ਇਹ ਕਰਮ ਕਮਾਏ ਸੁੱਖ ਦੁੱਖ ਜੀਓ, ਬੰਧ ਹੈ ਵਿੱਚ ਹੋਮੇ ਕਰਮ ਕਮਾਏ ਕਹੀਏ ਮਾਇਆ। ਮਾਇਆ ਨਾਮ ਗਰਭ ਜੂਨ ਕਾ। ਗੁਰੂ ਹਰਗੋਬਿੰਦ ਮਹਾਰਾਜ ਜੀ ਕਸ਼ਮੀਰ ਆਏ, ਇੱਥੇ 4 ਪੀਰ ਮਿਲੇ। ਸੱਚੇ ਪਾਤਸ਼ਾਹ ਤੁਹਾਡਾ ਵਿਆਹ ਹੋਇਆ? ਮਹਾਰਾਜ ਜੀ ਕਹਿੰਦੇ ਹਾਂ। ਸਾਹਿਬਜ਼ਾਦੇ ਨੇ ਇੱਕ ਸਪੁੱਤਰੀ? ਕਹਿੰਦੇ ਹਾਂ। ਅੱਛਾ, ਅਤੇ ਇਹ ਫਿਰ ਕਿਵੇਂ ਜੀ? ਗੁਰੂ ਜੀ ਕਹਿਣ ਲੱਗੇ, ਦੌਲਤ ਗੁਜਰਾਨ ਇਸਤਰੀ ਅਮਾਨ, ਪੁੱਤਰ ਨਿਸ਼ਾਨ ਕਰਨੀ ਪ੍ਰਧਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਪੀਰ ਜੀ ਕਹਿੰਦੇ ਠੀਕ ਹੈ ਮਹਾਰਾਜ, ਸਮਝ ਗਏ ਜੀ। ਉਹ ਹੁਣ ਮਾਇਆ ਲੈ ਕੇ ਘੋੜੇ 'ਤੇ ਲੱਦ ਕੇ ਅਤੇ ਬਾਗ 'ਚ ਆਇਆ। ਨੌਕਰ ਨੇ ਦੱਸਿਆ, ਭੈਣ ਜੀ ਤੁਹਾਡਾ ਭਰਾ ਹੈ ਜਿਹੜਾ ਘਰੋਂ ਨਿਕਲਿਆ ਸੀ, 1.5 ਸਾਲ ਹੋ ਗਿਆ, ਅਤੇ ਉਹਦੇ ਕੋਲ ਕੀ ਹੈ? ਤਾਂ ਛੱਟਾਂ ਭਰੀ ਫਿਰਦਾ ਚਾਂਦੀ ਦੇ ਰੁਪਈਆਂ ਦੀਆਂ, ਗੁਆਂਢਣਾਂ ਇਕੱਠੀਆਂ ਕੀਤੀਆਂ, ਮੇਰਾ ਵੀਰ ਆ ਗਿਆ, ਧੱਕੇ ਨਾਲ ਹੀ ਲੈ ਗਏ ਘਰ, ਅਸੀਂ ਤਾਂ ਜਾਣ ਹੀ ਨਹੀਂ ਦੇਣਾ। ਰਾਤ ਸਵੇਰੇ ਚੱਲਣ ਲੱਗਾ ਤਾਂ ਨਿਆਣਿਆਂ ਨੂੰ ਪਹਿਲਾਂ ਹੀ ਪੜ੍ਹਾ ਦਿੱਤਾ। ਇਹ ਮਾਮਾ ਇਹੋ ਜਿਹਾ ਥੋੜ੍ਹੀ ਹੈ ਬੇਟਾ, ਮੈਨੂੰ ਤੁਸੀਂ ਮਾਂ ਕਹਿੰਦੇ ਹੋ, ਇਹਨੂੰ ਮਾਮਾ ਕਹਿੰਦੇ ਹੋ, 2 ਵਾਰੀ ਮਾਂ ਦਾ ਨਾਂ ਲਓ, ਮਾਂ ਅਤੇ ਮਾਮਾ ਬਣ ਗਿਆ। ਇਹ ਬਿਨਾਂ ਪੈਸੇ ਦਿੱਤਿਆਂ ਕਿਤੇ ਜਾਣ ਲੱਗੇ? ਕਿਉਂ ਖੋਤੇ ਦੇ ਦੁਆਲੇ ਦੁਆਲੇ ਫਿਰਦੇ ਹੋ? ਐਡਾ ਨਿਰਦਈ ਨਹੀਂ ਹੈ, ਇਹ ਤੁਹਾਨੂੰ ਬੜੇ ਦੇ ਕੇ ਜਾਏਗਾ, ਥੋੜ੍ਹਾ ਜਿਹਾ ਹੌਂਸਲਾ ਕਰੋ, ਵੀ ਮਤਲਬ ਦੇ ਕੁਛ। ਚਲੋ ਉਹਨੇ 10-10, 20-20 ਦਿੱਤੇ, ਖਿਹੜਾ ਛਡਾਇਆ, ਘਰ ਗਿਆ ਅਤੇ ਮਾਂ ਪਿਓ ਬੱਲੇ, ਇਹਦੇ ਨਖੱਟੂ ਕੰਮ ਆ ਗਿਆ ਕਿ ਨਹੀਂ? ਕਿਹਾ ਵਾਕਿਆ ਹੀ ਠੀਕ ਹੈ। ਫਿਰ ਮਹਾਂਪੁਰਸ਼ਾਂ ਕੋਲ ਗਿਆ, ਫਿਰ ਉਹਨਾਂ ਰੱਬ ਦੀ ਗੱਲ ਸਮਝਾਈ, ਸਾਖੀ ਬੜੀ ਲੰਮੀ ਹੈ, ਉਹ ਰੋਈਆਂ ਜੰਗਲਾਂ 'ਚ ਜਾ ਕੇ ਇੱਕ ਮਹਾਨ ਰਿਖੀ ਤਪੱਸਵੀ ਬਣਿਆ। ਸੋ ਇਸ ਤਰ੍ਹਾਂ ਹੁਣ ਕੰਮ ਕਾਰ ਤਾਂ ਭਗਤ ਜੀ ਨੇ ਦਿੱਤਾ ਛੱਡ, ਹੁਣ ਚੰਗਾ ਨਹੀਂ ਲੱਗਦਾ ਘਰਦਿਆਂ ਨੂੰ, ਉਹ ਨਾਮ ਕਰਕੇ ਹੋਰ ਮਹਿਮਾ ਵੱਧ ਗਈ। ਹੋਰ ਦਿਨੋਂ ਦਿਨ ਜੋ ਬਚਨ ਕਰਨ ਚੱਲਦੇ ਜਿੰਨੇ ਬਨਾਰਸ ਦੇ ਵੱਡੇ ਵੱਡੇ ਵਿਦਵਾਨ ਬ੍ਰਾਹਮਣ ਪੰਡਿਤ ਪੱਤਰੀਆਂ ਫੋਲਣ ਵਾਲੇ ਸਾਰੇ ਹੀ ਉਲਟ ਕਹਿੰਦੇ ਸਾਡੇ 'ਤੇ ਰੁਜ਼ਗਾਰ ਮਾਰੇ ਗਏ, ਲੋਕ ਭਜਨ ਕਰਨ ਲੱਗ ਗਏ, ਵਾਹਵਾ ਟੇਵੇ ਸ਼ੇਵੇ ਲਾ ਕੇ ਲੁੱਟਦੇ ਸੀ ਇਹਨਾਂ ਨੂੰ, ਉਹਨਾਂ ਸੱਜਾ ਹੱਥ ਅੱਗੇ ਕਰਨਾ ਉਹਨਾਂ ਦੱਸਣਾ, ਸੱਜੇ ਹੱਥ ਦੀਆਂ ਰੇਖਾਂ ਬਦਲਦੀਆਂ ਰਹਿੰਦੀਆਂ, ਕਈ ਵਾਰੀ ਹਫ਼ਤਾ 'ਚ 3 ਵਾਰੀ ਬਦਲਦੀਆਂ, ਖੱਬੇ ਦੀ ਬਦਲਦੀ ਨਹੀਂ ਤਾਂ ਹੀ ਅੰਗੂਠਾ ਜਿਸ ਤਰੀਏ ਦੇ 'ਤੇ ਲਾਉਂਦੇ ਨੇ, ਮੱਥੇ ਦੀ ਵੀ ਘੱਟ ਬਦਲਦੀ। ਇਹਦੀ ਬੇਨਤੀ ਕੱਲ੍ਹ ਪਰਸੋਂ ਦੁਆਨ ਥੋੜ੍ਹੀ ਖੋਲ੍ਹ ਕੇ ਹੋਈ ਸੀ। ਹੁਣ ਕਾਜੀ ਮੁੱਲਾ ਮਲਾਣੀ ਜਿਹੜੇ ਉਹ ਮੰਤਰ ਮੁੰਤਰ ਤੰਤਰ ਮੰਤਰ ਕਰਦੇ ਸੀ ਟੂਣੇ ਟੰਜਰ, ਉਹਨਾਂ ਦਾ ਵੀ ਰੁਜ਼ਗਾਰ ਬੰਦ। ਕਹਿੰਦੇ ਕਰੀਏ ਕੀ, ਬਨਾਰਸ ਤੋਂ ਬਾਹਰੋਂ ਰਾਹ ਭਰੇ ਆਉਂਦੇ ਨੇ, ਕਬੀਰ 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 ਕਬੀਰ, ਕਹਿੰਦੇ ਬੰਦਾ ਤਾਂ ਮਾਰਨਾ ਚਾਹੀਦਾ। ਹੁਣ ਪੰਡਿਤ ਸਲਾਮ ਵਾਲੇ ਇਕੱਠੇ ਹੋ ਗਏ, ਕਹਿੰਦੇ ਇਹਦਾ ਕੰਮ ਮੁਕਾਈਏ, ਸਾਡੇ ਤਾਂ ਰਿਹਾ ਕੱਖ ਨਹੀਂ, ਰੁਜ਼ਗਾਰ ਮਾਰੇ ਗਏ। ਕਹਿੰਦੇ ਫਿਰ ਜੇ ਇਹਨੂੰ ਹੱਥ ਪਾਇਆ, ਇਹਦੇ ਪ੍ਰੇਮੀ ਬੜੇ,
ਬੰਦਾ ਤਾਂ ਇੱਕ ਵਿਗੜਿਆ ਨਹੀਂ ਸੰਭਾਲਿਆ ਜਾਂਦਾ ਤਾਂ ਹਜ਼ਾਰਾਂ। ਕਹਿੰਦੇ ਕੋਈ ਨਹੀਂ ਆਪਾਂ ਦਿੱਲੀ ਚੱਲਦੇ ਹੈਗੇ, 20 ਬ੍ਰਾਹਮਣ ਅਤੇ 20 ਇਸਲਾਮ ਵਾਲੇ 40 ਬੰਦੇ ਦਿੱਲੀ ਚਲੇ ਗਏ। ਉੱਥੇ ਸਿਕੰਦਰ ਲੋਧੀ ਬਾਦਸ਼ਾਹ ਸੀ ਉਹਨਾਂ ਦਿਨਾਂ ਵਿੱਚ, 200 ਸਾਲ ਪਹਿਲਾਂ ਨਾਮਦੇਵ ਜੀ ਦੇ ਸਮੇਂ ਸਲੇਮ ਬਾਦਸ਼ਾਹ ਸੀ ਉਦੋਂ ਸਿਕੰਦਰ ਲੋਧੀ, ਸਿਕੰਦਰ ਕਈ ਹੋਏ ਨੇ, ਇਹ ਰਾਜਾ ਸੀ ਚੱਕਰਵਰਤੀ। ਕਹਿੰਦੇ ਸਰਕਾਰ ਇੱਕ ਕਬੀਰ ਨਾਮ ਕਰਕੇ ਹੈ, ਵਕਤ ਪਾ ਦਿੱਤਾ ਇਲਾਕੇ 'ਚ, ਸਾਡਾ ਤਾਂ ਰਿਹਾ ਕੱਖ ਨਹੀਂ, ਇੰਨੇ ਦੁਖੀ ਹਾਂ, ਬੜੀਆਂ ਅਰਦਾਸਾਂ ਕਰਦੇ ਹਾਂ, ਹੇ ਅੱਲਾ ਹੇ ਰਾਮ, ਇਹ ਮਰਜੇ ਮਰਦਾ ਹੀ ਨਹੀਂ, ਕਰੀਏ ਕੀ। ਬਟ ਪਬਲਿਕ ਦੁਖੀ ਹੋਵੇ। ਕਹਿੰਦੇ ਉੱਥੋਂ ਦਾ ਰਾਜਾ ਉਹਦੇ ਨਾਲ ਗੱਲ ਕਰਨੀ ਸੀ, ਉਹ ਬੀਰ ਸਿੰਘ ਬਘੇਲ, ਉਹ ਰਾਜਾ ਉਹਦਾ ਚਰਨ ਝਾੜਦਾ ਉਹਦੇ, ਤੁਸੀਂ ਕੋਈ ਕਿਰਪਾ ਕਰੋ। ਕਹਿੰਦੇ ਦੇਖੋ ਮੈਂ ਜਾਣ ਵਾਸਤੇ ਤਿਆਰ ਹਾਂ, ਕੋਈ ਐਵੇਂ ਰੱਬ ਦਾ ਭਗਤ ਹੋਵੇ ਮੈਂ ਹੱਥ ਨਹੀਂ ਚੁੱਕਣਾ, ਕੋਈ ਪੱਕੀ ਗਵਾਹੀ ਚਾਹੀਦੀ। ਕਹਿੰਦੇ ਉਹਦੀ ਮਾਂ ਹੀ ਹਾਜ਼ਰ ਕਰ ਦਾਂਗੇ, ਜੇ ਮਾਂ ਹੀ ਕਹਿ ਦੇ ਮਰ ਜੇ ਤਾਂ ਚੰਗਾ ਹੈ ਫਿਰ। ਕਹਿੰਦੇ ਫਿਰ ਮੈਂ ਵੀ ਥਾਂ ਮਾਰ ਕੇ ਆਉਂ, ਚਲੋ ਤੁਸੀਂ। ਇਹ ਤਾਂ ਆ ਗਏ ਬਨਾਰਸ, ਉਹਨੇ 20,000 ਫੌਜ ਦਿੱਲੀਓਂ ਤਿਆਰ ਕੀਤੀ। ਕਿੱਥੇ ਚੱਲ ਰਹੇ ਇਹ ਜੀ ਕਬੀਰ ਜੀ ਨੂੰ ਮਾਰਨ ਵਾਸਤੇ? ਚਲੋ ਬਾਈ। ਅਤੇ ਥੋੜ੍ਹੇ ਬੰਦੇ ਲੈ ਜਾਣੇ ਸੀ। ਕਹਿੰਦੇ ਉਹਦੀ ਸੰਗਤ ਬੜੀ, ਸ਼ਰਧਾਲੂ ਬੜੇ, ਸਾਰੇ ਰੋਕਣੇ ਪੈਣੇ, ਘਰਾਂ 'ਚ ਬੜਾ ਪ੍ਰਬੰਧ ਕਰਨਾ ਪੈਣਾ। ਜਦੋਂ ਸਰਮਦ 'ਤੇ ਹੱਥ ਚੁੱਕਿਆ ਸੀ ਨਾ, ਦਿੱਲੀ ਤੋਂ 100-100 ਕਿਲੋਮੀਟਰ ਦੂਰ ਤੱਕ ਔਰੰਗਜ਼ੇਬ ਨੇ ਫੌਜ ਲਾਈ ਸੀ। ਇਹਨਾਂ ਲੋਕਾਂ ਨੂੰ ਕਿਤੇ ਹੱਥ ਪਾਉਣਾ ਖੇਡ ਨਹੀਂ ਹੈ, ਵਿਗੜ ਜੀ ਦੁਨੀਆ ਸਾਰੀ। ਹੁਣ ਫੌਜ ਚੱਲ ਪਈ, ਸਿਕੰਦਰ ਆਪ ਵੀ ਚੱਲ ਪਿਆ, ਬਨਾਰਸ ਆ ਗਿਆ, ਤੰਬੂ ਤੁੰਬੂ ਲਾਏ, ਫੌਜ ਨੂੰ ਕਹਿੰਦਾ ਸਾਰੇ ਬਨਾਰਸ ਦੇ ਦੁਆਲੇ ਘੇਰਾ ਪਾ ਲਓ, ਬੀਰ ਸਿੰਘ ਬਘੇਲ ਰਾਜੇ ਨੂੰ ਹਾਜ਼ਰ ਕਰੋ। ਕਹਿੰਦਾ ਸਰਕਾਰ ਹੁਕਮ। ਕਹਿੰਦੇ ਨਾਲੇ ਤਾਂ ਭਰਾਵਾ ਪਿਛਲੇ ਦੇ ਟੈਕਸ, ਅਤੇ ਆਪਣੇ ਕੋਲ ਫੌਜ ਕਿੰਨੀ ਹੈ? ਕਹਿੰਦੇ ਜੀ 10,000, ਇਹ ਵੀ ਘਰਾਂ 'ਚ ਲਾ ਦਿਓ। ਕੰਮ ਕੀ ਹੈ? ਕਹਿੰਦੇ ਕਬੀਰ ਨੂੰ ਥਾਂ ਮਾਰਨਾ। ਬੜਾ ਦੁਖੀ ਕੀਤਾ। ਹੁਣ ਅਗਲੇ ਦਿਨ ਰਾਜ ਦਰਬਾਰ ਲੱਗਾ, ਸਭਾ ਇਕੱਠੀ ਹੋਈ, ਇਕੱਠੀ ਹੋਈ ਸਭਾ, ਕੀ ਕਰਨਾ ਚਾਹੀਦਾ? ਸਾਧ ਸੰਗਤ ਕੋਈ ਕੰਮ ਕਰਨਾ ਆਵੇ ਤਾਂ ਸਿੱਖਾਂ ਨੂੰ ਕੀ ਚਾਹੀਦਾ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿੰਨੀ ਹੈ ਸਭਾ, ਮੈਂ ਥੋੜ੍ਹੀ ਜਿਹੀ ਅਰਜ਼ ਕਰਾਂ। ਗੁਰਸਭਾ ਇਹ ਵੀ ਨਾ ਪਾਈਏ, ਨਾ ਨੇੜੇ ਨਾ ਦੂਰ, ਗੁਰੂ ਦੀ ਸਭਾ ਜੇ ਗੁਰਦੁਆਰੇ ਜਾਈਏ ਹੀ ਨਾ ਤਾਂ ਵੀ ਗੱਲ ਨਹੀਂ ਬਣਦੀ, ਅਤੇ ਜੇ ਨੇੜੇ ਰਹਿ ਕੇ ਕੰਮ ਪੁੱਠੇ ਕਰੀਏ ਤਾਂ ਵੀ ਗੱਲ ਨਹੀਂ ਬਣਦੀ। ਗੁਰਸਭਾ, ਗੁਰੂ ਗ੍ਰੰਥ ਸਾਹਿਬ ਜੀ ਸਭਾ ਬੜੀਆਂ ਦੱਸਦੇ ਨੇ, ਗੁਰਸਭਾ ਇਹ ਵੀ ਨਾ ਪਾਈਏ ਨਾ ਨੇੜੇ ਨਾ ਦੂਰ। ਦੂਸਰੀ ਹੈ ਸਾਧ ਸਭਾ, ਸਾਧ ਇਕੱਠੇ ਹੋ ਗਏ। ਕਹਿੰਦੇ ਕੀ ਕਰਨਾ ਚਾਹੀਦਾ? ਕਹਿੰਦੇ ਹੋਰ ਵੀ ਕਿਸੇ ਦੇ ਕੋਈ ਸਵਾਹ ਸੂ ਮਲੀਏ, ਉਹਨੂੰ ਵੀ ਕਹੀਏ ਚਿਮਟਾ ਫੜੋ, ਮਿੰਡ ਰਹਿਣ, ਹੋਰ ਵੀ ਸਾਧ ਬਣਾਈਏ, ਜੇ ਆਪਾਂ ਮਰ ਗਏ ਤਾਂ ਸਾਧਾਂ ਦਾ ਤਾਂ ਕੰਮ ਹੀ ਮੁੱਕ ਜੂ, ਇਹੋ ਜਿਹਾ ਆਪਾਂ ਵੀ ਕਰੀਏ। ਹੁਣ ਤੀਸਰੀ ਹੈ ਸਿੱਧ ਸਭਾ, ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿੱਧ ਇਕੱਠੇ ਹੋ ਗਏ। ਕਹਿੰਦੇ ਆਪਾਂ ਅੱਜ ਇਕੱਠੇ ਹੋਏ ਹਾਂ ਬੜੇ। ਕਹਿੰਦੇ ਦੱਸੋ ਫਿਰ ਕੁਛ ਕਰੀਏ, ਕੀ ਕਰੀਏ? ਕਹਿੰਦੇ ਰਾਜੇ ਅਤੇ ਰਾਜਿਆਂ ਦੇ ਮੁੰਡਿਆਂ ਦੇ ਕੰਨ ਪਾੜ ਕੇ ਅਤੇ ਲੈ ਜਾਈਏ ਪਹਾੜਾਂ ਨੂੰ। ਬਹੁਤ ਅੱਛਾ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਹੁਣ ਸੰਤ ਇਕੱਠੇ ਹੋ ਗਏ। ਕਹਿੰਦੇ ਸੰਤਾਂ ਦੀ ਸਭਾ ਵੀ ਕੀ ਕਰਨਾ ਚਾਹੀਦਾ? ਕਹਿੰਦੇ ਭਾਈ ਕਰਨਾ ਕੀ ਹੈ, ਵੇਖੋ ਕਿਹੜੇ ਇਲਾਕਾ ਜਿੱਥੇ ਲੋਕ ਨਾਮ ਨਹੀਂ ਜਪਦੇ, ਉਹਨਾਂ ਨੂੰ ਆਪਾਂ ਨਾਮ 'ਚ ਪਾਈਏ, ਸੰਤਾਂ ਦਾ ਕੰਮ ਆਈਏ। ਤਦੇ ਇਉਂ ਦੱਸਿਆ ਹੈ, ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾ ਤਾਂ ਮੁਕਤੀ ਦਾ, ਪਿਆਰੇ ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾ ਤਾਂ ਮੁਕਤੀ ਦਾ, ਪਿਆਰੇ ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾ ਤਾਂ ਮੁਕਤੀ ਦਾ, ਜਪਾਉਂਦੇ ਤੇਰਾ ਨਾਮ, ਰਾਮ ਦਾ ਤਾਂ ਮੁਕਤੀ। ਸੰਤ ਰਾਮ ਰਾਮ ਦੇ ਦਾਤਾ, ਸੰਤ ਜਪਾਵੇ ਨਾਮ,
ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰ। ਸੰਤ ਕਹਿੰਦੇ ਬਈ ਨਾਮ ਜਪਾਈਏ। ਪੰਜ ਛੇਵੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਸਿੱਖ ਇਕੱਠੇ ਹੋ ਗਏ ਬੜੇ, ਕਹਿੰਦੇ ਆਪਾਂ ਭਰਾਵਾ ਕੁਦਰਤੀ ਅੱਜ ਇਕੱਠੇ ਹਾਂ ਸਾਰੇ, ਕੁਛ ਕਰਨਾ ਚਾਹੀਦਾ। ਕਹਿੰਦੇ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਕੀ ਕਰਨਾ ਚਾਹੀਦਾ। ਸਿੱਖ ਸਭਾ ਦੇਖਿਆ ਕਾ ਪਾਓ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿੱਖ ਹੋ ਗਏ ਇਕੱਠੇ, ਕਹਿੰਦੇ ਸਾਡੇ ਇਲਾਕੇ 'ਚ ਤਾਂ ਭਰਾਵਾਂ ਨੂੰ ਗੁਰੇ ਬੜੇ, ਅਤੇ ਗੁਰੂ ਦੇਖਿਆ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਇਹਨਾਂ ਦਾ ਵੀ ਭਲਾ ਹੋ ਜੇ। ਸਿੱਖ ਸਭਾ ਦੇਖਿਆ ਕਾ ਪਾਓ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿੱਖ ਹੋਣ ਅਤੇ ਇਕੱਠੇ ਹੋ ਜਾਣ ਅਤੇ ਕਰਦੇ ਕੀ ਨੇ। ਕਹਿੰਦੇ ਕੋਈ ਇਹੋ ਜਿਹਾ ਸਮਾਗਮ ਰੱਖੀਏ ਵੀ ਅੰਮ੍ਰਿਤ ਛੱਕ ਲੈਣ ਇਹਨ ਗੁਰੇ, ਕਿਤੇ ਗੁਰੂ ਵਾਲੇ ਬਣ ਜਾਣ। ਅਗਲੀ ਸਭਾ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਦੁਸ਼ਟ ਇਕੱਠੇ ਹੋ ਗਏ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸੇ ਔਦ ਕਨੇਰੀ। ਕਹਿੰਦੇ ਕੀ ਕਰਨਾ ਚਾਹੀਦਾ, ਆਪਾਂ ਕੁਦਰਤੀ ਅੱਜ ਇਕੱਠੇ ਹੋਏ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੋ ਕਹਿਣ ਲੱਗੇ ਐਂ ਕਰੋ ਕੋਈ ਵੇਖੋ ਨੇੜੇ ਤੇੜੇ ਕੋਈ ਗੁਰਦੁਆਰਾ ਤਾਂ ਨਹੀਂ ਬਣ ਲੱਗਾ। ਕਹਿੰਦੇ ਬਣ ਤਾਂ ਲੱਗਾ ਹੈ। ਕਹਿੰਦੇ ਆਪਾਂ ਡੱਕ ਦਈਏ ਜਾ ਕੇ, ਇਹ ਆਪਾਂ ਕੰਮ ਨਹੀਂ ਆਉਣ ਦੇਣਾ। ਜੇ ਬਣ ਗਿਆ ਧਰਮ ਪ੍ਰਚਾਰ ਹੋ ਗਿਆ ਤਾਂ ਸਾਡੇ ਤਾਂ ਪੁੱਠੇ ਕੰਮ ਬੰਦ ਹੋ ਜਾਣੇ। ਇੱਥੇ ਤਾਂ ਠੇਕਾ ਖੁੱਲ੍ਹਣਾ ਚਾਹੀਦਾ ਸੀ ਕਿ ਗੱਲ ਤਾਂ ਭਰਾਵਾ ਠੀਕ, ਪਰ ਬੰਦੇ ਬੜੇ ਅੱਗੇ ਹੋਰ ਤਰ੍ਹਾਂ ਦੇ ਨੇ, ਕੀ ਕਰੀਏ। ਕਹਿੰਦੇ ਕਰਨਾ ਕੀ ਹੈ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸਹਿ ਔਦ ਕਨੇਰੀ। ਕਹਿੰਦੇ ਥਾਂ ਮਾਰੋ, ਚੰਗਾ ਕੰਮ ਆਪਾਂ ਕਰ ਨਹੀਂ ਦੇਣਾ, ਉਹ ਸਾਨੂੰ ਦੁਸ਼ਟ ਕੌਣ ਆਖੇਗਾ। ਇਹ ਸਾਧ ਸੰਗਤ ਜੀ 16 ਸਭਾ ਨੇ, ਇੱਕ ਹੈ ਦੇਵ ਸਭਾ, ਇਹਨਾਂ ਦੇ ਲਹਿਦਾ ਲਹਿਦਾ ਅਰਥ ਨੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹ ਪੜ੍ਹ ਕੇ ਅਤੇ ਫਿਰ ਬਣੀਆਂ ਸੀ ਸਿੰਘ ਸਭਾ, ਮਤਲਬ ਗੁਰਦੁਆਰਿਆਂ ਦੇ ਪ੍ਰਬੰਧ ਕਾਇਮ ਰੱਖੋ। ਆਪਾਂ ਅੱਗੇ ਚੱਲਣਾ, ਲੰਮੀਆਂ ਗੱਲਾਂ ਨੇ ਸਭਾ ਦੀਆਂ, ਇਹਨਾਂ ਹੁਣ ਸਭਾ ਇਕੱਠੀ ਕਰ ਲਈ। ਸਿਕੰਦਰ ਲੋਧੀ ਕਹਿੰਦਾ ਵੀ ਲਿਆਓ ਕਬੀਰ ਜੀ ਦੀ ਮਾਤਾ, ਇਹਨੂੰ ਪਹਿਲਾਂ ਲਿਆਓ। ਮਾਤਾ ਆ ਗਈ, ਇਹ ਰਾਜਾ ਆਏ, ਆਹੋ ਮਾਤਾ ਜੀ ਰਾਜਾ ਆਇਆ, ਬੈਠਾ ਬਾਬਾ। ਦੱਸੋ ਮਾਤਾ ਜੀ, ਇਹ ਕਬੀਰ ਤੁਹਾਡਾ ਹੀ ਮੁੰਡਾ ਹੈ? ਹਾਂ ਰਾਜਨ, ਆਪਣਾ ਹੀ ਪੁੱਤਰ ਹੈ, ਬੜਾ ਭੈੜਾ। ਅੱਛਾ ਗੱਲ ਕੀ ਹੈ? ਕਹਿੰਦੇ ਕੋਈ ਕੰਮ ਨਹੀਂ ਕਰਦਾ, ਇਹ ਕਿਹਨੇ ਗੁਰੂ ਬਣਾਇਆ, ਉਹ ਰਹਿੰਦਾ ਹੀ ਗੰਗਾ ਦੇ ਕੰਢੇ 'ਤੇ। ਅਤੇ ਮੈਂ ਦੱਸਾਂ ਸਰਕਾਰ, ਉਹਦੇ ਕੋਲ 1000 ਮਣਕੇ ਦੀ ਮਾਲਾ। ਸਾਧ ਸੰਗ ਅੱਜ ਵੀ ਤੁਸੀਂ ਉੱਥੇ ਜਾਓ ਸਵਾਮੀ ਰਾਮਾਨੰਦ ਦੇ ਆਸ਼ਰਮ 'ਤੇ, ਉਸ ਮਾਲਾ ਦੇ ਦਰਸ਼ਨ ਕਰਾਏ ਜਾਂਦੇ 1000 ਮਣਕੇ ਦੀ। ਅਤੇ ਮੇਰੇ ਮਿੰਡੇ ਨੂੰ ਦਿੱਤੀ ਆ ਸਰਕਾਰ 108 ਮਣਕੇ ਦੀ। ਰਾਮ 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 ਰਾਮ। ਮਾਤਾ ਜੀ ਦੋ ਅੱਖਰਾਂ 'ਚ ਗੱਲ ਦੱਸੋ, ਤੁਸੀਂ ਚਾਹੁੰਦੇ ਕੀ ਹੈ? ਮੈਂ ਤਾਂ ਇਹ ਚਾਹੁੰਦੀ ਹਾਂ, 703 ਮੁੰਡੀਆਂ ਨੂੰ ਖੋਏ ਮੁੰਡਿਆ ਕਿ ਉਹਨਾਂ ਮੋਇਆ ਮਰ ਜਾਂਦਾ ਤਾਂ ਚੰਗਾ ਸੀ, ਉਹਨਾਂ ਲਿਖ ਲਿਆ। ਹੁਣ ਕਾਜੀ ਮੁੱਲਾ ਮੁਲਾਣੇ ਬ੍ਰਾਹਮਣ, ਸਰਕਾਰ ਲਿਖ ਲਓ ਗਵਾਈ। ਫਿਰ ਮਾਂ ਤਾਂ ਆਹ ਚਾਹੁੰਦੀ ਹੈ, ਵਾਕਿਆ ਹੀ ਵਿਗੜਿਆ ਬਾਈ ਇਹ ਬੰਦਾ, ਬੜਾ ਵਕਤ ਪਾਇਆ ਇਲਾਕੇ 'ਚ, ਲਿਖੋ ਜੀ। ਵਜ਼ੀਰ ਨੇ ਲਿਖ ਲਿਆ ਕਿ ਇਸ ਨੂੰ ਮਾਂ ਦੀ ਗਵਾਈ। ਹੁਣ ਤੁਸੀਂ ਦੱਸੋ ਬਾਈ, ਟੇਵੇ ਲਾਉਣ ਵਾਲਿਓ ਜਿਹੜੇ ਦਿੱਲੀ ਗਏ ਸੀ ਜੀ, ਅਸੀਂ ਵੀ ਉਹ ਚਾਹੁੰਦੇ ਜੋ ਮਾਂ ਚਾਹੁੰਦੀ, ਲਿਖੋ ਬਾਈ ਇਹ ਮਰਨਾ ਚਾਹੀਦਾ। ਕਿਉਂ ਬਾਈ? ਕਾਜੀ ਮੁੱਲਾ ਮਲਾਣੇ ਜੀ, ਜੋ ਇਹਨਾਂ ਬ੍ਰਾਹਮਣਾਂ ਨੇ ਆਖਿਆ ਸਾਡੇ ਵੀ ਉਹ ਹੀ ਹੈ ਜੀ। ਕਹਿੰਦੇ ਲਿਖੋ ਜੀ, ਇਹ ਵੀ ਚਾਹੁੰਦੇ ਕਬੀਰ ਮਰ ਜਾਏ। ਕਿਉਂ ਰਾਜੇ ਐਵੇਂ ਕਿਸੇ ਨੂੰ ਫਾਏ ਨਹੀਂ ਸੀ ਲਾਉਂਦੇ, ਫਿਰ ਦੇਖੋ ਕਾਜੀ ਮੁੱਲਾ ਮਲਾਣੇ ਸ਼ਰ੍ਹਾ ਦੂਜਾ ਤੀਜਾ ਕੀ। ਕਹਿੰਦੇ ਠੀਕ ਹੈ ਬਾਈ, ਮੇਰਾ ਵਾਅਦਾ ਰਿਹਾ, ਮੈਂ ਜਾਊਂ ਦਿੱਲੀ ਫਿਰ, ਪਹਿਲਾਂ ਇਹਦਾ ਕੰਮ ਨਿਬੇੜ ਕੇ। ਹੁਣ ਤੁਸੀਂ ਐਂ ਕਰੋ, ਚੱਪੇ ਚੱਪੇ 'ਤੇ ਫੌਜ ਲਾ ਦਿਓ, ਨਾ ਕੋਈ ਬਾਹਰੋਂ ਆਵੇ, ਨਾ ਕੋਈ ਬਨਾਰਸ ਤੋਂ ਜਾਵੇ, ਨਾ ਕੋਈ ਘਰੋਂ ਬਾਹਰ ਨਿਕਲੇ। ਅਤੇ ਹੁਣ ਕਬੀਰ ਕਿੱਥੇ ਹੈ? ਕਹਿੰਦੇ ਜੀ ਗੰਗਾ ਦੇ ਕੰਢੇ 'ਤੇ। ਕਹਿੰਦੇ ਚਲੋ 10-20 ਸਿਪਾਹੀ ਲਿਆਓ ਫੜ ਕੇ। ਹੁਣ ਕਬੀਰ ਜੀ ਨੂੰ ਕਹਿੰਦੇ ਚਲੋ ਜੀ, ਸਿਕੰਦਰ ਆਇਆ। ਕਹਿੰਦੇ ਮੇਰਾ ਰਾਜੇ ਨਾਲ ਕੀ ਕੰਮ? ਨਹੀਂ ਕੋਈ ਕੰਮ ਹੈ, ਉਹ ਫਿਰ ਹੀ ਦੱਸਾਂਗੇ, ਚਲੋ। ਅੱਛਾ ਕਹਿੰਦੇ ਚਲੋ, ਕਬੀਰ ਜੀ ਆ ਗਏ। ਉਹ ਰਾਜਾ ਬੈਠਾ ਬੜਾ ਉੱਚੀ ਥਾਂ, ਕਬੀਰ ਜੀ ਖੜ੍ਹੇ। ਕਬੀਰ ਤੇਰਾ ਨਾਂ ਹੈ? ਹਾਂ ਰਾਜਨ, ਮੇਰਾ ਹੀ ਨਾਂ ਹੈ। ਠੀਕ ਠੀਕ, ਬੜਾ ਵਕਤ ਪਾਇਆ ਬਨਾਰਸ 'ਚ। ਕਬੀਰ ਜੀ ਚੁੱਪ। ਅੱਛਾ ਇੱਕ ਗੱਲ ਦੱਸ, 7-7 ਸਲਾਮਾਂ ਮੈਨੂੰ ਕਰਦੇ ਨੇ, 7-7 ਨਮਸਕਾਰ ਨਹੀਂ ਕੀਤੀ, ਸਲਾਮ ਨਹੀਂ ਕੀਤੀ? ਕਹਿੰਦੇ ਜੀ ਕੀਤੀ ਹੈ। ਕਿਹਨੂੰ? ਕਹਿੰਦੇ ਰਾਜੇ ਨੂੰ।
ਕੀੜਾ ਰਾਜਾ ਜਿਹੜਾ ਮੈਨੂੰ ਨਹੀਂ ਦਿਸਦਾ ਅਤੇ ਤੈਨੂੰ ਦਿਸਦਾ? ਹਾਂ, ਮੈਂ ਜਿਹੜੇ ਰਾਜੇ ਨੂੰ ਕੀਤੀ ਹੈ ਉਹਨੇ ਬੜੇ ਬਣਾਏ ਨੇ, ਖਪਾਏ ਨੇ, ਬਣਾਏਗਾ ਖਪਾਏਗਾ। ਕਬੀਰ ਭਗਤ ਜੀ ਸਿਕੰਦਰ ਲੋਧੀ ਦੇ ਸਾਹਮਣੇ ਇਉਂ ਬੋਲੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ। ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ। ਹਾਰ ਸਮਾਨ ਨੇ ਰਾਜਾ, ਇਹ ਭੂਪ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ, ਐਵੇਂ ਮੈਂ ਕਰਦੇ ਫਿਰਦੇ ਨੇ। ਝੱਟ ਬੋਲੇ ਕਾਜੀ ਮੁੱਲਾ ਮਲਾਣੇ, ਸਰਕਾਰ ਵੇਖ ਲਿਆ ਇਹਨੂੰ ਤਾਂ ਤੁਹਾਡਾ ਵੀ ਡਰ ਨਹੀਂ। ਅੱਛਾ, ਕਹਿੰਦੇ ਤੁਸੀਂ ਚੁੱਪ ਕਰੋ, ਮੈਂ ਕਰਦਾ ਗੱਲ। ਕਹਿੰਦੇ ਕਬੀਰ, ਗੱਲ ਇਸ ਤਰ੍ਹਾਂ, ਮੈਨੂੰ ਇਹ ਦੱਸ ਵੀ ਆਖਰੀ ਤੇਰਾ ਕੋਈ ਨਿਸ਼ਾਨਾ, ਕੋਈ ਸਿੱਟਾ ਜ਼ਿੰਦਗੀ ਦਾ ਕੀ ਹਿਸਾਬ ਕਿਤਾਬ? ਕਹਿੰਦੇ ਹਾਂ, ਮੈਂ ਦੱਸ ਦਿਨ। ਦੱਸੋ ਫਿਰ। ਕਬੀਰ ਜੀ ਕਹਿਣ ਲੱਗੇ, ਗੱਲ ਇਸ ਤਰ੍ਹਾਂ ਰਾਜਨ, ਧਿਆਨ ਨਾਲ ਸੁਣ ਕਿ ਦੱਸੋ, ਮੈਂ ਸੁਣਦਾ ਵੀ ਕੀ ਅਸਲ ਗੱਲ ਕੀ ਹੈ। ਕਹਿੰਦੇ ਉਹ ਇਹ ਹੈ ਜੀ, ਪਹਿਲਾਂ ਗੱਲ ਇਹ ਦੱਸ ਵੀ ਕਾਜੀ ਮੁੱਲਾ ਮਲਾਣੇ ਤੇਰੇ ਵੈਰ ਕਿਉਂ ਪਏ ਨੇ? ਕਹਿੰਦੇ ਇਹਨਾਂ ਨੂੰ ਪੁੱਛੋ ਕਿਉਂ ਪਏ ਨੇ, ਮੈਂ ਤਾਂ ਕਦੀ ਕਿਸੇ ਨੂੰ ਫਿੱਟੇ ਮੂੰਹ ਨਹੀਂ ਆਖਿਆ, ਕੋਈ ਗੱਲ ਹੀ ਨਹੀਂ ਇਹਨਾਂ ਨੇ ਕੀਤੀ। ਇਹਨਾਂ ਨੂੰ ਪੁੱਛੋ, ਇਹ ਬਾਹਮਣ ਸਾਰੇ ਬਨਾਰਸ ਦੇ ਤੇਰੇ ਦੁਸ਼ਮਣ ਕਿਉਂ ਬਣੇ ਨੇ? ਕਹਿੰਦੇ ਇਹਨਾਂ ਨੂੰ ਪੁੱਛੋ ਕਿਉਂ ਬਣੇ ਨੇ, ਮੈਂ ਤਾਂ ਕਦੀ ਕਿਸੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਨਹੀਂ ਫਿਰ ਵੀ ਕੀ ਗਲਤੀ ਕਰਦੇ ਨੇ, ਕੀ ਕਰਦੇ ਨੇ? ਕਹਿੰਦੇ ਤੁਸੀਂ ਸੁਣਨਾ? ਹਾਂ, ਦੱਸੋ ਭਗਤ ਜੀ। ਕਹਿੰਦੇ ਰਾਜਨ, ਗੱਲ ਇਹ ਹੈ, ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੀ ਗੱਤ ਦੂਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹੇਰਾ, ਚੌਂ ਦਿਸ ਪਸਰੂ ਹੈ ਜਮ ਜੇਵਰਾ, ਕਬਿੱਤ ਪੜੇ ਪੜ ਕਵਤਾ ਮੂਹੇ, ਕੱਪੜ ਕੇ ਦਾਰਾ ਜਾਈ, ਜਟਾ ਧਾਰ ਧਾਰ ਜੋਗੀ ਮੂਹੇ, ਤੇਰੀ ਗੱਤ ਇਨਹੂ ਨਾ ਪਾਈ, ਦਰਬ ਸੰਚ ਸੰਚ ਰਾਜੇ ਮੂਵੇ, ਗੱਢ ਲਏ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਵੇ, ਰੂਪ ਦੇਖ ਦੇਖ ਨਾਰੀ, ਰਾਮ ਨਾਮ ਬਿਨ ਸਗਲ ਬਗੁੱਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਆ ਸ਼ਬਦ ਪੜ੍ਹਨ ਦੀ ਡੇਰ ਸੀ, ਸਾਰੇ ਹੀ ਪੜ੍ਹ ਉੱਠੇ। ਵੇਖ ਲਿਆ ਸਰਕਾਰ, ਰਾਜੇ ਮਰ ਗਏ, ਹਿੰਦੂ ਮਰ ਗਏ, ਮੁਸਲਮਾਨ ਮਰ ਗਏ, ਇਕੱਲਾ ਹੀ ਰਹਿ ਗਿਆ ਜੀਂਦਾ, ਕਵਿਤਾ ਪੜ੍ਹਨ ਵਾਲੇ ਮਰ ਗਏ, ਅਤੇ ਇਹਨੂੰ ਕਿਉਂ ਨਾ ਮਾਰ ਦਿੱਤਾ ਜਾਏ? ਰਾਜੇ ਨੂੰ ਚੜ੍ਹਿਆ ਗੁੱਸਾ, ਬਾਦਸ਼ਾਹ ਚੜ੍ਹਿਓ ਹੰਕਾਰ ਵਾਲੀ ਗੱਲ। ਜਿਵੇਂ ਨਾਮਦੇਵ ਜੀ ਨਾ ਦਿੱਲੀ ਗਏ ਗੰਗਾ ਦੇ ਕੰਢੇ 'ਤੇ, ਉੱਥੇ ਬ੍ਰਾਹਮਣ ਜਿਉਂਦਾ ਕਰ ਬੈਠੇ, ਹੁਕਮ ਤਾਂ ਮਹਾਰਾਜ ਦਾ ਸੀ, ਅਤੇ ਬੜੇ ਈਰਖਾ ਕੀਤੀ ਕਾਜੀ ਮੁੱਲਾ ਮਲਾਣੇ। ਕਹਿੰਦੇ ਸਲੇਮ ਬਾਦਸ਼ਾਹ, ਸਰਕਾਰ ਹਿੰਦੂਆਂ ਦਾ ਮੁੰਡਾ, ਛੋਟੀ ਉਮਰ ਦਾ, ਬੜੀ ਸ਼ਕਤੀ ਰੱਖਦਾ, ਮੁਰਦੇ ਜਿੰਦੇ ਕਰਦਾ, ਫਿਰ ਕਹਿੰਦੇ ਉਹਨੂੰ ਮੁਸਲਮਾਨ ਬਣਾਓ, ਅਤੇ ਜੇ ਨਾ ਮਾਣੇ ਬਣਿਆ ਥਾਂ ਮਾਰੋ ਇਹੋ ਜਿਹੇ ਬੰਦੇ ਨੂੰ।
ਇਹ ਗੁਰੂ ਨਾਨਕ ਜੀ ਨਾਲੋਂ 200 ਸਾਲ ਪਹਿਲਾਂ ਦੀ ਗੱਲ ਹੈ। ਸਾਰੇ ਸਵਾਲ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਹੋਏ ਨੇ। ਨਾਮਦੇਵ ਨੂੰ ਫੜ ਲਿਆ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ, ਸਲੇਮ ਬਾਦਸ਼ਾਹ ਦੇ ਸਾਹਮਣੇ ਲਿਆ, ਬਿਠਾਇਆ, ਬੱਧਾ ਹੋਇਆ। ਨਾਮਦੇਵ, ਤੇਰਾ ਨਾਂ ਹੈ? ਹਾਂਜੀ। ਮੁੰਡਾ ਜੀ ਦਾ ਕੀਤਾ ਸੀ ਬ੍ਰਾਹਮਣਾਂ ਦਾ? ਹਾਂ, ਮਹਾਰਾਜ ਨੇ ਕੀਤਾ ਸੀ। ਕਹਿੰਦੇ ਸਾਡੀ ਮਰਗੀ ਕਪਲ ਗਾਈ, ਸਜਾਦੇ ਨੂੰ ਇਹਦਾ ਦੁੱਧ ਮਾਫਕ ਇਹ ਜਿੰਦੀ ਕਰ ਦੇ। ਉਹ ਤਾਂ ਮਹਾਰਾਜ ਦਾ ਹੁਕਮ ਹੋ ਗਿਆ ਸੀ, ਅਤੇ ਇੱਥੇ ਮਹਾਰਾਜ ਕੋਲੋਂ ਕਰਾਂ ਤਾਂ ਮੈਂ ਥੋੜ੍ਹੀ ਕਹਿੰਦਾ ਤੂੰ ਕਰ ਦੇ। ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ। ਸਵਾਲ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ। ਸੁਲਤਾਨ ਪੁੱਛੇ ਸੁਣ ਬੇਨਾਮਾ, ਬੇ ਮਤਲਬ ਉਰਦੂ, ਓਏ ਉੱਠਾ 'ਚ ਬੋਲਦਾ, ਜਿਵੇਂ ਕਿਸੇ ਨੂੰ ਕਹੀਏ ਨਾ ਓਏ, ਅਤੇ ਉਰਦੂ 'ਚ ਕਹਿੰਦੇ ਨੇ ਬੇ ਓਏ। ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮ, ਨਾਮਾ ਸੁਲਤਾਨੇ ਬਾਦਲਾ, ਦੇਖੋ ਹਾਂ ਤੇਰਾ ਪੀਠਲਾ, ਬਿਸਮਿਲ ਗਊ ਦਿਓ ਜਵਾਏ, ਨਾ ਤੇ ਗਰਦਨ ਮਾਰੂ ਠਾਏ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਬਾਦਸ਼ਾਹ ਚੜ੍ਹੇ ਉਹ ਹੰਕਾਰ, ਗਜ ਹਸਤੀ ਦੀਨੋ ਚਮਕਾਰ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕਿ ਨਾ ਭਜੇ ਖਦਾਏ। ਮਾਂ ਕਹਿੰਦੀ ਹੈ ਮਾਰ ਦੇਣਾ ਹੀ ਇਹਨੇ, ਅਤੇ ਫਿਰ ਕੀ ਕਰਨਾ ਚਾਹੀਦਾ? ਬੇਟਾ ਅੱਲਾ ਅੱਲਾ ਕਰੀ ਜਾ, ਸਭ ਰੱਬ ਦੇ ਨਾਮ ਹੀ ਨੇ। ਮਾਤਾ ਜੀ ਤੁਹਾਨੂੰ ਨਹੀਂ ਪਤਾ, ਧਰਮ ਛਡਾਉਣਾ ਚਾਹੁੰਦਾ ਧਰਮ, ਇਹ ਕਦੇ ਨਹੀਂ ਹੋ ਸਕਦਾ। ਮੈਂ ਮਾਤਾ ਜੀ ਅੱਲਾ ਦੇ ਉਲਟ ਨਹੀਂ, ਮੇਰੀ ਗੱਲ ਸਮਝੋ। ਕਰੀਮਾ ਰਹੀਮਾ ਅੱਲਾ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ ਤੂੰ ਮਨੀ, ਦਰਿਆ ਤੂੰ ਦਿਹਾਂਤ ਤੂੰ ਬਿਸਿਆਰ ਤੂੰ ਤਨੀ, ਦੇਲੇ ਏਕ ਤੂੰ ਦਿਗਰ ਕੋ ਨਹੀਂ, ਨਾਮੇ ਚ ਸਵਾਮੀ ਬਖਸ਼ਿੰਦ ਤੂੰ ਹਰੀ। ਮੈਂ ਅੱਲਾ ਦੇ ਉਲਟ ਨਹੀਂ, ਪਰ ਡੰਡੇ ਦੇ ਜ਼ੋਰ ਨਾਲ। ਗੁਰੂ ਨਾਨਕ ਜੀ ਨੇ ਕਿਹਾ ਸੀ ਕੁਰਸ਼ੇਤਰ ਨਾਨੂ, ਤਲਵਾਰਾਂ ਨਾਲ ਧਰਮ ਨਹੀਂ ਚੱਲਦੇ, ਇਹ ਯਾਦ ਰੱਖੋ। ਰੰਗਜੇਬ ਨੇ ਤਲਵਾਰ ਚੁੱਕੀ ਸੀ, ਚਲਾ ਲਿਆ ਧਰਮ, ਗੁਰੂ ਤੇਗ ਬਹਾਦਰ ਜੀ ਨੇ ਸਾਰੇ ਹਥਿਆਰ ਕੁੰਡੇ ਕਰ ਦਿੱਤੇ। ਕਹਿੰਦੇ ਤਲਵਾਰਾਂ ਨਾਲ ਧਰਮ ਨਹੀਂ ਚੱਲਦੇ, ਇਹ ਧੱਕੇ ਦਾ ਵਿਸ਼ਾ ਨਹੀਂ ਹੈ। ਸਗਲ ਧਰਮੇ ਸ੍ਰਿਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਮਾਤਾ ਜੀ ਧੱਕੇ ਨਾਲ ਇਹ ਆਪਣੇ ਇਸਲਾਮ ਵਿੱਚ ਲਿਆਏ, ਤਲਵਾਰਾਂ ਨਾਲ ਧਰਮ ਨਹੀਂ ਚੱਲਦੇ। ਕਹਿੰਦੀ ਬੇਟਾ ਤੈਨੂੰ ਮਾਰ ਦਊ। ਕਹਿੰਦੇ ਫਿਰ ਤੂੰ ਮੇਰੀ ਮਾਂ ਹੀ ਨਹੀਂ ਜੇ ਕਿ ਤੂੰ ਮੈਨੂੰ ਕਹਿੰਦੀ ਮੁਸਲਮਾਨ ਹੋ ਜਾ। ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਭਰੇ ਤੋਂ ਹਰ ਗੁਣ ਗਾਏ, ਕਰੈ ਗੁਜਿੰਡ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਭਾਤੀ ਆਇਆ, ਮੱਥਾ ਟੇਕ ਕੇ ਚਲਾ ਗਿਆ, ਨਾਮਦੇਵ ਜੀ ਨੂੰ ਕੁਝ ਵੀ ਨਹੀਂ ਵਿਗਾੜ ਸਕਿਆ। ਹੁਣ ਸਵੇਰੇ ਸਾਰੇ ਦਿੱਲੀ ਦੇ ਸਿਆਣੇ ਸਿਆਣੇ ਇਕੱਠੇ ਹੋਏ, ਕਹਿੰਦੇ ਚਲੋ ਇਹ ਰਾਜਾ ਮੂੰਹ 'ਚ ਪਾ ਲੂਗਾ, ਖੱਚ ਲਿਆ, ਗੱਲ ਕਰਨੀ ਆਪਾਂ, ਬੰਦਾ ਹੀ ਹੈ। ਕਹਿੰਦੇ ਚਲੋ ਬਾਈ, ਚੱਲ ਪਏ। ਕਹਿੰਦੇ ਦੇਖੋ ਜੀ, ਨਾਮਦੇਵ ਨੂੰ ਤਗਾਣੇ ਦੁੱਖ ਦੇ ਰਹੇ ਹੋ, ਜੇਲ੍ਹ 'ਚ ਪਾ ਕੇ ਛੱਡੋ ਇਹਨੂੰ। ਕਹਿੰਦੇ ਪਤਾ ਨਹੀਂ, ਕੱਲ੍ਹ ਮੈਂ ਕਿਹਾ ਸੀ ਜਦੋਂ 7 ਕੜੀਆਂ ਦਿਨ ਚੜ੍ਹ ਜਾਏਗਾ ਤਾਂ ਸਿਰ ਹੀ ਵੱਟ ਦੇਣਾ ਨਾਮਦੇਵ ਦਾ, ਇਹਨੂੰ ਰਹਿਣ ਹੀ ਨਹੀਂ ਦੇਣਾ, ਆਖੇ ਨਹੀਂ ਲੱਗਦਾ, ਕਿਉਂ ਮਰਨਾ? ਕਹਿੰਦੇ ਗਾਈ ਨਹੀਂ ਜਿੰਦੀ ਕਰਦਾ, ਚਲੋ ਜੇ ਨਾ ਕਰਦੇ ਰਹਿਣ ਦਿਓ। ਕਹਿੰਦੇ ਮੁਸਲਮਾਨ ਬਣ ਜਾਏ। ਕਹਿੰਦੇ ਸਰਕਾਰ, ਤਲਵਾਰਾਂ ਨਾਲ ਧਰਮ ਨਹੀਂ ਚੱਲਦੇ, ਧੱਕੇ ਨਾਲ ਧਰਮ ਨਹੀਂ ਚੱਲਦੇ, ਇਹ ਪਿਆਰ ਦਾ ਵਿਸ਼ਾ ਹੈ। ਕਹਿੰਦਾ ਮੈਂ ਤਾਂ ਫਿਰ ਇਹਨੂੰ ਅੱਜ ਲੈ ਆਉਣਾ ਇਸ ਗੱਲ 'ਚ। ਕਹਿੰਦੇ ਉਹ ਤੁਹਾਡੀ ਮਰਜ਼ੀ। ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਕਹਿਣ ਲੱਗੇ, ਉਹ ਕਹਿੰਦਾ ਦੇਖੋ ਕਾਜੀ ਮੁੱਲਾ ਕਰੇ ਸਲਾਮ, ਇਨ ਹਿੰਦੂ ਮੇਰਾ ਮਲੀਆ ਮਾਨ। ਉਹ ਕਾਜੀ ਮੁੱਲਾ ਸੱਤ ਸਲਾਮਾਂ ਕਰਨ, ਇੱਕ ਹੀ ਹਿੰਦੂਆਂ ਦਾ ਮੁੰਡਾ ਨਾ ਮੇਰੇ ਆਖੇ ਲੱਗੇ, ਚੱਕਰਵਰਤੀ ਰਾਜਾ ਹੈ ਹਿੰਦੁਸਤਾਨ ਦਾ। ਕਹਿੰਦੇ ਸਰਦਾਰ, ਸਰਕਾਰ ਗੱਲ ਸੁਣੋ, ਬਾਦਸ਼ਾਹ ਬੇਨਤੀ ਸੁਨੇਹੋ, ਨਾਮੇ ਸਰਵਰ ਸੋਨਾ ਲਿਓ, ਸੋਨਾ ਲੈ ਲਓ, ਤੋੜ ਕੇ ਛੱਡੋ ਇਹਨੂੰ। ਕਹਿੰਦੇ ਤੁਸੀਂ ਤਾਂ ਮੈਨੂੰ ਠਾਗੀ ਸਮਝਦੇ ਹੋ, ਮਾਲ ਲਿਓ ਤਾਂ ਦੋਜਕ ਪਰੋਂ, ਦੀਨ ਛੋੜ ਦੁਨੀਆ ਕਿਉਂ ਪਰੋਂ, ਸੋਨਾ ਲੈ ਕੇ ਮੈਂ ਨਰਕ 'ਚ ਜਾਣਾ, ਇੱਕ ਨਾ ਹੀ ਚੁੱਪ ਰਿਹਾ। ਕਹਿੰਦੇ ਭਗਤ ਨੂੰ ਮਾਰ ਕੇ ਸਵਰਗ 'ਚ ਚੱਲਿਆ। ਕਹਿੰਦਾ ਨਹੀਂ, ਇਹ ਉਹ ਤੇਰੇ ਨਾਲ ਵੀ ਨਿਬੜਦੇ, ਪਹਿਲਾਂ ਇਹਨੂੰ ਨਿਬੜ ਲਈਏ। ਹੁਣ ਚਲੇ ਗਏ ਨਾਮਦੇਵ ਕੋਲ, ਕਹਿੰਦੇ ਉਹ ਨਹੀਂ ਮੰਨਦਾ, ਬੜਾ ਹੰਕਾਰੀ ਹੈ ਸਲੇਮ ਬਾਦਸ਼ਾਹ। ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਰਾਜੇ ਕੋਲ ਜਾਓ, ਜੋ ਹੁੰਦਾ ਹੁਣ ਦੋ। ਪਾਵੋ ਪੀੜੀ ਹਾਥੋਂ ਤਾਲ, ਨਾਮੈ ਗਾਵੈ ਗੁਣ ਗਪਾਲ, 7 ਕੜੀ ਜਾਂ ਬੀਤੀ ਸੁਣੀ, 7.5 ਕੜੀਆਂ 'ਤੇ ਸਿਰ ਲਾਉਣਾ ਸੀ, ਅੱਧੀ ਕੜੀ ਬਾਕੀ ਰਹਿ ਗਈ। ਤਰਾਸ ਤਰਾਸ ਕਰਦੀ ਹੈ ਦਿੱਲੀ, 7 ਕੜੀ ਜਾਂ ਬੀਤੀ ਸੁਣੀ, ਅਜੇ ਨਾ ਆਇਓ ਤਰੇ ਪਵਣ ਤਣੀ। ਕਹਿੰਦੇ ਰੱਬ ਆਇਆ ਨਹੀਂ, ਗਾਈ ਜਿੰਦੀ ਹੋਈ ਨਹੀਂ,
ਤੇ ਰਾਜੇ ਨੇ ਕਹਿੰਦੇ ਕਿਰਪਾਨ ਲੈ ਕੇ ਆਉਣ ਲੱਗਿਆ, ਮਿੰਟ ਤੇ ਰਹਿ ਗਏ 12:30, ਮਾਰ ਦੇਣਾ ਉਹਨੇ। ਕਹਿੰਦਾ ਤਿਆਰੀ ਕਰੋ, ਖੁੱਲ੍ਹੀ ਗਰਾਊਂਡ ਵਿੱਚ ਨਾਮਦੇਵ ਨੂੰ ਲਿਆਓ, ਮੈਂ ਆਪਣੀ ਹੱਥੀਂ ਇਹਦਾ ਸਿਰ ਲਾਉਣਾ। ਦੇਖੋ ਕਿੰਨਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਥੋੜ੍ਹਾ ਜਿਹਾ ਟਾਈਮ ਰਹਿ ਗਿਆ, 7 ਘੜੀ ਜਾਂ ਬੀਤੀ ਸੁਣੀ, ਅਜੇ ਨਾ ਆਇਓ ਤਰੇ ਪਵਨ ਤਣੀ, ਪਖੰਤਣ ਬਾਜ ਬਜਾਏ ਲਾ, ਗਰੜ ਚੜ ਗੋਬਿੰਦ ਆਏ ਲਾ। ਮਹਾਰਾਜ ਆ ਗਏ ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜ ਆਏ ਗੋਪਾਲ, ਕਹੇ ਤਾਂ ਤਰਨ ਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਤਰੂੰ। ਨਾਮਦੇਵ ਮੇਰੇ ਭਗਤ ਨੂੰ ਦੁੱਖ ਦੇਣ ਟਕੇ ਦੇ ਰਾਜੇ, ਇੱਕ ਵਾਰੀ ਕਹਿ ਦੇਣਾ ਅਤੇ ਮੈਂ ਧਰਤੀ ਟੇਢੀ ਕਰਦਾ, ਰਿੜ ਕੇ ਮਰ ਜਾਣ ਸਾਰੇ। ਨਹੀਂ ਮਹਾਰਾਜ, ਪੁੱਠੀ ਕਰ ਦਿਓ। ਨਾਮਦੇਵ ਨੂੰ ਰੱਬ ਇਹੋ ਪੁੱਛਦਾ ਹੈ, ਧਰਤੀ ਪਲਟਾ ਦਿਆਂ ਕਹਿ ਦੇ ਜੇ ਨਾਮਿਆ ਮੈਨੂੰ, ਧਰਤੀ ਪਲਟਾ ਦਿਆਂ ਕਹਿ ਦੇ ਜੇ ਨਾਮਿਆ ਮੈਨੂੰ, ਧਰਤੀ ਪਲਟਾ ਦਿਆਂ ਕਹਿ ਦੇ ਜੇ ਧਰਤੀ ਪਲਟਾ ਦਿਆਂ ਕਹਿ ਦੇ ਜੇ ਨਾਮਿਆ ਮੈਨੂੰ, ਧਰਤੀ ਪਲਟਾ ਦਿਆਂ ਕਹਿ ਦੇ ਜੇ ਨਾਮਿਆ ਮੈਨੂੰ, ਧਰਤੀ ਪਲਟਾ ਲੇਕਰ ਉੱਪਰ ਤਰੂੰ, ਪੁੱਠੀ ਕਰਦਿਆਂ ਮਰ ਜਾਣ ਸਾਰੇ। ਮਹਾਰਾਜ ਨਾ, ਰਾਜੇ ਦੀ ਮੱਤ ਮਾਰੀ, ਕਾਜੀ ਮੁੱਲਾ ਮੁਲਾਣੇ ਨਾ, ਸੱਚੇ ਪਾਤਸ਼ਾਹ ਖੇਡ ਬਣਾਈ ਹੈ ਤੁਸੀਂ, ਬਣੀ ਰਹਿਣ ਦਿਓ, ਇਸ ਤਰ੍ਹਾਂ ਨਾ ਕਰੋ। ਕਹਿੰਦੇ ਅੱਛਾ, ਦੁੱਖ ਬੜਾ ਦਿੱਤਾ ਮੇਰੇ ਭਗਤ ਨੂੰ, ਦੇਖਿਆ ਨਹੀਂ ਜਾ ਰਿਹਾ, ਐਸਾ ਤਦ ਹੀ ਪੜਦੇ ਹਨ। ਜਿਵੇਂ ਮਾਵਾਂ ਨੂੰ ਨਿਪਤਰ ਪਿਆਰੇ ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਨਿਪਤਰ ਪਿਆਰੇ ਭਗਤ ਪਿਆਰੇ ਰੱਬ ਨੂੰ, ਐਸਾ ਹੁੰਦਾ ਹੈ ਕੋਈ ਸਿਮਰਨ ਕਰਨਾ ਸ਼ੁਰੂ ਕਰਦਾ, ਉਹਦੇ ਕੋਲ ਛੋਟੀਆਂ ਛੋਟੀਆਂ ਸ਼ਕਤੀਆਂ ਆ ਜਾਂਦੀਆਂ। ਜਦੋਂ ਸੰਗਤ ਵਿੱਚ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਫਿਰ ਦੇਖਦਾ ਗੁਰੂ ਨਾਨਕ ਜੀ ਦੀ ਗੋਦ ਵਿੱਚ ਇਹੋ ਜਿਹੇ ਭਗਤ ਬੈਠੇ ਨੇ, ਧਰਤੀ ਪਲਟਣ ਦੀ ਤਾਕਤ ਰੱਖਦੇ ਨੇ, ਫਿਰ ਕੁਛ ਨਹੀਂ ਕਹਿ ਰਹੇ, ਤੇਰੇ ਕੋਲ ਤਾਂ ਜੇ ਕੁਝ ਵੀ ਨਹੀਂ, ਨਿੱਕੀਆਂ ਨਿੱਕੀਆਂ ਸ਼ਕਤੀਆਂ। ਧਰਤੀ ਕਹਿ ਤਾਂ ਤਰਨ ਕੋਟੀ ਕਰੂੰ, ਕਹਿ ਤਾਂ ਲੇਕਰ ਉੱਪਰ ਤਰੂੰ। ਨਾ ਮਹਾਰਾਜ ਨਾ, ਇਹ ਸ੍ਰਿਸ਼ਟੀ ਖਤਮ ਹੋ ਜਾਏ, ਇਸ ਤਰ੍ਹਾਂ ਨਹੀਂ ਹੈ। ਅੱਛਾ, ਕਹੇ ਤਾਂ ਮੋਈ ਗਾਉਂ ਦਿਉਂ ਜਵਾਏ, ਸਭ ਕੁਝ ਦੇਖਿਆ ਪਤਿਆ। ਮਹਾਰਾਜ ਗਾਈ ਜਿੰਦੀ ਕਰੋ, ਆਪਾਂ ਚੱਲੀਏ, ਦਿੱਲੀ ਰਹਿਣਾ ਹੀ ਨਹੀਂ, ਈਰਖਾ ਹੈ, ਕੀ ਲੈਣਾ ਹੈ, ਤੂੰ ਚੱਲੀਏ। ਕਹਿੰਦੇ ਚੱਲ ਫਿਰ, ਕੰਨ ਹਿਲਾ ਦੇ। ਨਾਮੇ ਪ੍ਰਣਵੇਂ ਸੇਲ ਮਸੀਲ ਦਾ ਅਰਥ ਹੈ ਗੁਪਤ ਗੱਲ ਹੋ ਰਹੀ ਹੈ, ਰੱਬ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ, ਪਰ ਨਾਮਦੇਵ ਨਾਲ ਗੱਲਬਾਤ ਹੋ ਰਹੀ, ਰੱਬ ਸਾਰਾ ਹੀ ਹੈ। ਨਾਮਦੇਵ ਜੀ ਦੀ ਬੰਦਗੀ ਜਿਹਦੀ ਹੋਵੇਗੀ ਉਹਦੇ ਨਾਲ ਨਾਮਦੇਵ ਵਾਂਗੂ ਹੀ ਗੱਲਾਂ ਕਰੇਗਾ, ਰੱਬ ਦੂਰ ਨਹੀਂ ਹੈ। ਕਹਿੰਦੇ ਜਾ ਹਿਲਾ ਦੇ ਕੰਨ। ਨਾਮੇ ਪ੍ਰਣਵੇਂ ਸੇਲ ਮਸੇਲ, ਗਾਉ ਧੋਈ ਬਸ਼ਰਾ ਮੇਲ, ਦੂਧ ਦੋਏ ਜਾਂ ਮਟਕੀ ਬੈਰੀ ਲੇ, ਬਾਦਸ਼ਾਹ ਕੇ ਆਗੇ ਤਰੀ, ਬਾਦਸ਼ਾਹ ਮਹਿਲ ਮੇਂ ਜਾਏ,
ਆਵਕਟ ਕੀ ਘੱਟ ਲੱਗ ਗਈ ਆਏ ਲੱਗਾ ਤੜਫੜ ਰਾਜਾ ਮਰ ਗਿਆ ਹੋਏ ਢਿੱਡ ਪੀੜ ਪੈ ਗਈ ਕਾਜੀ ਮੁੱਲਾ ਬੁਲਾਣੇ ਬੜੇ ਮੰਤਰ ਪੜ੍ਹਦੇ ਨੇ ਜੜੀਆਂ ਬੂਟੀਆਂ ਕੋਈ ਵੀ ਅਸਰ ਨਹੀਂ ਕਰਦੀ ਨਾ ਜਾਨ ਨਿਕਲਦੀ ਹੈ ਅਤੇ ਨਾ ਰਾਜੇ ਨੂੰ ਆਰਾਮ ਹੀ ਆ ਰਿਹਾ ਹੈ ਸੰਤਾਂ ਨਾਲ ਵੈਰ ਕਮਾਉਂਦੇ ਪੀੜ ਪਈ ਹੁਣ ਕੋਈ ਪੈਸਾ ਕੰਮ ਨਹੀਂ ਦੇ ਰਿਹਾ ਕੋਈ ਫੌਜ ਕੰਮ ਨਹੀਂ ਦੇ ਰਹੀ ਕਹਿਣ ਲੱਗਾ ਕਾਜੀ ਮੁੱਲਾ ਮਲਾੜੇ ਨੂੰ ਜਾਓ ਨਾਮਦੇਵ ਕੋਲ ਕਿੱਥੇ ਹੈ ਕਹਿੰਦੇ ਨਦੀ ਦੇ ਕੰਢੇ ਚਲਾ ਗਿਆ ਜਾਓ ਹੱਥ ਜੋੜ ਜੋੜ ਕੇ ਬੇਨਤੀ ਕਰੋ ਜਿਵੇਂ ਵੀ ਹੋ ਸਕਦਾ ਇੱਕ ਵਾਰੀ ਲੈ ਕੇ ਆਓ ਕਾਜੀ ਮੁੱਲਾ ਬੇਨਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਜਾਓ ਚਲੇ ਗਏ ਬੇਨਤੀ ਕਰਦੇ ਨੇ ਨਾਮਦੇਵ ਜੀ ਆ ਗਏ ਮਾੜਾ ਜਿਹਾ ਹੱਥ ਰੱਖਿਆ ਮੱਥੇ 'ਤੇ ਸ਼ਾਹ ਦਰਦਾ ਬੰਦ ਨਾਮਾ ਕਹਿ ਸੁਣੋ ਬਾਦਸ਼ਾਹ ਇਨ ਕਿਸ ਪਤੀਆ ਮੁਝੇ ਦਿਖਾਏ ਇਸ ਪਤੀ ਕਿਹਾ ਇਹ ਪ੍ਰਵਾਨ ਸਾਤਸ਼ੀਲ ਚਾਲੋ ਸੁਲਤਾਨ ਮਿਲ ਹਿੰਦੂ ਸਭ ਨਾਮੇ ਪੀ ਜਾਏ ਜੋ ਅਬਕੀ ਬਾਰ ਨਾ ਜੀਵੇ ਗਾਏ ਤੋ ਨਾਮੇ ਕਾ ਪਤੀਆ ਜਾਏ ਨਾਮੇ ਕੀ ਕਿਰਤ ਰਹੀ ਸੰਸਾਰ ਭਗਤ ਜਿਨ੍ਹਾਂ ਕੋ ਲੇਤ ਉਧਾਰ ਪਾਰ ਸਗਲ ਕਲੇਸ਼ ਨੰਦਕ ਪਇਆ ਖੇਦ ਨਾਮੇ ਨਰੈਣ ਨਾ ਹੀ ਭੇਦ ਤਦੋ ਹੀ ਇਉਂ ਦੱਸਿਆ ਹੈ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਰਾਮ ਰਾਜੇ ਹਰ ਨਾਕਸ ਗੁਸ਼ਟ ਹਰ ਭਗਤ ਕਬੀਰ ਜੀ ਬਾਰੇ ਬੇਨਤੀ ਹੋ ਰਹੀ ਸੀ ਕਹਿਣ ਲੱਗੇ ਫੜੋ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਗੰਗਾ 'ਚ ਰੋੜ ਕੇ ਆਓ ਲੈ ਗਏ ਬੇੜੀ 'ਤੇ ਜਦੋਂ ਗੰਗਾ ਦੇ ਮੱਧ 'ਚ ਚਲੇ ਗਏ ਸੰਗਲਾਂ ਨੇ ਬੱਧਾ ਕਬੀਰ ਜੀ ਨੂੰ ਉਲਟ ਦਿੱਤਾ ਮਰਜ਼ੀ ਰੁੜ ਕੇ ਆਪੇ ਬੇੜੀ ਵਾਲੇ ਬਾਅਦ 'ਚ ਆਏ ਨਾ ਕੋਈ ਸੰਗਲ ਨਾ ਕੋਈ ਬੰਧਨ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਮਰਿਆ ਨਹੀਂ ਉਹ ਤਾਂ ਫਿਰ ਬਹਿ ਗਿਆ ਚੌਂਕੜਾ ਮਾਰ ਕੇ ਉੱਥੇ ਉਹ ਸਰਕਾਰ ਕੋਈ ਮੰਤਰ ਸਿੱਧ ਕੀਤਾ ਪਾਣੀ 'ਚ ਨਾ ਡੁੱਬਣ ਵਾਲਾ ਕਹਿੰਦੇ ਫਿਰ ਲਿਆਓ ਫੜ ਕੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਬੇੜੀਆਂ ਕਹਿੰਦੇ ਦੇਖੋ ਜਾਣਾ ਇਹਨੂੰ ਮਾਰ ਕੇ ਹੀ ਹੈ ਹੁਣ ਕੀ ਹੋਣਾ ਚਾਹੀਦਾ ਕਹਿੰਦੇ ਇਹਨੂੰ ਜ਼ਹਿਰ ਦੇ ਦਿਉ ਹੋਰ ਕੀ ਹੋਣਾ ਚਾਹੀਦਾ ਸਾਪਾ ਮੁੱਕੇ ਉਹ ਪਾਣੀ 'ਚ ਘੋਲ ਕੇ ਪਿਆ ਦਿੱਤਾ ਕਹਿੰਦੇ ਮਰਿਆ ਹੀ ਨਹੀਂ ਕੀ ਹੋਣਾ ਚਾਹੀਦਾ ਕਹਿੰਦੇ ਵੀ ਹਾਥੀ ਲਿਆਓ ਅਤੇ ਇਹਦੇ ਉੱਤੇ ਚੜ੍ਹਾ ਦਿਉ ਚਾਰੇ ਪੈਰ ਹਾਥੀ ਆ ਗਿਆ ਕਬੀਰ ਜੀ ਦੇ ਕੇ ਕਹਿੰਦੇ ਕਿਆ ਅਪਰਾਧ ਸੰਤ ਹੈ ਕੀ ਨਾ ਬਾਂਹ ਫੁੱਟ ਕੁੰਚਰ ਕੋ ਦੀਨਾ ਕੀ ਵਿਗਾੜਿਆ ਮੈਂ ਤੁਹਾਡਾ ਹਾਥੀ ਨੇ ਮੱਥਾ ਟੇਕਿਆ ਅਤੇ ਗਿਆ
ਕਹਿੰਦੇ ਜੀ ਇਹਨੂੰ ਜਾਨਵਰਾਂ ਨਹੀਂ ਜੇ ਮਾਰਨਾ। ਫਿਰ ਕਹਿੰਦੇ ਜੀ ਫੌਜ ਨੂੰ ਆਖੋ ਕਿਰਪਾਨਾਂ ਨਾਲ ਵੱਢਣ। ਬੰਨ ਰਿਹਾ ਰੁੱਖ ਦੇ ਨਾਲ ਕਿਰਪਾਨਾਂ ਨਾਲ, ਚਾਰ ਸਫੇਰ ਕੋਈ ਵੀ ਨਹੀਂ ਵੱਜਦੀ। ਮਰਿਆ ਨਹੀਂ? ਕਹਿੰਦੇ ਨਹੀਂ ਸਰਕਾਰ ਜੀ, ਇਸ ਤਰ੍ਹਾਂ ਕਰੋ ਇਹਨੂੰ ਫਿਰ ਬੰਨੋ। ਚਾਰ ਸਫੇਰੋਂ ਕੋਠਿਆਂ ਤੋਂ ਮੀਂਹ ਬਰਸਾ ਦਿਓ ਤੀਰਾਂ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕੇ ਕੀਚੈ। ਇਹਦਾ ਇਹ ਅਰਥ ਹੈ ਲੱਖ ਬਾਂਹ ਦਾ 50,000 ਬੰਦਾ ਬਣਦਾ ਹੈ। 50,000 ਬੰਦਾ ਵੀ ਦੁਸ਼ਮਣ ਬਣ ਜਾਏ ਉਹਦਾ ਕੁਝ ਵੀ ਨਹੀਂ ਕੋਈ ਵਿਗਾੜ ਸਕਦਾ। ਲੱਖ ਬਾਹੇ 50,000 ਬੰਦਾ, ਤੀਰ ਮੀਂਹ ਵਾਂਗੂ ਪੈ ਰਹੇ ਨੇ, ਕੁਛ ਵੀ ਨਹੀਂ। ਮਰਿਆ ਨਹੀਂ? ਕਹਿੰਦੇ ਨਹੀਂ ਮਰਿਆ। ਦੁਸ਼ਟ ਇਕੱਠੇ ਹੋ ਗਏ। ਕਹਿੰਦੀ ਐਂ ਕਰੋ ਜੀ ਸਰਕਾਰ, ਅਸੀਂ ਇੱਕ ਢੰਗ ਦੱਸਦੇ। ਕਹਿੰਦੇ ਦੱਸੋ। ਮਰਨਾ ਚਾਹੀਦਾ ਜੀ, ਸੁੱਕੜਾਂ ਲੱਕੜਾਂ ਕਰਕੇ ਨਾ ਕੱਠੀਆਂ ਨੂੰ ਸਾੜ ਕੇ ਹੀ ਮਾਰ ਦਿਓ, ਅੱਗ 'ਚ ਕੀ ਕਰ ਲਏਗਾ। ਕਹਿੰਦੇ ਵਾਹ ਬਾਈ ਵਾਹ, ਆਹ ਢੰਗ ਬੜਾ ਵਧੀਆ। ਸਭ ਤੋਂ ਪਹਿਲਾਂ ਬ੍ਰਾਹਮਣਾਂ ਨੇ ਲਿਆਂਦੀਆਂ, ਬੜੇ ਦੁਖੀ ਸੀ ਵਿਚਾਰੇ, ਟੇਵੇ ਟੂਵੇ ਬੰਦ ਸੀ ਉਹਨਾਂ ਦੇ, ਉਹ ਦੂਜੇ ਕੰਮ ਬੰਦ ਸੀ, ਕਾਜੀ ਮੁੱਲਾਂ ਦੇ ਰੁਜ਼ਗਾਰ ਮਾਰੇ ਗਏ, ਇਸ ਕਰਕੇ ਇਹਦਾ ਕੰਮ ਨਿਬੇੜੋ। ਲੱਕੜਾਂ ਦਾ ਲਾ ਕੇ ਢੇਰ ਵਿੱਚ ਬਿਠਾ ਕੇ ਚਾਰ ਸਫੇਰੇ ਅੱਗ ਲਾ ਦਿੱਤੀ। ਹੁਣ ਬੜਾ ਸਖਤ ਪੈਰ ਬਲਦੀ ਰਹੀ 7 ਦਿਨ। ਕਹਿੰਦੇ ਮਰ ਗਿਆ? ਕਹਿੰਦੇ ਹੱਡੀ ਵੀ ਨਹੀਂ ਲੱਭੀ ਹੋਣੀ, ਮਰ ਤੇ ਕਿਤੇ ਰਹਿ, ਸੜ ਗਿਆ ਸਾਰਾ ਕੁਝ। ਕਹਿੰਦੇ ਸਵਾਹ ਦੀ ਢੇਰੀ ਫੁੱਲੋ, ਕੋਈ ਕਬੀਰ ਦੀ ਹੱਡੀ ਤਾਂ ਨਹੀਂ ਰਹਿ ਗਈ। ਅਤੇ ਕਬੀਰ ਜੀ ਕੀ ਆਖਦੇ ਨੇ, ਆਪੇ ਪਾਵਕ ਆਪੇ ਪਵਨਾ, ਜਾ ਰਹੇ ਖਸਮ ਤਰਾਖੇ ਕਵਨਾ। ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼, ਚਬਾਰੇ 'ਚ ਅੱਗ ਲੱਗੀ ਹੋਈ ਹੈ ਦਿੱਲੀ, ਆਪ ਜੀ ਪੁਰਸ ਵਿੱਚ ਸੀ, ਸਿਮਰਨ ਵਾਲੀ ਆਤਮਾ ਸੀ, ਬਲਦੀ ਅੱਗ 'ਚ ਬੱਚਾ ਚੁੱਕ ਕੇ ਲਓ ਮਾਤਾ ਜੀ, ਕੁਝ ਵੀ ਨਹੀਂ ਅੱਗ ਨੇ ਵਿਗਾੜਿਆ। ਇਹ ਦੇਵਤੇ ਹੀ ਨੇ ਮਹਾਰਾਜ ਜਾ ਕੇ ਲੱਗਦੇ ਨੇ, ਕੁਛ ਨਹੀਂ। ਸਾਡੇ ਪਿੰਡ ਮਹਾਂਪੁਰਸ਼ ਹੁੰਦੇ ਸੀ, ਅਤੇ ਉਹ ਆਪਣਾ ਪਿੰਡ ਸੀ ਮਨਿਆਰ ਖੇੜਾ, ਅਤੇ ਨਦੀ ਸੀ ਨਾਲ, 18 ਕਿੱਲੇ ਜ਼ਮੀਨ ਖੋਰੀ ਪਈ ਸੀ ਗੰਨਾ ਪੱਤੀ, ਉਹਨਾਂ ਦੇ 5 ਰੁਪਈਏ ਵਿੱਚ ਰਹਿ ਗਏ। ਚਾਰ ਸਫੇਰ ਉਹ ਅੱਗ ਲਾ ਦਿੱਤੀ ਵੀ ਸੜ ਜੇ ਵਾਹੁਣੀ ਹੈ। ਮੈਨੂੰ ਕਹਿੰਦੇ ਬੇਟਾ ਚੁੱਕ ਲਿਆ 5 ਰੁਪਈਏ। ਮੈਂ ਬਾਪੂ ਜੀ ਅੱਗ ਲਾ ਦਿੱਤੀ। ਕਹਿੰਦੇ ਉਹਨੂੰ ਨਹੀਂ ਲੱਗਣੀ, ਸਾਰਾ ਪਲਾਟ 18 ਕਿੱਲੇ ਦਾ ਸੜ ਗਿਆ, ਉਹ ਇੱਕ ਪੰਡ ਖੋਰੀ ਦੀ ਪਈ ਅਤੇ ਉੱਤੇ 5 ਰੁਪਈਏ ਪਏ। ਮੈਂ ਆਪ ਚੁੱਕ ਕੇ ਸੰਤਾਂ ਨੂੰ ਫੜਾਏ। ਸੈਂਕੜੇ ਪ੍ਰਮਾਣ ਇੱਕ ਨਹੀਂ ਹੈ, ਕੁਝ ਨਹੀਂ ਹੁੰਦਾ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਚੈ। ਹੁਣ ਕਬੀਰ ਜੀ ਚੰਗੇ ਪਾਲੇ ਤਾਂ ਬੜਾ, ਕੋਈ ਗੱਲ ਹੀ ਨਹੀਂ, ਕਹਿੰਦੇ ਸੜਿਆ ਨਹੀਂ ਜੇ, ਇਹਨੇ ਜੀ ਕੋਈ ਕੀਤਾ ਹੋਣਾ ਅੱਗ ਦਾ, ਹੁਣ ਕਰੀਏ ਕੀ, ਮਰਦਾ ਹੀ ਨਹੀਂ। ਕਹਿੰਦੇ ਦੇਖੋ ਸਲਾਹ ਕਰੋ, ਛੱਡਣਾ ਮਾਰ ਕੇ ਹੀ ਹੈ। ਪ੍ਰਹਲਾਦ ਦੇ ਪਿੱਛੇ ਪੈ ਗਿਆ ਉਹਦਾ ਪਿਓ। ਕਈ ਵਾਰੀ ਕਈ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ, ਪੁੱਤ ਕੁ ਪੁੱਤ ਹੋ ਜਾਂਦੇ ਨੇ, ਮਾਪੇ ਕੁ ਮਾਪੇ ਨਹੀਂ ਹੁੰਦੇ। ਹੋਏ ਪ੍ਰਹਲਾਦ ਦੇ ਕਿ ਨਹੀਂ ਹੋਏ, ਥਾਂ ਮਾਰਨ ਤੱਕ ਗਿਆ ਹਰਨਾਕਸ਼, ਕਦੇ ਪਹਾੜਾਂ ਤੋਂ ਸੁੱਟੇ, ਕਦੇ ਸ਼ੇਰਾਂ ਅੱਗੇ ਪਾਏ, ਕਦੇ ਪ੍ਰਹਲਾਦ ਕੋਠੇ ਵਿੱਚ ਰਾਖਿਆ, ਬਾਹਰ ਦੀਆਂ ਤਾਲਾ, ਸੱਪਾਂ ਅੱਗੇ ਪਾਏ, ਦਰਵਾਜ਼ਾ ਖੋਲ੍ਹਿਆ, ਸੱਪਾਂ ਨੂੰ ਹੁਕਮ ਹੋ ਗਿਆ ਲੜਨਾ ਨਹੀਂ ਹੈ, ਜ਼ਹਿਰ ਪਿਆ, ਕੁਝ ਵੀ ਨਾ ਹੋਇਆ। ਹੁਣ ਕਹਿੰਦੇ ਇਹਨੂੰ ਨਾ ਤੀਰਾਂ ਨਾ ਮਾਰੋ, ਨਹੀਂ ਮਰਿਆ। ਕਹਿੰਦੇ ਅੱਗ 'ਚ ਸਾੜੋ। ਉਹ ਜਿਹੜੀ ਉਹਦੀ ਭੂਆ ਸੀ ਨਾ ਲੋਲਕਾਂ, ਉਹ ਕਹਿੰਦੀ ਮੈਂ ਵੇਦ ਮੰਤਰ ਪੜ੍ਹਦੀ, ਵੇਦ ਮੰਤਰ ਸਿੱਧ ਕਰਦੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਜਿਵੇਂ ਪਾਂਡਵਾਂ ਨੇ ਦੁਆਪਰ 'ਚ ਕੀਤਾ, ਭੀਮ ਜੀ ਨੇ ਤਾਂ ਹਾਥੀ ਫੜ ਫੜ ਕਾਸ ਵਿੱਚ ਸੁੱਟੇ। ਬੜੀ ਇਹਨਾਂ 'ਚ ਸ਼ਕਤੀ ਹੁੰਦੀ ਵੇਦ ਮੰਤਰਾਂ 'ਚ। ਉੱਥੇ ਰਾਣੇ ਵਿੱਚ ਜਗ੍ਹਾ ਹੈ, ਸਪੈਦੋ ਮੰਡੀ ਸਰਪ ਦਮਨ, ਰਾਜਾ ਜਨਮੇਜਾ, ਉਹ ਸਾਪੀ ਮੰਤਰਾਂ ਨਾਲ ਵੇਦ ਮੰਤਰਾਂ ਨਾਲ ਇਕੱਠੇ ਕਰ ਕਰ ਸਾੜੀ ਜਾਂਦਾ ਸੀ। ਇਹ ਲਮੇਰੀ ਕਥਾ ਦਸਮ ਗ੍ਰੰਥ ਵਿੱਚ ਹੈ, ਅਸ਼ਾਰੇ ਮਾਤਰ ਗੱਲ। ਬੜਾ ਇੱਕ ਵਾਰੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਹੁਣ ਵੇਦ ਮੰਤਰਾਂ 'ਚ ਸ਼ਕਤੀ ਨਹੀਂ? ਗੁਰੂ ਜੀ ਕਹਿੰਦੇ ਹੈ, ਪਰ ਪੜ੍ਹਨ ਵਾਲੇ ਨਹੀਂ ਉਹੋ ਜਿਹੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਸਾਡੇ ਦੇਸ਼ ਵਿੱਚ ਰਾਜਾ ਆਨੰਦ ਹੋਇਆ, ਉਹਨੇ ਕਿਤਾਬਾਂ ਛਪਾ ਦਿੱਤੀਆਂ, ਵਿਦਵਾਨਾਂ ਨੂੰ ਰੁਪਈਏ ਦੇ ਦੇ ਕੇ ਪੁੱਠੀਆਂ। ਅੱਜ ਕੱਲ੍ਹ ਵੀ ਬੜੀਆਂ ਛਪ ਰਹੀਆਂ ਨੇ, ਪਾਠ ਨਾ ਕਰੋ, ਬਾਣੀ ਨਾ ਪੜ੍ਹੋ, ਗੁਰਦੁਆਰੇ ਨਾ ਜਾਓ, ਐਂ ਨਾ ਕਰੋ, ਐਂ ਨਾ ਕਰੋ, ਐਂ ਨਾ ਕਰੋ, ਬੜੀਆਂ ਲੋਭੀ ਛਪ ਰਹੇ ਨੇ। ਅਤੇ ਉਹਦੇ ਵਿੱਚ ਲਿਖਿਆ ਵੀ ਬੱਚੇ ਦਾ ਜਨਮ ਹੋਵੇ ਸਾਰਾ ਟੱਬਰ ਸਿਰ ਮਨਾਓ, ਮਰ ਜੇ ਕੋ ਵੱਡਾ ਤਾਂ ਮਨਾਓ, ਮਤਲਬ ਕੇਸ ਨਹੀਂ ਹੋਣੇ ਚਾਹੀਦੇ। ਸਾਰਿਆਂ ਦੇ ਹੁੰਦੇ ਸੀ, ਰਾਮ ਕ੍ਰਿਸ਼ਨ ਰਿਸ਼ੀ ਮੁਨੀ ਸਾਰਿਆਂ ਦੇ।
500 ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਆਇਆ, ਸਾਰਿਆਂ ਪੱਗਾਂ ਬੱਧੀਆਂ ਕੇਸ, ਕਹਿੰਦੇ ਫਿਰ ਉਹਨਾਂ ਦਾ ਉਹ ਮੰਤਰ ਵੇਦ ਮੰਤਰ ਪੜ੍ਹ ਕੇ ਉਹਦਾ ਰਾਜ ਗੱਦੀ ਲਾ ਦਿੰਦੇ ਸੀ। ਉਹਨੇ ਕਿਹਾ ਹੁਣ ਆਰਾਮ ਨਾਲ 14 ਪੀੜ੍ਹੀਆਂ ਰਾਜ ਕੀਤਾ ਰਾਜੇ ਨੰਦ ਨੇ ਆਪਣੇ ਦੇਸ਼ ਵਿੱਚ, ਫਿਰ ਮਹਾਰਾਜ ਇਹ ਕਿਸ ਤਰ੍ਹਾਂ ਹੋਣਾ ਚਾਹੀਦਾ? ਕਹਿੰਦੇ ਗੁਰਬਾਣੀ ਪੜ੍ਹੋ ਕੇਸ ਰੱਖ ਕੇ, ਪਰ ਵੇਖੋ ਨਾਮ ਦੀਆਂ ਬਖਸ਼ਿਸ਼ਾਂ, ਸਿਰ ਮਨਾ ਕੇ ਜਿੰਨੀ ਮਰਜ਼ੀ ਪੜ੍ਹੀ ਜੋ ਕੁਛ ਨਹੀਂ ਜੀ ਅਸਰ ਹੋਣਾ। ਖੁੱਲ੍ਹੇ ਟਾਈਮ ਕਿਸੇ ਨੇ ਵਿਚਾਰ ਕਰਨੀ ਤਾਂ ਭਾਵੇਂ ਸਾਰਾ ਦਿਨ ਲੱਗੇ ਰਹੋ, ਮੈਂ ਥੋੜ੍ਹੇ ਅੱਖਰਾਂ 'ਚ ਬੇਨਤੀ ਕਰਾਂ। ਮਹਾਰਾਜ ਕਹਿੰਦੇ ਕੇਸ ਰੱਖੋ ਅਤੇ ਫਿਰ ਬਾਣੀ ਦੀ ਸ਼ਕਤੀ ਤਾਂ ਸੰਭਾਲੀ ਨਹੀਂ ਜਾਂਦੀ, ਬੜੀਆਂ ਬਖਸ਼ਿਸ਼ਾਂ। ਕੇਸ ਰੱਖੋ ਮੁੜ ਉਸੇ ਤਰ੍ਹਾਂ ਉਹ ਵੇਦ ਮੰਤਰ, ਉਹ ਫਿਰ ਅਸਰ ਨਾ ਰਿਹਾ, ਗੱਲਾਂ ਹੋਰ ਦੀਆਂ ਹੋਰ ਹੋ ਗਈਆਂ। ਫਿਰ ਗਾਂ ਬੜੇ ਬੜੇ ਸਿਆਣੇ ਪੰਡਿਤ ਆ ਗਏ, ਉਹ ਕਹਿੰਦੇ ਦੇਵੀ ਨੂੰ ਮੰਨੋ, ਅੰਨੇ ਘੋੜੇ ਨੂੰ ਮੰਨੋ, ਉਹਨੂੰ ਮੰਨੋ, ਅਸੀਂ ਉਹ ਰੱਬ ਪਾਸੇ ਕਰ ਦਿੱਤਾ। ਕੋਈ ਮਾਂ ਹੋਵੇ ਨਾ ਚਲਾਕ ਅਤੇ ਨਿਆਣੇ ਨੂੰ ਖੇਡਣ ਨਾਲ ਲਾ ਦਿੰਦੀ, ਤੂੰ ਹਾਥੀ ਆ ਘੋੜੇ ਆ ਵੇਖ ਕਿਵੇਂ ਲੱਕੜ ਦੇ, ਉਹ ਨਿਆਣਾ ਖੇਡਦਾ ਰਹਿੰਦਾ। ਸਾਡੇ ਦੇਸ਼ ਵਿੱਚ ਜਿਨ੍ਹਾਂ ਨੇ ਕੁਝ ਕਰਨਾ ਸੀ ਉਹਨਾਂ ਨੂੰ ਇੰਨਾ ਹੀ ਪਿੱਛੇ ਲਾ ਛੱਡਿਆ। ਗੁਰੂ ਨਾਨਕ ਜੀ ਪ੍ਰਗਟ ਹੋਏ, ਵਾਹਿਗੁਰੂ ਕਹਿੰਦੇ ਖੇਡਾਂ 'ਚ ਲੱਗੇ ਬੱਚੇ ਤੁਸੀਂ, ਦੇਵੀ ਦੇਵਾ ਪੂਜੇ ਭਾਈ ਕਿਆ ਮੰਗੇ ਕਿਆ ਦੇ, ਤੁਹਾਨੂੰ ਤਾਂ ਇਹਨਾਂ ਨੇ ਖੇਡਾਂ 'ਚ ਲਾ ਛੱਡਿਆ। ਤੁਸੀਂ ਪਛਾਣੋ, ਅਕਲ ਕਰੋ, ਲੰਮਾ ਸੋਚੋ, ਸਿਮਰਨ ਕਰੋ, ਬੰਦਗੀ ਕਰੋ, ਰਹਿਤ ਮੇਰਾ ਦਾ ਬਚਾਓ। ਸੋ ਇਸ ਤਰ੍ਹਾਂ ਵਿਚਾਰ ਹੋ ਰਹੀ ਸੀ। ਹੁਣ ਇਕੱਠੇ ਹੋਏ, ਕਹਿੰਦੇ ਜੀ ਇਹ ਮਰਦਾ ਨਹੀਂ। ਰਾਜਾ ਕਹਿੰਦਾ ਵੀ ਜਾਣਾ ਮਰ ਕੇ ਹੀ ਹੈ। ਇੱਕ ਸਭਾ ਵਿੱਚ ਬ੍ਰਾਹਮਣ ਪੰਡਿਤ ਜੀ ਉੱਠਿਆ, ਕਹਿੰਦਾ ਸਰਕਾਰ ਮੈਂ ਬੇਨਤੀ ਕਰਾਂ, ਇੱਕ ਗੱਲ ਸੋਚੀਏ ਸਾਰੀ ਰਾਤ ਸੋਚ ਸੋਚ ਕੇ, ਕਬੀਰ ਮਰ ਜਾਏਗਾ। ਕਹਿੰਦਾ ਦੱਸੋ ਭਾਈ। ਹੁਣ ਪ੍ਰਹਲਾਦ ਨੂੰ ਜਿਵੇਂ ਅੱਗ ਵਿੱਚ ਸਾੜਿਆ ਵੇਦ ਮੰਤਰ, ਉਹਦੀ ਭੂਆ ਪੜ੍ਹਦੀ ਰਹੀ ਅਤੇ ਜਦੋਂ ਅੱਗ ਲੱਗ, ਕੋਈ ਚਾਦਰ ਚੁਦਰ ਨਹੀਂ ਸੀ, ਉਹ ਥੱਲਿਓਂ ਵਿਲਡ ਹੋ ਗਈ ਉੱਤੇ ਪਈ, ਤਾਂ ਕਿ ਬੜੀਆਂ ਗੱਲਾਂ ਬਣਾਉਂਦੇ ਨੇ, ਚਾਦਰ ਪੈ ਗਈ ਅਤੇ ਉਹ ਵਿਲਡ ਹੋ ਗਈ ਸੀ, ਥੱਲਿਓਂ ਰਹਿ ਗਈ ਹੋਣੀ, ਫਿਰ ਸੜ ਗਿਆ ਹੋਣਾ ਪ੍ਰਹਲਾਦ। ਗੱਲ ਇਹ ਸੀ ਕਿ ਜਿਹੜੇ ਰਾਜੇ ਦੇ ਨੌਕਰ ਸੀ, ਉਹ ਕਹਿੰਦਾ ਪ੍ਰਹਲਾਦ ਸੜਿਆ ਨਹੀਂ ਜੀ, ਚਾਦਰ ਪੈ ਗਈ, ਖੈੜਾ ਛਡਾਇਆ ਉਹਨਾਂ ਨੌਕਰਾਂ ਨੇ, ਵਿਚਾਰ ਕਰੋ ਕੋਈ ਚਾਦਰ ਨਹੀਂ। ਹੁਣ ਪ੍ਰਹਲਾਦ 9 ਸਾਲ ਦਾ, ਭੈਣ ਉਹਦੀ 7 ਸਾਲ ਦੀ, ਉਹ ਉੱਚੀ ਉੱਚੀ ਰੋਵੇ। ਹਰਨਾਕਸ਼ ਕਹਿੰਦਾ ਬਿਟੀਆ ਕਿਉਂ ਰੋਤੀ ਹੈ, ਹਿੰਦੀ ਬੋਲਦਾ ਸੀ, ਕਿਉਂ ਰੋਤੀ ਹੈ? ਕਹਿੰਦੀ ਪਿਤਾ ਜੀ ਮੇਰੇ ਵੀਰ ਨੇ ਵਿਗਾੜਿਆ ਕੀ ਹੈ, ਪਹਿਲਾਂ ਇਹ ਦੱਸ ਕੀ ਕੀਤਾ ਤੇਰਾ ਨੁਕਸਾਨ? ਸ਼ਰਮ ਨਹੀਂ ਆਉਂਦੀ ਅੱਗ ਚਲਾ ਕੇ ਸਾੜ ਰਹੇ? ਉਹਨੇ ਚੁੱਕ ਕੇ ਉਹਨੂੰ ਵਿੱਚੇ ਸਾੜ ਦਿੱਤਾ, ਉਹਦੇ ਤੋਂ ਲੋਹੜੀ ਚੱਲ ਪਈ, ਭੂਆ ਤੋਂ ਹੋਲੀ ਚੱਲ ਪਈ। ਉਹਦਾ ਨਾਂ ਸੀ ਭੈਣ ਦਾ ਲੋਲਕਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਆਏ, ਕਹਿੰਦੇ ਖਾਲਸਾ ਜੀ ਤੁਸੀਂ ਲੋਹੜੀ ਨਹੀਂ ਮਨਾਉਣੀ। ਉੱਥੇ ਰਾਮਗੜ੍ਹ ਜਿੱਥੇ ਆਪਣੇ ਦੇਸ਼ ਦੀ ਫੌਜ ਹੈ ਨਾ, ਦੁਆਨ ਚੱਲਦੇ ਸੀ, 4-5 ਸਾਲ ਹੋ ਗਏ ਬਿਹਾਰ, ਅਤੇ ਕੁਦਰਤੀ ਉਸ ਦਿਨ ਲੋਹੜੀ ਦਾ ਤਿਉਹਾਰ ਸੀ। ਉਹਨਾਂ ਲਾ ਲਿਆ ਸਿੱਖਾਂ ਨੇ ਨਾ, ਜਿਹੜਾ ਆਵੇ 10 ਕਿਲੋ ਰੋੜੀਆਂ ਲਈ ਆਵੇ। ਗੁਰੂ ਗ੍ਰੰਥ ਸਾਹਿਬ ਦਾ ਗਿਆ 3 ਕੁਇੰਟਲ ਲਾ ਢੇਰ ਦਿੱਤੇ। ਮੈਂ ਕਿਹਾ ਇਹ ਕੀ ਕਰਦੇ ਹੁੰਦੇ ਹੋ ਗੁਰਮੁਖੋ? ਇਹ ਜੀ ਅੱਜ ਲੋਹੜੀ ਹੈ, ਮੈਂ ਗੁਰੂ ਮਹਾਰਾਜ ਨੇ ਰੋਕਿਆ ਕਿ ਮੇਰਾ ਸਿੱਖ ਲੋਹੜੀ ਨਹੀਂ ਮਨਾਏਗਾ, ਅਤੇ ਆ ਰੋੜੀ ਪ੍ਰਸ਼ਾਦ ਨਹੀਂ ਜੇ ਗੁਰੂ ਘਰ ਵਿੱਚ ਪ੍ਰਵਾਨ, ਕਿਸੇ ਨਿਆਣੇ ਦੇ ਗਲ 'ਚ ਫਸ ਗਿਆ ਨਾ ਤਿਲਾਂ ਵਾਲਾ ਤਾਂ ਮਰਜੂ। ਇਹ 10ਵੇਂ ਮਹਾਰਾਜ ਨੇ ਕਿਹਾ ਕਿ ਰੋੜੀ ਦਾ ਪ੍ਰਸ਼ਾਦ ਜਿਹੜਾ ਤਿਲਾਂ ਗੁੜ ਨੂੰ ਆਏ, ਗੁਰਦੁਆਰੇ ਆਉਣਾ ਹੀ ਨਹੀਂ ਚਾਹੀਦਾ। ਕਹਿੰਦੇ ਅੱਜ ਤੋਂ ਨਹੀਂ ਆਏਗਾ, ਸਾਨੂੰ ਮਰਿਆਦਾ ਤਾਂ ਪਤਾ ਹੀ ਨਹੀਂ ਸੀ, ਤੁਸੀਂ ਦੱਸ ਦਿੱਤਾ ਠੀਕ ਹੈ ਜੀ। ਹੁਣ ਇੰਨਾ ਕੁਝ ਪ੍ਰਹਲਾਦ ਨਾਲ ਕੀਤਾ, ਜਦੋਂ ਨੌਕਰਾਂ ਨੇ ਦੱਸਿਆ ਜੀ ਚਾਦਰ ਪੈ ਗਈ, ਤਾਂ ਕਹਿੰਦੇ ਫਿਰ ਲੋਹੇ ਦਾ ਥੰਮ ਗਰਮ ਕਰੋ, ਇਹਦੇ 'ਤੇ ਤਾਂ ਚਾਦਰ ਨਹੀਂ ਨਾ ਪਏਗੀ। ਜਦੋਂ ਚੰਗੀ ਤਰ੍ਹਾਂ ਹੋ ਗਿਆ ਨਾ ਲਾਲ, ਬਾਂਹ ਤੋਂ ਲਿਆ ਫੜ, ਖੱਬੇ ਹੱਥ ਨਾਲ ਦੋਵੇਂ ਹੱਥ ਫੜ ਲਏ, ਕਾਰ ਖੜਕ ਸਤ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਤੇਰਾ ਮਾਲਕ ਕੌਣ ਹੈ? ਨਾ ਸੜਨ ਦਿੰਦਾ, ਨਾ ਮਰਨ ਦਿੰਦਾ, ਨਾ ਰੁੜਨ ਦਿੰਦਾ, ਨਾ ਤੂੰ ਜ਼ਹਿਰ ਖਾ ਕੇ ਮਰਿਆ। ਪਿਤਾ ਜੀ ਉਹ ਬੜਾ ਸਮਰੱਥ ਹੈ, ਉਹ ਕਿੱਥੇ ਰਹਿੰਦਾ? ਉਹ ਸਾਰਾ ਹੀ ਪੂਰਨ ਹੈ। ਅੱਛਾ, ਆ ਥੰਮ ਵਿੱਚ ਵੀ ਹੈ? ਹਾਂ ਪਿਤਾ ਜੀ, ਇਹਦੇ ਵਿੱਚ ਵੀ ਹੈ, ਜਲੇ ਹਰੀ ਥੱਲੇ ਹਰੀ ਸਾਰਿਆਂ 'ਚ ਹੀ ਹੈ, ਕੋਈ ਜਗ੍ਹਾ ਨਹੀਂ ਖਾਲੀ। ਉਹ ਅੱਗੇ ਪੈ ਗਈ ਸੀ ਚਾਦਰ, ਮੈਨੂੰ ਦੱਸਿਆ ਸੀ ਮੇਰੇ ਨੌਕਰਾਂ ਨੇ, ਮੇਰੇ ਸਾਹਮਣੇ ਫੜ ਥੰਮ ਨੂੰ। ਉਹ ਜਾ ਕੇ ਜੱਫੀ ਪਾ ਲਈ। ਅੱਜ ਕੱਲ੍ਹ ਪਤਾ ਕਿਵੇਂ ਗੱਪਾਂ ਰੇੜਦੇ ਨੇ, ਉਹ ਕੀੜੀ ਬਣ ਗਿਆ, ਉਹ ਪਹਿਲਾਂ ਲੱਕੜਾਂ 'ਚ ਤਾਂ ਬਣਿਆ ਨਾ, ਪਾਣੀ 'ਚ ਤਾਂ ਬਣਿਆ ਨਾ, ਜ਼ਹਿਰ 'ਚ ਤਾਂ ਬਣਿਆ ਨਾ, ਖੇਰਾਂ ਕੋਲ ਬਣਿਆ ਨਾ। ਹੁਣ ਪ੍ਰਹਲਾਦ ਦਾ ਭਰੋਸਾ ਟੁੱਟ ਗਿਆ। ਸਾਧ ਸਿੰਘ ਹੋਰ ਪਿੱਛੇ ਜਾਓ, ਬਕੁੰਠ ਵਿੱਚ ਹੋਈ ਮੀਟਿੰਗ ਸਭਾ, ਮੈਂ ਅੱਗੇ ਅਰਜ਼ ਕੀਤੀ ਸੀ 16 ਸਭਾ ਨੇ,
ਸਾਡੇ ਜਿਹੜੀ ਲੈਕ ਸਭਾ ਹੈ ਨਾ, ਸਿੱਖ ਸਭਾ ਦੇਖਿਆ ਕਿ ਆਪਾਂ ਉਹ ਮੈਂ ਅਰਜ਼ ਕਰ ਹੀ ਦਿੱਤੀ ਵੀ ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਜੀ ਕੀ ਦੱਸਦੇ। ਉੱਥੇ ਸਭਾ ਵਿੱਚ ਇਹ ਰਿਖੀ ਜੀ ਨੂੰ ਕਹਿਣ ਲੱਗੇ, ਤੁਸੀਂ ਜਾਓ ਜਨਮ ਲਓ, 9 ਸਾਲ ਦੇ ਹੋ ਕੇ ਕੰਮ ਸ਼ੁਰੂ ਕਰ ਦਿਓ, ਮੈਂ ਤੁਹਾਡੇ ਅੰਗ ਸੰਗ ਹਾਂ। ਬਹੁਤ ਅੱਛਾ। ਜਦੋਂ ਥੰਮ ਨਾਲ ਨਾਮ ਮਰਿਆ ਫੜ ਲਿਆ, ਕਹਿੰਦਾ ਹੁਣ ਲੱਗਾ ਤੈਨੂੰ ਵੱਢਣ, ਹੁਣ ਦੱਸੀ ਵੀ ਤੇਰਾ ਰੱਬ ਜਿਹੜਾ ਕਿੱਥੇ ਹੈ। ਕਾੜਖਰ ਤੋਂ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਕਹਿੰਦੇ ਉਹ ਹੈਗਾ ਸਾਰੇ ਹੀ ਪਰਿਪੂਰਨ। ਕਹਿੰਦੇ ਉਹਨੂੰ ਕਹਿ ਦੀ ਫਿਰ ਮੇਰੇ ਹੱਥਾਂ ਤੋਂ ਛਡਾ ਲਿਆ। ਅੱਛਾ, ਸਾਧ ਸੰਗਤ ਕਈ ਮਹਾਂਪੁਰਸ਼ ਇਸ ਧਰਤੀ 'ਤੇ ਬਿਨਾਂ ਮਾਤਾ ਪਿਤਾ ਤੋਂ ਪ੍ਰਗਟ ਹੋਏ ਨੇ। ਇੱਕ ਤਾਂ ਨਰਸਿੰਘ ਜੀ, ਇਹਦੀ ਮੰਮੀ ਡੈਡੀ ਦਾ ਕੀ ਨਾਂ ਹੈ ਥੰਮ 'ਚੋਂ, ਵਰਮਾ ਕਬਲ ਫੁੱਲ 'ਚੋਂ, ਇਹਦਾ ਮੰਮੀ ਡੈਡੀ ਕਿਹੜਾ ਹੈ ਗੋਰਖੇ ਘਰੂੜੀ 'ਚੋਂ ਸਿਮਰਨ ਕਰਦਾ, ਇਹਦੀ ਮੰਮੀ ਡੈਡੀ ਕਿਹੜਾ ਹੈ ਸ਼ਿਵਜੀ ਦਾ ਕਿਹੜਾ ਹੈ ਮੱਛ ਕੱਛ ਬਰਾਹ ਦਾ ਕਿਹੜਾ ਹੈ। 15-20 ਮਹਾਂਪੁਰਸ਼ ਇਸ ਧਰਤੀ 'ਚ ਆਪਣੇ ਦੇਸ਼ ਵਿੱਚ ਐਸੇ ਨੇ ਮੁਖੀ ਮੁਖੀ, ਜਿਹੜੇ ਮਾਤਾ ਪਿਤਾ ਤੋਂ ਬਿਨਾਂ ਹੀ ਪ੍ਰਗਟ ਹੋ ਕੇ ਦੁਨੀਆਂ ਦਾ ਭਲਾ ਕਰਕੇ ਅੰਤਰ ਧਿਆਨ ਹੋ ਗਏ ਨੇ। ਇਹ ਕਈ ਸਨ ਨਰਸਿੰਘ, ਥੰਮ 'ਚ ਹੀ ਪ੍ਰਗਟ ਹੋ ਗਏ। ਹੁਣ ਜਦੋਂ ਕਿਰਪਾਨ ਨਾਲ ਸਿਰ ਲਾਉਣ ਲੱਗਾ, ਪ੍ਰਭ ਥੰਮ 'ਤੇ ਨਿਕਸੇ ਕੀ ਵਿਸਤਾਰ, ਥੰਮ 'ਚੋਂ ਹੀ ਨਿਕਲਣਾ ਹੈ। ਉਹਨੂੰ ਫੜ ਲਿਆ, ਫੜ ਕੇ ਅਤੇ ਤਾਂ ਹੀ ਸੁੱਟ ਦਿੱਤਾ ਆਕਾਸ਼ ਵਿੱਚ, ਬੜਾ ਉੱਚਾ ਗਿਆ। ਜੇ ਚਿਰ ਉਹਨੂੰ ਥੱਲੇ ਡਿੱਗਣਾ ਸੀ ਨਾ, ਪ੍ਰਹਲਾਦ ਨੂੰ ਕਹਿੰਦੇ ਬੇਟਾ ਜਾਓ ਆਰਾਮ ਕਰੋ, ਆਰਾਮ ਆਰਾਮ ਕਰੋ। ਥੱਲੇ ਡਿੱਗਿਆ, ਫਿਰ ਸੁੱਟਦਾ ਜਿਵੇਂ ਬਿੱਲੀ ਮਧੋਲਦੀ, ਅਤੇ ਦਰਵਾਜ਼ੇ 'ਚ ਖੜਾ ਕਰ ਲਿਆ। ਕਹਿੰਦੇ ਦੱਸ ਨਾ ਤੂੰ ਅੰਦਰ ਨਾ ਤੂੰ ਬਾਹਰ ਹੈ, ਨਾ ਮੈਂ ਬੰਦਾ, ਦੇਖ ਲੈ ਬੰਦੇ ਵਰਗੀਆਂ ਲੱਤਾਂ ਤੂੰ ਉੱਤੋਂ ਸ਼ੇਰ ਵਰਗਾ। ਜਿਹੜਾ ਮੱਛ ਦਾ ਅਵਤਾਰ ਹੋਇਆ, ਅੱਧਾ ਸਰੀਰ ਮੱਛੀ ਦਾ ਅਤੇ ਉੱਤੋਂ ਬੰਦੇ ਦਾ, ਜਿਹੜਾ ਬਰਾਹ ਦਾ ਹੋਇਆ ਉਹ ਯੂਪੀ ਵਿੱਚ ਜਗ੍ਹਾ ਬਣੀ ਹੋਈ ਪ੍ਰਗਟ ਹੋਇਆ, ਥੱਲਿਓਂ ਲੱਤਾਂ ਬਾਹਾਂ ਉੱਤੋਂ ਸਿਰ ਸੂਰ ਦਾ। ਇਹ ਦੇਖੋ ਕਿਸ ਤਰ੍ਹਾਂ ਪ੍ਰਗਟ ਹੋਏ ਨੇ, ਇਹਨਾਂ ਦੇ ਕਿਹੜੇ ਮੰਮੀ ਡੈਡੀ ਦੇ ਨਾਂ ਨੇ। ਮੈਂ ਅਰਜ਼ ਕੀਤੀ ਸੀ ਕਈ ਮਹਾਂਪੁਰਸ਼, ਸਤਿਗੁਰੂ ਨਾਨਕ ਦੇਵ ਜਦੋਂ ਆਏ ਮਾਤਾ ਜੀ ਨੂੰ ਨਿਰੰਕਾਰ ਜੋਤੀ ਸਰੂਪ ਦੇ ਦਰਸ਼ਨ ਹੋਏ, ਮਾਤਾ ਤ੍ਰਿਪਤਾ ਜੀ ਨੂੰ ਪ੍ਰਕਾਸ਼ ਹੀ ਪ੍ਰਕਾਸ਼, ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਮਾਤਾ ਜੀ ਦੁਨੀਆਂ ਦੇ ਭਲੇ ਵਾਸਤੇ ਤੁਹਾਡੇ ਸਪੁੱਤਰ ਹੋ ਕੇ ਆ ਰਹੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ, ਪ੍ਰਗਟ ਉਹ ਚੀਜ਼ ਹੁੰਦੀ ਜਿਹੜੀ ਪਹਿਲਾਂ ਵੀ ਹੋਵੇ, ਜਨਮ ਤਾਂ ਲਿਆ ਹੀ ਨਹੀਂ, ਜਨਮ ਮਰਨ ਦੋਹੂ ਮੈਂ ਨਾ ਹੀ, ਜਨਮ ਪਰ ਉਪਕਾਰੀ ਆਏ। ਹੁਣ ਉਹ ਜਦੋਂ ਸਾਰੇ ਵਹਿਦੇ ਪੂਰੇ ਕਰਾ ਅਤੇ ਬਰਮਾ ਵਾਲੇ ਗੱਲ ਲੰਮੀ ਹੈ, ਹਰ ਨਾਖਸ਼ ਛੇਦਿਆ ਨਖੀ ਬਿਦਾਰ, ਲਛਮੀ ਭਾਉ ਰਾਖੇ ਨਹੀਂ ਆਵੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਰਾਇਣ ਜਦੋਂ ਪ੍ਰਗਟ ਹੋਇਆ ਅਤੇ ਲਛਮੀ ਆਈ ਅਤੇ ਦੇਵਤੇ ਬੜੇ ਆਰਤੀ ਉਤਾਰਦੇ ਅਤੇ ਨੇੜੇ ਕੋਈ ਆਵੇ ਨਾ ਨਰਸਿੰਘ ਦੇ, ਕਹਿੰਦੇ ਵੀ ਲਾਲ ਨੇਤਰ, ਐਂ ਲੱਗਦਾ ਵੀ ਕੁਛ ਜ਼ਿਆਦਾ ਹੀ ਜੋਸ਼ ਹੈ। ਕਹਿੰਦੇ ਪ੍ਰਹਲਾਦ ਨੂੰ ਘੱਲੋ। ਪ੍ਰਹਲਾਦ ਗਿਆ, ਨਰਸਿੰਘ ਜੀ ਬੜਾ ਪ੍ਰੇਮ ਕੀਤਾ, ਕਹਿੰਦੇ ਬੇਟਾ ਥਾਵਾਂ ਥਾਵਾਂ 'ਤੇ ਮੈਂ ਗੁਪਤ ਤੇਰੀ ਮਦਦ ਕੀਤੀ, ਦੁਸ਼ਟ ਮੰਨਦਾ ਹੀ ਨਹੀਂ ਸੀ, ਆਖਿਰ ਮੈਨੂੰ ਤੇਰੀ ਰੱਖਿਆ ਕਰਨ ਵਾਸਤੇ ਪ੍ਰਗਟ ਹੋਣਾ ਪਿਆ। ਕਹਿੰਦੇ ਹਾਂ ਮਹਾਰਾਜ ਮੈਂ ਜਾਣਦਾ ਹੀ ਹਾਂ, ਧੰਨਵਾਦ ਆਪ ਜੀ ਦਾ। ਕੋਈ ਮਨ 'ਚ ਗੱਲ ਹੈ? ਹਾਂ ਪਿਤਾ ਜੀ ਹੈ। ਭਗਤ ਜੀ ਦੱਸੋ। ਕਹਿੰਦੇ ਮਹਾਰਾਜ ਮੇਰੇ ਪਿਤਾ ਨੂੰ ਨਰਕ 'ਚ ਨਾ ਖੜਿਓ, ਦੇਖੋ ਭਗਤਾਂ ਦੇ ਮਨ ਅਤੇ ਦੁਸ਼ਟਾਂ ਦੇ ਮਨ। ਕਹਿੰਦੇ ਨਰਕ 'ਚ ਤੇਰੀਆਂ 21 ਕੋਲਾਂ ਬਕੁੰਠਾਂ 'ਚ ਜਾਣਗੀਆਂ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਪਰਾਧ ਜਨ ਕੇ 21 ਕੋਲ ਉਧਾਰੇ, ਪਿਓ ਤਾਂ ਤੇਰਾ ਬਹੁਤ ਨੇੜੇ ਹੈ। ਉਹ ਆਪਣਾ ਧਰਮ ਹੈ ਭਲਾ ਹੀ ਭਲਾ, ਭਲਾ ਹੀ ਭਲਾ। ਹੁਣ ਹੀ ਬ੍ਰਾਹਮਣ ਕਹਿ ਰਿਹਾ ਸਰਕਾਰ ਮੈਂ ਇੱਕ ਰਹਿ ਦਿਆਂ ਕਬੀਰ ਮਰ ਜਾਏਗਾ। ਕਹਿੰਦੇ ਦੱਸੋ, 50 ਹੱਥ ਡੂੰਘਾ ਟੋਆ ਕੱਢੋ ਜੀ। ਫਿਰ ਉਹਦੇ ਵਿੱਚ ਸੰਗਲਾਂ 'ਚ ਬੰਨ੍ਹ ਕੇ ਕਬੀਰ ਜੀ ਨੂੰ ਥੱਲੇ ਸੁੱਟ ਦਿਉ। ਫਿਰ 30 ਹੱਥ ਮਿੱਟੀ ਪਾ ਦਈਏ ਉੱਤੇ। ਫਿਰ ਪੰਡਿਤ ਜੀ 20 ਹੱਥ ਉੱਥੇ ਪੱਥਰ ਭਰ ਦਈਏ, 20 ਹੱਥ। ਵਾਹ ਵਾਹ ਵਾਹ, ਹੁਣ ਤਾਂ ਮਰ ਜਾਏਗਾ। ਫਿਰ ਜਿਹੜੀ ਪੱਥਰਾਂ ਦੇ ਵੱਟੇ ਮਿੱਟੀ ਬਚੀ ਹੈ ਉਹਦਾ ਖੂਹ ਦੇ ਉੱਤੇ ਥੜਾ ਬਣਾ ਦਿਉ ਜੀ, ਫੌਜ ਤੁਹਾਡੇ ਕੋਲ ਬਹੁਤ ਹੈ। ਫਿਰ ਤੁਸੀਂ ਉੱਤੇ ਬਰਾਜਿਓ, ਅਸੀਂ ਸਾਰੇ ਬਨਾਰਸ ਦੇ ਮੁਖੀ ਮੁਖੀ ਲੋਕ ਤੁਹਾਡੇ ਗਲ ਵਿੱਚ ਫੁੱਲਾਂ ਦਾ ਹਾਰ ਪਾਵਾਂਗੇ। ਹੁਣ ਫੌਜ ਲੱਗ ਗਈ ਖੂਹ ਪੁੱਟਣ, ਹੁਕਮ ਦੀ ਗੱਲ ਸੀ। 50 ਹੱਥ ਡੂੰਘਾ ਪੁੱਟਿਆ, ਰੱਸੀਆਂ ਸੰਗਲਾਂ ਨਾਲ ਬੰਨ੍ਹ ਕੇ ਕਬੀਰ ਜੀ ਨੂੰ ਥੱਲੇ ਸੁੱਟਿਆ। ਰਾਜਾ ਕਹਿੰਦਾ ਵੀ ਥੱਲੇ ਦਿੰਦਾ ਇਟਕ ਜਿੱਡਾ, ਹੁਣ ਪਾਓ ਆਈ ਮਿੱਟੀ।
30 ਹੱਥ ਉੱਤੇ ਮਿੱਟੀ ਪਾ ਦਿੱਤੀ, 20 ਹੱਥ ਉੱਤੇ ਪੱਥਰ ਪਾ ਦਿੱਤੇ, ਬਰਾਬਰ ਕਰ ਦਿੱਤਾ। ਪੱਥਰਾਂ ਵੱਟੇ, ਜਿਹੜੀ ਮਿੱਟੀ ਬਚੀ ਉਹਦਾ ਵੱਡਾ ਸਾਰਾ ਥੜਾ ਬਣਾ ਦਿੱਤਾ, ਬੰਦੇ ਨੂੰ ਵੀ ਉੱਚਾ। ਕਹਿੰਦੇ ਹੁਣ ਕੱਲ੍ਹ ਮੈਂ ਦਿੱਲੀ ਜਾਣਾ ਅਤੇ ਸਾਰੇ ਤੁਸੀਂ ਇਕੱਠੇ ਹੋ। ਮਰ ਗਿਆ ਕਬੀਰ, ਕਹਿੰਦੇ ਬਹੁਤ ਅੱਛਾ ਸਰਕਾਰ। ਹੁਣ ਸਵੇਰੇ ਰਾਜਾ ਆ ਗਿਆ ਤੰਬੂ 'ਚੋਂ, ਜਦੋਂ ਥੋੜ੍ਹਾ ਜਿਹਾ ਸੂਰਜ ਚੜ੍ਹਿਆ, ਪੈਰ ਕ ਦਿਨ ਚੜ੍ਹ ਗਿਆ, ਬਹਿ ਗਿਆ ਥੜੇ 'ਤੇ। ਲਿਆ ਬਈ ਕਿੰਨੇ ਕਿੰਨੇ ਹਾਰ ਲਿਆਉਣੇ ਨੇ, ਕਾਜੀ ਮੁੱਲਾ ਮਲਾਣੇ ਪਤਾ ਨਹੀਂ ਕਿੱਥੋਂ ਰਾਤ ਰਾਤ ਹਾਰ ਤਿਆਰ ਕਰਦੇ ਰਹੇ। ਬ੍ਰਾਹਮਣ ਵੀ ਲੈ ਆਏ, ਪਾਉਣੇ ਸ਼ੁਰੂ ਕਰ ਦਿੱਤੇ। ਰਾਜਾ ਸਿਕੰਦਰ ਲੋਧੀ ਕਹਿਣ ਲੱਗਾ, ਗੱਲ ਇਸ ਤਰ੍ਹਾਂ ਭਾਈ, ਇਹ ਬੰਦਾ ਬੜਾ ਔਖਾ ਮਰਿਆ। ਪੰਡਿਤ ਜੀ ਨੇ ਬੜੀ ਸਲਾਹ ਚੰਗੀ ਦਿੱਤੀ, ਅੱਗ 'ਚ ਪਾਣੀ 'ਚ ਨਹੀਂ, ਜ਼ਹਿਰ ਨਾਲ ਨਹੀਂ, ਕਿਰਪਾਨ ਨਾਲ ਨਹੀਂ, ਤੀਰਾਂ ਨਾਲ ਨਹੀਂ, 50 ਹੱਥ ਥੱਲੇ ਡੂੰਘਾ ਦੱਬ ਦਿੱਤਾ। ਇਸ ਕਰਕੇ ਮੈਂ ਹੁਣ ਦਿੱਲੀ ਚੱਲਿਆ, ਅੱਗੇ 20 ਦਿਨ ਆਉਂਦਿਆਂ ਲੱਗੇ, 20 ਲੱਗਣੇ ਮੈਨੂੰ ਜਾਂਦਿਆਂ, ਅਤੇ ਮੈਂ ਤੁਹਾਨੂੰ ਬਨਾਰਸ ਵਾਲਿਆਂ ਨੂੰ ਇਹ ਕਹਿ ਚੱਲਿਆ ਕਿ ਬਨਾਰਸ ਵਿੱਚ ਅੱਗੋਂ ਕੋਈ ਆਪਣਾ ਨਾਂ ਹੀ ਨਾ ਕਬੀਰ ਰੱਖੇ। ਜਿਹਨੇ ਨਾਮ ਹੀ ਕਬੀਰ ਰੱਖ ਦਿੱਤਾ, ਮਾਰ ਉਹਨੇ ਵੀ ਦਊਂ। ਇਹ ਬੰਦਾ ਕਬੀਰ ਨਾਮ ਦਾ, ਬੜੇ ਲੋਕ ਮੇਰੇ ਕੋਲ ਦਿੱਲੀ ਗਏ, ਬੜੀਆਂ ਸ਼ਿਕਾਇਤਾਂ। ਤੁਹਾਨੂੰ ਪਤਾ ਹੀ ਹੈ ਕਿ ਅੱਜ 5ਵਾਂ ਦਿਨ ਤੋਂ ਜ਼ਿਆਦਾ ਹੋ ਗਏ ਨੇ, 7 ਦਿਨ ਅੱਗ ਬਲਦੀ ਰਹੀ, ਇਹ 2 ਹਫ਼ਤੇ ਹੋ ਗਏ ਨੇ। ਬੜਾ ਮੈਂ ਦਿੱਲੀ ਕੰਮ ਹੈ, ਮੈਂ ਹੁਣ ਜਾਣਾ ਹੈ, ਅਤੇ ਇਹਦਾ ਕੰਮ ਗਿਆ ਮੌਕਾ। ਬੜੇ ਖੁਸ਼ ਬ੍ਰਾਹਮਣ ਅਤੇ ਕਾਜੀ ਮੁੱਲਾ ਮਲਾਣੇ। ਅਤੇ ਹੁਣ ਦੇਖੋ, ਦਿਨ ਵੀ 1:15 ਪੈਰ ਚੜ੍ਹ ਆਇਆ, ਅਤੇ ਫੌਜਾਂ ਨੂੰ ਮੈਂ ਹੁਕਮ ਕਰਨਾ ਆਪਣੇ ਆਪਣੇ ਕੰਮ ਸੰਕੋਚਣ, ਅਤੇ ਜਾਣਾ ਕਬੀਰ ਦਾ ਕੰਮ ਗਿਆ ਮੁੱਕ। ਜਦੋਂ ਰਾਜਾ ਉੱਠਣ ਲੱਗਾ ਤਾਂ ਕਬੀਰ ਸਾਹਮਣੇ ਖੜ੍ਹਾ। ਰਾਜਾ ਕੰਬ ਗਿਆ, ਕਹਿੰਦੇ ਰੂਹ ਹੈ ਕਿ ਸੱਚੀ ਮੁੱਚੀ, ਇਹ ਕਿੱਥੋਂ ਆ ਗਿਆ? ਕਬੀਰ ਜੀ ਚੁੱਪ ਖੜ੍ਹੇ, ਅੱਗੇ ਹੋ ਕੇ ਹੱਥ ਲਾਇਆ ਕੱਪੜੇ ਨੂੰ, ਲੱਗ ਗਿਆ ਤਾਂ ਚੰਗਾ ਭਲਾ, ਇਹ ਕੁਝ ਵੀ ਨਹੀਂ ਹੋਇਆ। ਰਾਜਾ ਉਲਟ ਕੇ ਪਿਆ ਥੜੇ ਤੋਂ ਥੱਲੇ, ਕਬੀਰ ਜੀ ਦੇ ਹੱਥ ਫੜ ਕੇ ਉੱਚੀ ਉੱਚੀ ਰੋ ਰਿਹਾ ਹੈ, ਚਰਨਾਂ 'ਤੇ ਟਹਿ ਗਏ। ਬਖਸ਼ ਲਿਓ ਮਹਾਰਾਜ ਹਮੇ ਅਪਰਾਧੀ ਅਪਰਾਧੀ, ਬਖਸ਼ ਲਿਓ ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ, ਬੜੀਆਂ ਬੇਨਤੀਆਂ ਰਾਜੇ ਨੇ ਚਰਨ ਫੜ ਕੇ ਕੀਤੀਆਂ, ਬੜੀਆਂ ਖਿਮਾ ਮੰਗੀਆਂ। ਭਗਤ ਜੀ ਕਬੀਰ ਜੀ ਕਹਿਣ ਲੱਗੇ, ਰਾਜੇ ਨੇ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਆਖਿਆ, ਤੁਸੀਂ ਆਪ ਹੀ ਸਾਰਾ ਕੁਛ ਕਰਦੇ ਰਹੇ। ਕਹਿਣ ਲੱਗੇ, ਬਨਾਰਸ ਵਾਸੀਓ, ਇੱਕ ਰਾਜੇ ਨੇ ਉੱਥੇ ਕਾਗਜ਼ ਲਿਖਿਆ, ਸਿਕੰਦਰ ਲੋਧੀ ਨੇ ਦਸਤਖਤ ਲੋਧੀ ਨੇ ਕੀਤੇ, ਮੋਹਰਾਂ ਲਾਈਆਂ, ਕਹਿੰਦੇ ਆ ਰੱਖੋ ਇਹਨਾਂ ਦੇ ਚੋਰੇ 'ਚ ਆਸ਼ਰਮ 'ਚ। ਕਿਸੇ ਨੇ ਵੀ ਭਗਤ ਕਬੀਰ ਬਾਰੇ ਕਿਹੋ ਜਿਹੀ ਗੱਲ ਕੀਤੀ ਤਾਂ ਉਹਨੂੰ ਫਾਂਸੀ ਦਿੱਤੀ ਜਾਏਗੀ। ਜ਼ਬਾਨਾਂ ਬੰਦ ਸਾਰਿਆਂ ਦੀ, ਹੁਣ ਕੀ ਕਰੀਏ? ਗੱਲ ਤਾਂ ਹੋਰ ਸੀ, ਹੋਰ ਹੋ ਗਈ ਤਾਂ ਬੜਾ ਮਾੜਾ ਹੋਇਆ। ਜਦੋਂ ਰਾਜਾ ਚੱਲਣ ਲੱਗਾ
ਕਹਿਣ ਲੱਗਾ ਮਹਾਰਾਜ ਜਦੋਂ ਦਿੱਲੀ ਆਓ ਜ਼ਰੂਰ ਰਾਜ ਮਹਿਲਾਂ ਵਿੱਚ ਚਰਨ ਪਾਉਣੇ। ਕਿ ਰਾਜਨ ਉੱਥੇ ਤਾਂ ਨਹੀਂ ਆਉਣਾ, ਨਦੀ ਦੇ ਕੰਢੇ ਆਵਾਂਗੇ ਜਮਨਾ ਅਤੇ ਉੱਥੇ ਹੀ ਮਿਲ ਲਿਓ, ਅੱਗੇ ਨਹੀਂ ਜਾਣਾ। ਝੱਟ ਵਜ਼ੀਰ ਬੋਲਿਆ, ਮਹਾਰਾਜ ਇੱਕ ਕੰਨਿਆ ਰੱਬ ਨੇ ਦਿੱਤੀ ਹੈ, ਉਮਰ ਉਹਦੀ 15 ਸਾਲ ਦੀ ਹੈ, ਬਹੁਤ ਜ਼ਿਆਦਾ ਬਿਮਾਰ ਹੈ, ਹਕੀਮਾਂ ਨੇ ਜਵਾਬ ਦੇ ਦਿੱਤਾ ਹੈ, ਸੋ ਜੇ ਕਿਰਪਾ ਹੋ ਜੇ। ਕਹਿੰਦੇ ਦੇਖੋ ਥੋੜ੍ਹਾ ਚਿਰ ਬਾਕੀ ਹੈ, ਸੰਤਾਂ ਨੂੰ ਨਾਲ ਲੈ ਕੇ ਦਿੱਲੀ ਆ ਰਹੇ ਹਾਂ, ਤੁਸੀਂ ਬੇਟਾ ਨੂੰ ਲਿਆਉਣਾ, ਠੀਕ ਹੋ ਜਾਏਗੀ। ਐਸਾ ਹੀ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ, ਹਰ ਜਨ ਕੀ ਵਡਿਆਈ ਪ੍ਰਭ ਆਪ ਵਧਾਈ, ਉਹ ਘਟੇ ਨਾ ਕਿਸੇ ਦੀ ਘਟਾਈ, ਇੱਕ ਤਿਲ ਤਿਲ ਨਾ। ਭਗਤਾਂ ਦਾ ਕੋਈ ਕੀ ਕਰ ਲਏਗਾ, ਇਹ ਥੋੜ੍ਹਾ ਵੀ ਲੋਕਾਂ ਨੇ ਉਹਨੂੰ ਚੁੱਕਿਆ ਅਤੇ ਲੋਕਾਂ ਨੇ ਡੇਗ ਦੇਣਾ, ਫਿਰ ਤਾਂ ਲੋਕਾਂ ਦੇ ਮੁਨੱਸਰ ਹੈ, ਅਤੇ ਦਰਗਾਹ 'ਚ ਆਏ ਹੁੰਦੇ ਨੇ। ਹਰ ਜਨ ਕੀ ਵਡਿਆਈ ਪ੍ਰਭ ਆਪ ਵਧਾਈ, ਉਹ ਘਟੇ ਨਾ ਕਿਸੇ ਦੀ ਘਟਾਈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਤਿਲ ਤਿਲ ਨਾ। ਜਦੋਂ ਰਾਜਾ ਚਲਾ ਗਿਆ, ਫੌਜ ਚਲੀ ਗਈ, ਹੁਣ ਵਿੱਚੇ ਵਿੱਚ ਇਕੱਠੇ ਵੀ ਕੀ ਕਰੀਏ, ਬੜਾ ਮਾੜਾ ਹੋਇਆ, ਕਬੀਰ ਜੀ ਦਾ ਕੁਝ ਵਿਗਾੜ ਨਹੀਂ ਸਕੇ। ਸਿਆਣੇ ਸਿਆਣੇ ਬ੍ਰਾਹਮਣ ਇਕੱਠੇ ਹੋਏ, ਕਹਿੰਦੇ ਇੱਕ ਢੰਗ ਹੈਗਾ ਆਪਣੇ ਕੋਲ ਅਜੇ ਵੀ। ਕਹਿੰਦੇ ਕੀ? ਕਹਿੰਦੇ ਵੀ ਐਂ ਕਰੋ ਕਿ ਵੀਰ ਜੀ ਦੇ ਦਸਤਖਤ ਆਪਾਂ ਵੇਖੇ ਹੀ ਨੇ, ਚਿੱਠੀਆਂ ਲਿਖੋ ਆਪ, ਇੱਕ ਡੇਟ ਰੱਖ ਦਈਏ ਵੀ ਇਉਂ ਕਰਕੇ, ਜਿਵੇਂ ਅੱਜ ਕੱਲ੍ਹ ਆਪਾਂ ਮਾਰਚ ਕਹਿੰਦੇ, ਚੇਤਰ ਦਾ ਮਹੀਨਾ, ਵੀ ਪੂਰਨਮਾਸ਼ੀ ਵਾਲੇ ਦਿਨ ਭਗਤ ਜੀ ਕਰ ਰਹੇ ਨੇ ਭੰਡਾਰਾ, ਅਤੇ ਉਹ ਬੇਨਤੀ ਕਰਦੇ ਨੇ ਵੀ ਸਾਰੇ ਹੀ ਆਇਓ। ਚਿੱਠੀਆਂ ਲਿਖ ਲਿਖ ਕੇ ਗੜ ਸ਼ੰਕਰ ਮਾਤਾ ਮਾਤਾ ਕਾਈਆਂ ਤਮਾਮ ਕਿਤੇ 2-2, 5-5 ਮੀਲ ਤੱਕ ਪੰਡਤਾਂ ਨੇ ਆਪੇ ਹੀ ਲਿਖ ਲਿਖ ਕੇ ਪਾਤੀਆਂ, ਇੱਕੋ ਦਿਨ ਸਾਰਿਆਂ ਨੂੰ ਦੇਈ ਜਾਣ। ਹੁਣ ਚੱਲ ਪਏ ਗੱਡਿਆਂ 'ਤੇ, ਪਬਲਿਕ ਰਾਹ ਹੀ ਭਰੇ ਆਉਂਦੇ ਨੇ। ਸ੍ਰੀ ਨਾਨਕ ਮਾਤਾ ਸਾਹਿਬ 1935 ਵਿੱਚ, ਅਜੇ ਕਈ ਬਜ਼ੁਰਗ ਨੇ ਅਤੇ ਉਹ ਦੱਸਦੇ ਹੁੰਦੇ, ਉਤਰਦੇ ਲੋਕ ਬਈਏ ਢੋਲਕੀ ਵਛੈਣੇ ਵਜਾਉਂਦੇ ਆਉਣਾ, ਅਤੇ ਉਹਨਾਂ ਆਖਣਾ ਜੈ ਪੰਜੇ ਕੀ, ਜੈ ਪੰਜੇ ਕੀ, ਧੰਨ ਗੁਰੂ ਨਾਨਕ, ਜੈ ਪੰਜੇ ਕੀ। ਉਹ ਜਿਹੜਾ ਪਿੱਪਲ ਉੱਡਣ ਲੱਗਾ ਸੀ ਨਾ, 3 ਦਰਖਤ ਸੀ, ਇੱਕ ਚੜ੍ਹਦੇ ਵੱਲ ਪਿੱਪਲ ਸੀ ਹਰਾ ਸੀ, ਇਹ ਸੁੱਕਾ ਸੀ, ਲਹਿੰਦੇ ਵੱਲ ਬੋੜ ਸੀ। ਜਦ ਸਿੱਧ ਉਡਾਉਣ ਲੱਗੇ ਤਾਂ ਗੁਰੂ ਨਾਨਕ ਜੀ ਨੇ ਖੱਬੇ ਹੱਥ ਦਾ ਪੰਜਾ ਲਾਇਆ, ਕਹਿੰਦੇ ਠਹਿਰ ਜਾ। ਉਹ ਸੰਨ 1965 ਵਿੱਚ ਮੈਂ ਦਰਸ਼ਨ ਕੀਤੇ ਸੀ, ਉਹ ਪੰਜਾ ਲੱਗਾ ਐਂ ਦੂਰੋਂ ਹੀ ਦਿਸਦਾ ਸੀ, ਹੁਣ ਤਾਂ ਥੜਾ ਬਣ ਗਿਆ, ਪੰਜਾ ਤਾਂ ਨਜ਼ਰ ਨਹੀਂ ਆਉਂਦਾ, ਪੱਤਾ ਜਿਹੜਾ ਨਿਕਲੇ ਉਹਦੇ 'ਤੇ ਐਂ ਲੱਗਦਾ ਜਿਵੇਂ ਹੁਣੇ ਹੀ ਛੱਟੇ ਮਾਰੇ ਜਿਹੜੇ 6ਵੇਂ ਮਹਾਰਾਜ ਨੇ। ਉਦੋਂ ਲੋਕ ਆਉਂਦੇ ਹੁੰਦੇ ਸੀ ਇੱਥੇ ਤਰ੍ਹਾਂ ਢੋਲਕੀਆਂ ਛਾਣੇ, ਧੰਨ ਗੁਰੂ ਨਾਨਕ, ਜੈ ਪੰਜੇ ਕੀ, ਜੈ ਪੰਜੇ ਕੀ। ਹੁਣ ਇਸ ਤਰ੍ਹਾਂ ਆ ਰਹੇ ਨੇ ਬਨਾਰਸ ਨੂੰ, ਜਿੱਧਰੋਂ ਜਾਓ 4 ਚੁਫੇਰਿਓਂ, ਉੱਧਰੋਂ ਇਲਾਹਾਬਾਦ, ਉੱਧਰੋਂ ਬਿਹਾਰ ਵੱਲੋਂ, ਉੱਧਰੋਂ ਅਯੁੱਧਿਆ ਵੱਲੋਂ, ਇੱਧਰੋਂ ਆਪਣਾ ਗੰਗਾ ਵੱਲੋਂ, ਗਜਰੌਲੇ ਵੱਲੋਂ, ਇੱਥੋਂ ਤੱਕ ਚਿੱਠੀਆਂ ਪੁਰਾਤਨ ਇਤਿਹਾਸ ਵਿੱਚ 4 ਚੁਫੇਰਿਓਂ ਮੁਲਕ ਹੀ ਤੁਰ ਪਿਆ ਉੱਧਰ ਨੂੰ, ਬਨਾਰਸ ਨੂੰ। ਕਿੱਥੇ ਜਾ ਰਹੇ ਜੀ? ਕਬੀਰ ਜੀ ਨੇ ਸੱਦਿਆ, ਕੋਈ ਭੰਡਾਰਾ ਹੋਣ ਲੱਗਾ। ਕਬੀਰ ਜੀ ਗੰਗਾ ਦੇ ਕੰਢੇ ਸਮਾਧੀ 'ਚ ਬੈਠੇ, ਦੁਨੀਆ ਹੀ ਤੁਰੀ ਆਉਂਦੀ 4 ਚੁਫੇਰਿਓਂ। ਰੱਬ ਚਾਹੁੰਦਾ ਹੈ ਹਰ ਜਨ ਕੀ ਸੋਭਾ ਜੋ ਕਰੇ। ਉਹ ਜਿਹੜਾ ਭਗਤ ਅਤੇ ਪਰਮੇਸ਼ਰ ਦਾ ਆਪਸ ਵਿੱਚ ਰਿਸ਼ਤਾ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਹਰ ਦਾਸਾਂ ਕੀ ਸਿਫਤ ਹੈ ਸਾਹਰ ਕੀ ਵਡਿਆਈ। ਕਬੀਰ ਜੀ ਦਾ ਰੂਪ ਮਹਾਰਾਜ ਨੇ ਆਪ ਤਾਰਿਆ, ਤਾਂ ਹਰਨ ਭਰਨ ਜਾ ਕਾ ਨੇਤਰ ਫੋਰ, ਸਾਰਿਆਂ ਨੂੰ ਧਨ ਮਿਲਿਆ, ਪੱਕਾ ਭੋਜਨ ਮਠਿਆਈਆਂ ਮਿਲੀਆਂ, ਜਾਣ ਗੱਡਿਆਂ 'ਤੇ ਕਬੀਰ ਕਬੀਰ ਕਰਦੇ ਹੋਏ ਬੋਲੇ ਬੋਲੇ। ਇਹੋ ਜਿਹਾ ਤਾਂ ਕੰਮ ਹਿੰਦੁਸਤਾਨ ਦਾ ਰਾਜਾ ਨਾ ਕਰ ਸਕਦਾ, ਭਈ ਇੰਨਾ ਕੱਪੜਾ, ਭਈ ਇੰਨੀਆਂ ਮਠਿਆਈਆਂ, ਬਈ ਇੰਨੇ ਹਲਵਾਈ ਕਿੱਥੋਂ ਆ ਗਏ। ਐਸਾ ਕਿ ਬਾਈ ਕਬੀਰ ਜੀ ਆ ਬਈ ਬੜਾ ਬ੍ਰਹਮ ਗਿਆਨੀ ਮਹਾਂਪੁਰਸ਼ ਹੈ, ਧੰਨ ਧੰਨ ਹੋ ਰਹੀ ਹੈ। ਕੀਤਾ ਤਾਂ ਬ੍ਰਾਹਮਣਾਂ ਨੇ ਮਾੜਾ, ਉਹ ਹੋਰ ਚੰਗਾ ਹੋ ਗਿਆ। ਹਰ ਜਨ ਕੀ ਵਡਿਆਈ ਪ੍ਰਭ ਆਪ ਵਧਾਈ, ਉਹ ਘਟੇ ਘਟੇ ਨਾ ਕਿਸੇ ਦੀ ਘਟਾਈ, ਇੱਕ ਤਿਲ ਤਿਲ ਨਾ। ਐਸਾ ਬਾਣੀ ਵਿੱਚ ਆਉਂਦਾ। ਕਹਿੰਦੇ ਹੁਣ ਕੀ ਕਰੀਏ, ਬਹਿ ਜਾਓ ਚੁੱਪ ਕਰਕੇ, ਹੁਣ ਕੀ ਕਰਨਾ। ਐਸਾ ਇੱਕ ਕਹਿਣ ਲੱਗਾ ਵੀ ਅਜੇ ਵੀ ਇੱਕ ਪੁਆਇੰਟ ਹੈ। ਕਹਿੰਦੇ ਕੀ? ਕਹਿੰਦੇ ਆਪਾਂ ਇੱਧਰ ਉੱਧਰ ਜਾ ਕੇ ਨਾ ਕੁਝ ਕਿਤਾਬਾਂ ਗਲਤ ਲਿਖੀਏ ਵੀ ਮੁੰਡਾ ਹੀ ਬਾਹਮਣਾਂ ਦਾ, ਜਿਹਦੀ ਇੰਨੀ ਮਹਿਮਾ ਹੋਰੀ ਜਲਾਇਆ ਹੈ ਹੀ ਨਹੀਂ। ਉਹ ਕਹਿੰਦਾ ਆਪਾਂ ਲਿਖ ਦਿੰਦੇ ਫੁੱਲ 'ਤੇ ਤੁਰਿਆ ਆਉਂਦਾ ਸੀ,
ਦੂਜਾ ਕਹਿੰਦਾ ਮੈਂ ਲਿਖ ਦਿੰਦਾ ਫਲਾਣੇ ਥਾਂ ਦੀ, ਆਪਾਂ ਲਿਖਦੇ ਹੀ ਨਹੀਂ ਵੀ ਇਹ ਜਲਾਇਆ ਦਾ, ਆਪਾਂ ਲਿਖ ਹੀ ਆਪਣਾ ਦਿੰਦੇ ਹਾਂ, ਉਹ ਆਹ ਤਾਂ ਕਰੀਏ, ਕਿਤਾਬਾਂ ਲਿਖਣ ਲੱਗ ਗਏ ਪੁੱਠੀਆਂ ਪੁੱਠੀਆਂ। ਤਦੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ, ਹੀਂਜੜੀ ਜਾਤ ਮੇਰੀ ਜਾਤ ਜਲਾਹਾ, ਹਰ ਕੋ ਨਾਮ ਲੀਓ ਮੈਂ ਲਾਹਾ, ਕਬੀਰ ਮੇਰੀ ਜਾਤ ਕੋ ਕਹਿੰਦੇ ਜਲਾਇਆ ਹੀ ਹੈ ਭਰਾਵਾ, ਸਭ ਕੋ ਹੱਸਣੇ ਹਾਰ। ਇਸ ਕਰਕੇ ਭਗਤ ਜੀ ਨੇ ਬਚਨ ਉਚਾਰੇ ਕਿ ਮੇਰੇ ਵਿਰੋਧੀ ਤਾਂ ਹੁਣ ਕਿਤਾਬਾਂ ਪੁੱਠੀਆਂ ਲਿਖਣ ਲੱਗ ਗਏ, ਤਾਂ ਮੁੰਡਾ ਹੀ ਪੰਡਤਾਂ ਦਾ, ਇਹਦੇ ਵਿੱਚ ਇੰਨੀ ਬੰਦਗੀ ਕਰਕੇ ਤਾਂ ਇਹਦਾ ਵੱਡਾ ਹੋ ਹੀ ਨਹੀਂ ਸਕਦਾ। ਦੁਸ਼ਮਣ ਬਾਤ ਕਰਿਆਣ ਹੋਈ ਜਿੱਧਰੋਂ ਕੁਛ ਹੋ ਸਕਦਾ, ਜਦੋਂ ਕੁਝ ਵੀ ਨਾ ਹੋਇਆ ਅਤੇ ਪੰਜ ਸੱਤ ਜ਼ਿਆਦਾ ਪੜ੍ਹੇ ਬਨਾਰਸ ਵਿੱਚ ਉਹ ਰਹਿ ਗਏ, ਬਾਕੀ ਸਭ ਵਧੀਆ ਹੋ ਗਿਆ। ਗੁਰੂ ਨਾਨਕ ਜੀ ਅਯੁੱਧਿਆ ਆ ਗਏ, ਮਰਦਾਨਾ ਕਹਿੰਦੇ ਮਹਾਰਾਜ ਹੁਣ ਕਹਿੰਦੇ ਨਿਜ਼ਾਮਾਬਾਦ ਜਾਣਾ, ਫਿਰ ਬਨਾਰਸ ਜਾਣਾ। ਮਹਾਰਾਜ ਚੱਲੇ ਸੀ ਇੱਧਰੋਂ ਸੁਲਤਾਨਪੁਰ ਵੱਲੋਂ, ਕੁਝ ਨਗਰਾਂ 'ਚ ਹੁੰਦੇ, ਭਾਈ ਲਾਲੋ ਕੋਲ ਹੁੰਦੇ, ਖੰਡੂਰ ਸਾਹਿਬ, ਗੋਂਦਵਾਲ, ਉਦੋਂ ਤਾਂ ਨਗਰ ਹੀ ਹੁੰਦੇ ਸਨ। ਸੀ ਅੰਮ੍ਰਿਤਸਰ ਮਹਾਰਾਜ ਰਾਤ ਰਹੇ, ਇੱਥੇ ਇੱਕ ਛੱਪੜੀ ਸੀ, ਇਸ਼ਨਾਨ ਕੀਤਾ, ਹੁਣ ਤਾਂ ਵੱਡਾ ਤਲਾਅ ਹੈ, ਇਹਦੇ ਵਿੱਚ ਬੇਅੰਤ ਸ਼ਕਤੀਆਂ ਨਿਵਾਸ ਰੱਖਣ ਲੱਗ ਗਈਆਂ। ਤਾਂ ਅੱਗੇ ਚੱਲਦੇ ਚੱਲਦੇ ਕੁਸ਼ੇਤਰ, ਫਿਰ ਇੱਧਰ ਕੁਤਾਵਲੀ ਹੁੰਦੇ ਹੋਏ, ਹਰਿਦੁਆਰ ਹੁੰਦੇ ਹੋਏ ਕੋਟਦੁਆਰ ਆ ਗਏ, ਇੱਕ ਸੰਤ ਜੀ ਨੂੰ ਮਿਲੇ, ਕਹਿੰਦੇ ਸੰਤ ਇਸ ਤਰ੍ਹਾਂ ਦੇ ਨਹੀਂ ਹੁੰਦੇ, ਇੰਜ ਹੁੰਦੇ ਨੇ। ਇੱਥੋਂ ਨਜੀਬਾਬਾਦ ਆ ਗਏ, ਸੇਠ ਦਾ ਮੁੰਡਾ ਰਾਜੀ ਕੀਤਾ, ਕਾਂਛੀਪੁਰ ਆ ਗਏ, ਨਦੀ ਢਾਲ ਲਾਉਂਦੀ ਛੱਟੀ, ਅਤੇ ਉੱਧਰ ਹੁੰਦੇ ਹੋਏ ਕਾਲਾ ਟੁੰਗੀ, ਹਲਦਵਾਨੀ, ਨੈਣੀਤਾਲ, ਤਲੀ ਤਾਲ, ਰੇਠਾ ਸਾਹਿਬ, ਫਿਰ ਨਾਨਕ ਮੱਤਾ ਸਾਹਿਬ ਆ ਗਏ, ਕੱਤੇ ਦਾ ਮੀਨਾ, ਰਵੇਲਖੰਡ ਆ ਗਏ, ਪੂਰਨਪੁਰ, ਗੋਲਾ, ਲਖੀਮਪੁਰ, ਖੀਰੀ, ਕੋੜੀ ਵਾਲਾ, ਨੇਪਾਲ ਹੁੰਦੇ ਹੋਏ ਮਹਾਰਾਜ ਜੀ ਨਖਲਊ ਆ ਗਏ। ਅੱਗੇ ਅਯੁੱਧਿਆ ਵੱਲ ਜਾ ਰਹੇ ਨੇ, ਰਸਤੇ ਵਿੱਚ ਇੱਕ ਆਸ਼ਰਮ, ਅਤੇ ਅਲਮਸਤ ਨੂੰ ਕਹਿੰਦੇ ਤੁਸੀਂ ਉੱਥੇ ਚਲੇ ਜਾਓ, ਨਾਨਕ ਮੱਤਾ ਸਾਹਿਬ। ਉਹਦਾ ਸ਼ਿਸ਼ ਕਹਿਣ ਲੱਗਾ ਸੱਚੇ ਪਾਤਸ਼ਾਹ ਅਤੇ ਮੈਂ, ਕਹਿੰਦੇ ਤੁਸੀਂ ਅਸਾਮ ਵਿੱਚ ਚਲੇ ਜਾਓ, ਅਤੇ ਮਹਾਰਾਜ ਆਪ ਜੀ ਦੇ ਦਰਸ਼ਨ ਕਹਿੰਦੇ ਨਵੇਂ ਜਾਮੇ ਵਿੱਚ ਹੋਣਗੇ। ਮਹਾਰਾਜ ਕੋਈ ਨਿਸ਼ਾਨੀ, ਕਹਿੰਦੇ ਅਸੀਂ ਤੈਨੂੰ ਦੱਸ ਵੀ ਦਿਆਂਗੇ, ਚੇਤਾ ਵੀ ਕਰਾ ਦਾਂਗੇ ਨਵੇਂ ਜਾਮੇ ਵਿੱਚ, ਉਦੋਂ ਸਾਡਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਹੋਏਗਾ। ਨਵੇਂ ਮਹਾਰਾਜ ਦਾ ਨਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਨੇ ਰੱਖਿਆ, ਪਰ ਛੇਵੇਂ ਮਹਾਰਾਜ ਨੇ ਰੱਖ ਦਿੱਤਾ ਸ੍ਰੀ ਤੇਗ ਬਹਾਦਰ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਉਂਝ ਤਾਂ ਗਿਆਨ ਫਿਰ ਥੋੜ੍ਹਾ ਜਿਹਾ ਨਾਂ, ਫਿਰ ਥੋੜ੍ਹਾ ਜਿਹਾ ਨਾਂ, ਫਿਰ ਜੰਗ 'ਚ ਲੜੇ ਪਏ, ਤਿਆਗ ਮਾਰ ਪਏ, ਥੋੜ੍ਹਾ ਜਿਹਾ ਨਾਂ ਹੀ ਪਤਾ ਨਹੀਂ ਕਿੰਨੀ ਵਾਰੀ ਰੱਖਿਆ, ਬੜਾ ਕੁਝ ਲਿਖਿਆ ਦੁਨੀਆ 'ਤੇ। ਸੋ ਗੁਰੂ ਨਾਨਕ ਜੀ ਨੇ ਰੱਖ ਦਿੱਤਾ ਉਹ ਚੇਲੇ ਨੂੰ ਉੱਥੇ। ਫਿਰ ਅਯੁੱਧਿਆ ਸਾਰੇ ਪੰਡਤਾਂ ਨੂੰ ਚਰਨ ਪਾਉਣ ਦਿੱਤੀ, ਗੱਲ ਲੰਮੀ ਹੈ। ਜਦੋਂ ਬਨਾਰਸ ਵੱਲ ਜਾ ਰਹੇ ਨੇ, ਇੱਕ ਰਸਤੇ 'ਚ ਪੁਲੀ ਸੀ ਟੁੱਟੀ, ਉਹਦੇ 'ਤੇ ਲੱਕੜਾਂ ਪਾ ਕੇ ਮਿੱਟੀ ਪਾਈ, ਅਤੇ ਕਬੀਰ ਜੀ ਇੱਕ ਆਪਣੇ ਪ੍ਰੇਮੀ ਦੇ ਨਾਲ ਅੱਗੋਂ ਵੰਡੀ ਆ ਮਿਲੇ, ਗੁਰੂ ਨਾਨਕ ਜੀ ਨੂੰ ਮੱਥਾ ਟੇਕਿਆ। ਹਜ਼ੂਰ ਕਹਿੰਦੇ ਭਗਤ ਜੀ ਰਾਜੀ ਖੁਸ਼ੀ? ਹਾਂ ਮਹਾਰਾਜ, ਆਪ ਨਰੈਣ ਸਰੂਪ ਹੋ, ਅੱਖਾਂ ਵਾਲੇ ਸਨ, ਆਪ ਨਰੈਣ ਸਰੂਪ ਹੋ, ਧੰਨ ਭਾਗ ਬਨਾਰਸ ਦੇ, ਅੱਜ ਇੱਧਰ ਆਏ ਹੋ, ਤਾਂ ਮੈਂ ਬੇਨਤੀ ਕਰਾਂ, ਦੁਨੀਆ ਸੁਧਰ ਗਈ ਪਰ ਮਹਾਰਾਜ ਪੰਜ ਸੱਤ ਇਹੋ ਜਿਹੇ ਜੇ ਕੀ ਦੱਸਾਂ? ਕਹਿੰਦੇ ਉਹ ਵੀ ਕਰਤਾਰ ਭਲੀ ਕਰੇਗਾ। ਉਹ ਜਾਂਦਿਆਂ ਹੀ ਸ਼ਿਵਦੱਤ ਮਿਲ ਗਿਆ, ਇਹ ਕਿੰਨਾ ਪੜ੍ਹੇ ਨੇ ਭਾਈ ਬਾਲਾ, ਕਹਿੰਦੇ ਇਹਦਾ ਕੀ ਮਤਲਬ, ਜਿਵੇਂ ਚਰਚਾ ਕਰਨੀ। ਗੁਰੂ ਜੀ ਕਹਿੰਦੇ ਉਹ ਵੇਖ ਬਾਗ 'ਚ ਕੁੱਤਾ, ਉਹਦੇ ਨਾਲ ਕਰ ਲਾ ਜਾ ਕੇ। ਜਦੋਂ ਕੋਲ ਗਿਆ ਵੀ ਮੈਂ ਜਾਣਾ, ਉਹ ਕਿਵੇਂ ਬੋਲ ਪਏਗਾ, ਉਹ ਵੀ ਕਿਵੇਂ ਕਰੇਗਾ? ਮੈਂ ਕਹਾਂਗਾ ਤੁਸੀਂ ਝੂਠ ਬੋਲਿਆ, ਪਹਿਲਾਂ ਉਹਦੀ ਸ਼ਕਲ ਵਧੀ, ਮਰ ਗਿਆ, ਵਿੱਚੋਂ ਰੂਹ ਨਿਕਲੀ, ਤੁਸੀਂ ਕੌਣ? ਕਹਿੰਦੇ ਗੋਪਾਲ ਦੱਤ, ਮੈਂ ਸ਼ਿਵ ਦੱਤ ਤੇਰਾ ਦਾਦਾ। ਇੱਥੇ ਇੱਕ ਬੱਚਾ ਆਇਆ ਸੀ 9 ਸਾਲ ਦਾ, ਮੈਨੂੰ ਨਹੀਂ ਪਤਾ ਉਹਦੀ ਕਿੰਨੇ ਜਨਮ ਦੀ ਕਮਾਈ ਹੈ, ਮੈਂ ਕਿਹਾ ਇਹਦੀਆਂ ਕਿਤਾਬਾਂ ਹੀ ਖੋਹ ਲੈਣੀਆਂ, ਉਹਦੇ ਪਿੱਛੇ ਹੀ ਪੈ ਗਿਆ। ਉੱਠ ਕੇ ਫਿਰ ਚਲਾ ਗਿਆ, ਫਿਰ ਚਲਾ ਗਿਆ, ਫਿਰ ਚਲਾ ਗਿਆ, ਅਖੀਰ ਕਹਿਣ ਲੱਗਾ ਪੰਡਿਤ ਜੀ ਕੁੱਤੇ ਵਾਂਗੂ ਪਿੱਛੇ ਹੀ ਪੈ ਗਏ, ਮੈਂ ਮਰ ਗਿਆ। ਅੱਜ 12 ਸਾਲ ਹੋ ਗਏ ਕੁੱਤੇ ਦੀ ਜੂਨੇ ਪਿਆ, ਇਹ ਗੁਰੂ ਨਾਨਕ ਜੀ ਰੱਬ ਜੀ ਨੇ ਇਹਨਾਂ ਦੇ ਚਰਨੀ ਲੱਗ। ਉਹਨੇ ਫਿਰ ਚਰਨ ਪਾਉਣ ਲਈ ਗੁਰੂ ਜੀ ਨੇ ਉੱਥੇ ਕੁਛ ਬਚਨ ਕਹੇ, ਪੜ੍ਹ ਪੁਸਤਕ ਸੰਧਿਆ ਬਾਦੰਗ ਸ਼ਬਦ ਉਚਾਰੇ, ਸਾਰੇ ਬਨਾਰਸ ਵਾਲੇ ਗੁਰੂ ਚਰਨਾਂ 'ਤੇ ਟਹਿ ਪਏ। ਕਬੀਰ ਜੀ ਵੀ ਬੜੀ ਸੰਗਤ ਲੈ ਕੇ ਆਏ ਮਹਾਰਾਜ ਦੇ ਚਰਨਾਂ ਵਿੱਚ, ਕਹਿਣ ਲੱਗੇ ਨਰਾਇਣ ਜੀ ਨੇ ਜਿਹਦਾ ਆਪਾਂ ਨਾਮ ਜਪਦੇ ਹਾਂ, ਉਹ ਨਾਨਕ ਨਾਮ ਰਖਾ ਕੇ ਆਏ ਨੇ। ਤਮਾਮ ਸਿੱਖੀ ਫੈਲ ਗਈ, ਗੁਰੂ ਜੀ ਅਨੇਕ ਨਗਰਾਂ 'ਚ ਹੁੰਦੇ ਹੋਏ ਅੱਗੇ ਪਟਨੇ ਵੱਲ ਨੂੰ ਗਏ। ਫਿਰ ਉੱਥੇ ਸਾਖੀ ਤੁਸੀਂ ਸੁਣੀ ਹੋਣੀ ਹੈ, ਮਹਾਰਾਜ ਨੇ ਚਰਨਾਂ ਨਾਲ ਹੀਰਾ ਪ੍ਰਗਟ ਕੀਤਾ, ਉਹਦੇ ਵਿੱਚ ਲਿਖਿਆ ਹੋਇਆ ਸੀ ਇਹਦੇ ਮਾਲਕ ਤੋਂ ਬਿਨਾਂ ਪੁੱਛੇ
ਮੁੱਲ ਨਹੀਂ ਪਾਉਣਾ। ਤਾਂ ਹੀ ਫਿਰ ਸਾਲਸਰਾਏ ਨੂੰ ਹਜ਼ੂਰ ਨੇ ਮੰਜੀ ਬਖਸ਼ੀ। ਸੋ ਅੱਜ ਜੋ ਵਿਚਾਰ ਹੋਈ ਹੈ ਉਹ ਭਗਤਾਂ ਬਾਰੇ, ਮਹਾਂਪੁਰਸ਼ਾਂ ਬਾਰੇ ਹੋਈ ਹੈ। ਅੱਗੇ 3 ਦਿਨ ਗੁਰੂ ਮਹਾਰਾਜ ਬਾਰੇ ਬੇਨਤੀਆਂ ਕੀਤੀਆਂ ਗਈਆਂ ਨੇ। ਜਿੱਥੇ ਵੀ ਦੀਵਾਨ ਹੁੰਦੇ ਜੀ, 5 ਹੋਣ ਅਤੇ ਆਖਰੀ ਭਗਤਾਂ ਦਾ, ਭਗਤਾਂ ਦੀ ਬਾਣੀ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਬਾਕੀ ਗੁਰੂ ਮਹਾਰਾਜ ਬਾਰੇ, ਸ਼ਹੀਦਾਂ ਬਾਰੇ, ਕਾਹਨੂੰ ਵਾਲ ਦੀਵਾਨ ਹੁੰਦੇ ਨੇ, ਹੁਣ ਵੀ ਹੋਏ ਨੇ, ਕਈ ਪਿੰਡ ਇਕੱਠੇ ਹੋ ਕੇ ਰੱਖਦੇ ਨੇ। ਅਤੇ ਹੁਣ ਤਾਂ ਪਿਛਲੇ ਸਾਲ ਉਹਨਾਂ ਨੇ 50 ਹੀ ਪਿੰਡ ਇਕੱਠੇ ਕਰ ਲਏ ਸੀ, ਬੜਿਆਂ ਨੇ ਅੰਮ੍ਰਿਤ ਛਕਿਆ। ਅਤੇ ਬੜੀ ਮਹਾਰਾਜ ਦੀ ਕਿਰਪਾ, ਮੈਂ ਪੰਜਾਬ ਕਦੇ ਆਇਆ ਹੀ ਨਹੀਂ, ਮੇਰੀ ਮਹਾਂਪੁਰਸ਼ਾਂ ਨੇ ਉੱਧਰ ਹੀ ਡਿਊਟੀ ਲਾਈ ਸੀ, ਯੂਪੀ, ਬਿਹਾਰ, ਬੰਗਾਲ, ਮੱਧਿਆ ਪ੍ਰਦੇਸ਼, ਇੱਧਰ ਰਾਜਸਥਾਨ ਵੱਲ। ਮੇਰੇ ਤੋਂ ਵੱਡੇ ਨੇ ਵੀਰ ਜੀ, ਉਹ ਇੱਥੇ ਰਹਿੰਦੇ ਨੇ, ਰਤਵਾੜਾ ਸਾਹਿਬ, ਲਖਵੀਰ ਸਿੰਘ ਜੀ ਨਾਂ ਹੈ। ਆ ਹੋਣੀ ਹੈ 5ਵਾਂ ਚੱਕਰ, ਕਈ ਥਾਂ 'ਤੇ ਇੱਥੇ ਲਿਖਿਆ, ਕਈ ਥਾਂ 'ਤੇ ਪੁੱਛਣਾ ਪੈਂਦਾ, ਮੋੜਾਂ ਬਾੜਾਂ ਤੋਂ ਰਾਹਾਂ ਦਾ ਵੀ ਨਹੀਂ ਪਤਾ। ਸੁਣ, ਕੱਲ੍ਹ ਸਵੇਰੇ ਅੱਗੇ ਜਾਣਾ, ਸਵਾਦੀ ਕਿਲ੍ਹੇ ਦੀਵਾਨ ਹਨ, ਫਿਰ ਵਾਪਸੀ ਹੈ, ਫਿਰ ਅੱਗੇ ਮਹਾਰਾਸ਼ਟਰ ਦੇ ਨੇ ਮਹਾਰਾਜ ਦਾ ਪ੍ਰਕਾਸ਼ ਹੈ, ਫਿਰ ਅੰਗਰੇਜ਼ੀ ਪਹਿਲੀ ਦਾ ਖੂਬੀਆਂ ਨੰਗਲ ਹੈ। ਮੈਂ ਲਿਖੋ ਹੈ ਕਿ ਜੇ ਜਮ ਨਰਕ ਮੈਂ ਪੜ੍ਹਤੇ ਗੁਰੂ ਗ੍ਰੰਥ ਸਾਹਿਬ, ਇਸ ਲਿਖੋ ਹੈ। ਉਹ ਛੱਡੀ ਜਾਂਦੇ, 7000 ਰੁਪਈਏ ਨੇ ਤੰਬਾਕੂ ਖਾਣਾ ਛੱਡਿਆ, ਸ਼ਰਾਬਾਂ ਪੀਣਾ ਛੱਡੀਆਂ, ਹੁਣ ਤਾਂ ਅੰਮ੍ਰਿਤ ਛਕੀ ਜਾਂਦੇ ਐਸਾ। ਸੋ ਇਸ ਕਰਕੇ ਉੱਥੇ ਹਿੰਦੀ 'ਚ ਬੋਲਣਾ ਪੈਂਦਾ। ਜੇਲ੍ਹਾਂ 'ਚ ਦੀਵਾਨ ਹੋਏ ਨੇ, ਹਜ਼ਾਰੀਬਾਗ ਜੇਲ੍ਹ ਉਹਦੇ 'ਚ ਵੀ, ਅਸ਼ੋਕ ਨਗਰ ਜੇਲ੍ਹ 'ਚ ਵੀ, ਉਹ ਹਿੰਦੀ 'ਚ ਫਿਰ ਬੋਲਣਾ ਪੈਂਦਾ। ਅਤੇ ਉਹ ਵੀ ਬੜੇ ਸੁਧਰੇ, ਜੇਲਰ ਬੜਾ ਸਿਆਣਾ। ਮੈਂ ਕਿਹਾ ਜਿੱਥੇ ਮਰਜ਼ੀ ਤਾਂ ਕਥਾ ਹੀ ਕਰਨੀ ਹੈ, ਰੱਬ ਦੀ ਕੋਈ ਇਹੋ ਜਿਹੀ ਗੱਲ ਨਹੀਂ। ਸੋ ਇਸ ਕਰਕੇ ਇੱਥੇ ਦੂਸਰੀ ਵਾਰ ਹੀ ਹੈ। ਸੁਣ ਸਾਹਿਬ, ਮਾਈ ਭਾਈ ਭਾਈ ਸਾਹਿਬ ਆਨੰਦ ਸਾਹਿਬ ਦਾ ਪਾਠ ਕਰ ਲੈਣ, ਗੁਰੂ ਸਤੂਤਰ ਵਿੱਚ ਬੋਲੋ, ਅਰਦਾਸ ਵਿੱਚ ਜੁੜਨਾ, ਹੋਈਆਂ ਗਲਤੀਆਂ ਦੀ ਗੁਰੂ ਮਹਾਰਾਜ ਕੋਲ ਆਪਾਂ ਮਾਫ਼ੀ ਮੰਗਣੀ ਹੈ। ਬਹੁਤ ਸਾਰੇ ਪ੍ਰੇਮੀ ਅੰਮ੍ਰਿਤ ਵੀ ਛੱਕ ਰਹੇ ਨੇ। ਸੋ ਜਿਹੜਾ ਵੀ ਕੋਈ ਰਹਿੰਦਾ ਖੁੰਦਾ, ਜ਼ਰੂਰ ਗੁਰੂ ਵਾਲੇ ਬਣੋ, ਫਿਰ ਪ੍ਰਸ਼ਾਦ ਵਰਤੇਗਾ, ਗੁਰੂ ਕਾ ਲੰਗਰ ਛਕਣਾ, ਕੋਈ ਰਸਨਾ ਖਾਲੀ ਨਾ ਰਹੇ। ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਵਾਹਿਗੁਰੂ ਧੰਨ ਹੈ।
तेरी साध संगत जी सतनाम श्री वाहेगुरु बोल सतनाम श्री वाहेगुरु बोल सतनाम श्री